ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:13 ਹੋਏ ਨੇ ਤੇ 23 ਅਪ੍ਰੈਲ ਦਾ ਦਿਨ ਹੈ, ਵਰਾ 2024 ਦਾ ਮੰਗਲਵਾਰ ਹੈ। 11 ਵਿਸਾਖ, ਨਾਨਕ ਸਿਸਮਤ 556, ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ, ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਪੱਤੀ ਸੇਖਵਾਂ ਬਰਨਾਲੇ ਦੀ ਗੁੱਠ 'ਚੋਂ ਹੋਏਗੀ ਗੱਲਬਾਤ। ਅਤੇ ਅਗਲੇ 2 ਘੰਟਿਆਂ ਦੇ ਵਿੱਚ 11 ਤੋਂ 12 ਬੰਜਾਰਾ ਨੁਮਾਇਡ ਤੋਂ ਰਾਜ ਸਿੰਘ ਭੰਡਾਲ ਗੱਲਬਾਤ ਕਰਨਗੇ ਕਮਿਊਨਿਟੀ ਦੇ ਭਾਈਚਾਰੇ ਦੇ ਮਸਲੇ, ਖਾਸ ਤੌਰ 'ਤੇ ਸਾਡੀ ਸ਼ਖਸੀਅਤ, ਸਾਡੀ ਆਈਡੈਂਟੀ, ਸਾਡੀ ਖਸਲਤ ਜਿਹੜੀ ਹੈ ਉਹਨੂੰ ਕਿਵੇਂ ਸੂਤ ਰੱਖਿਆ ਜਾ ਸਕਦਾ, ਕੀ ਸਰਕਾਰਾਂ ਕਰ ਰਹੀਆਂ ਨੇ, ਕੀ ਭਾਈਚਾਰੇ ਨੂੰ ਕਰਨਾ ਚਾਹੀਦਾ, ਕਿੱਥੇ ਜਾ ਕੇ ਤੁਹਾਨੂੰ ਸੋਚਣਾ ਚਾਹੀਦਾ ਕਿ ਕੀ ਹੋ ਰਿਹਾ, ਆਲੇ ਦੁਆਲੇ ਨਿਗਾਹ ਕਿੰਨੀ ਰੱਖਣ ਦੀ ਲੋੜ ਹੈ। ਆਖਰੀ ਘੰਟੇ 'ਚ 12 ਤੋਂ 1 ਵਜੇ ਤੱਕ ਗੱਲਬਾਤ ਹੋਏਗੀ ਸਾਡੇ ਡਾਕਟਰੀ ਸਿਹਤ ਸੇਵਾਵਾਂ ਦੇ ਬਾਰੇ, ਉਹਦੇ ਵਿੱਚ ਜਦ ਊਣਤਾਈ ਹੁੰਦੀ ਆ ਉਹਦੇ ਨਾਲ ਕੀ ਹੋ ਸਕਦਾ। ਇੱਕ ਮਰੀਜ਼ ਨਾਲ ਗੱਲ ਮੈਂ ਕਰਨੀ ਚਾਹੂੰਗਾ ਜਿਨ੍ਹਾਂ ਦੇ ਸੱਟ ਲੱਗੀ, ਐਕਸੀਡੈਂਟ ਲੱਗੀ, ਐਕਸੀਡੈਂਟ ਤੋਂ ਬਾਅਦ ਸੱਟ ਲੱਗ ਗਈ ਅਤੇ ਮੁੜ ਕੇ ਸੂਤ ਨਾ ਹੋਇਆ, ਕੰਮ ਜਾ ਕੇ ਪੰਜਾਬ ਗਏ, ਉੱਥੇ ਮੁਸ਼ਕਲ ਆ ਗਈ ਅਤੇ ਉੱਥੇ ਪਤਾ ਲੱਗਿਆ ਕਿ ਕਿਤਨਾ ਕਿਤੇ ਅਣਗਹਿਲੀ ਹੋਈ ਆ, ਕੀ ਅਣਗਹਿਲੀ ਸੀ, ਉਹ ਗੱਲਬਾਤ ਕਰਨਗੇ ਆ ਕੇ ਨਾਲ। ਜੇ ਸਮਾਂ ਬਚਿਆ ਕੁਛ ਬਜਟ ਦੇ ਬਾਰੇ ਵੀ ਗੱਲਬਾਤ ਕਰਨੀ ਚਾਹੁੰਦਾ ਅਤੇ ਆਲੇ ਦੁਆਲੇ ਕੀ ਗੱਲਾਂ ਹੋ ਰਹੀਆਂ ਨੇ। ਖਾਸ BC ਦੀ ਸਰਕਾਰ ਨੇ ਜਿਹੜੀ 2.5 ਗ੍ਰਾਮ ਡਰੱਗ ਡੀਕ੍ਰਿਮੀਨਲਾਈਜ਼, ਉਹਨੂੰ ਕਹਿੰਦੇ ਸੀ, ਲੀਗਲ ਨਹੀਂ ਸੀ ਕਹਿੰਦੇ, ਬੜੇ ਬੜੇ ਵਧੀਆ ਸ਼ਬਦ ਨੇ, ਅਤੇ ਉਹਦੀ ਵੀ ਮੈਂ ਕੁਛ ਟੱਚ ਤੁਹਾਨੂੰ ਕਰਨਾ ਚਾਹੁੰਦਾ। ਅਤੇ ਸਰੀ ਦੀ ਪੁਲਿਸਿੰਗ ਦੇ ਬਾਰੇ 12:30 ਸੋਲਿਸਿਟਰ ਜਨਰਲ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਨੇ, ਉੱਥੋਂ ਵੀ ਕੀ ਪਤਾ ਜਿਹੜਾ ਕੋਈ ਲੱਗੇਗਾ ਜਾਂਦੇ ਜਾਂਦੇ ਸੁਣਾ ਕੇ ਜਾਵਾਂਗਾ ਕਿ ਕੀ ਹੋ ਰਿਹਾ। ਨਹੀਂ ਤਾਂ ਮੇਰੇ ਤੋਂ ਬਾਅਦ ਸੁਖੀ ਕੋਰੋਨਾ ਦੇ ਸ਼ੋਅ ਦੇ ਵਿੱਚ ਤੁਸੀਂ ਗੱਲਬਾਤ ਸੁਣਿਓ। ਹੁਣ ਇਹ ਗੱਲ ਨਿਬੜਨੀ ਆ ਵੋਟਾਂ ਤੋਂ ਪਹਿਲਾਂ, ਤੁਸੀਂ ਵੇਖਿਓ ਇਹ ਨਿਬੜੂਗੀ ਹੁਣ ਛੇਤੀ, ਕਿਵੇਂ ਨਿਬੇੜਦੇ ਆ ਸਰਕਾਰ ਨੂੰ ਪਤਾ ਹੋਊਗਾ, ਅਤੇ ਪਰ ਹੋਊਗਾ ਇਹ ਕੰਮ ਛੇਤੀ ਨਿਬੜੋ। 604-204-0600 ਆਉਣੇ ਨੰਬਰ ਹੈ, 6042-040-600 ਇਹੀ ਵਟਸਐਪ ਦਾ ਨੰਬਰ ਹੈ ਜਿੱਥੇ ਤੁਹਾਡਾ ਸੁਨੇਹਾ ਆਉਂਦਾ, ਅਤੇ 604-729-1224 ਮੇਰਾ ਪਰਸਨਲ ਸੈੱਲ ਨੰਬਰ ਹੈ, ਤੁਹਾਨੂੰ ਦਿੱਤਾ ਹੋਇਆ, 6047291224। ਪਿਛਲੇ 5-10 ਦਿਨਾਂ ਦੇ ਵਿੱਚ ਬਹੁਤ ਤੁਹਾਡੇ ਸੁਨੇਹੇ ਜਿਹੜੇ ਮਿਸ ਹੋ ਗਏ, ਕੋਈ ਫੋਨ ਵੀ ਹੋ ਗਿਆ ਹੋਵੇ ਮਿਸ, ਤਾਂ ਮਾਫੀ ਹੈ। ਪਲੀਜ਼ 2 ਵਜੇ ਤੋਂ ਬਾਅਦ ਆਥਣ ਦਾ ਸਮਾਂ ਵਧੀਆ, ਗੱਲਬਾਤ ਤੁਸੀਂ ਕਰਿਓ। ਜੇ ਮੈਂ ਭੁੱਲ ਗਿਆ ਹੋਵਾਂ ਤੁਹਾਨੂੰ ਫੋਨ ਵਾਪਸ ਕਰ ਲਈ, 6047291224। ਤੇਰਾ ਸਾਥ ਜਿਵੇਂ ਕੱਚੀ ਕੰਧ ਤੋਂ ਕੋਈ ਚਿੱਟਾ ਕੁੱਕੜ ਉੱਡਿਆ ਹੋਵੇ, ਜਿਵੇਂ ਕਰੀਰ ਦੀਆਂ ਝਿੰਗਾਂ 'ਤੇ ਸੇਵੀਆਂ ਸੁੱਕਣੀਆਂ ਪਾਈਆਂ ਹੋਣ, ਜਿਵੇਂ ਫੁੱਲਾਂ ਵਾਲੇ ਪਾਣੀ 'ਚ ਸੁਪਨਿਆਂ ਵਰਗੀਆਂ ਬੱਤਕਾਂ ਤਰਦੀਆਂ ਹੋਣ, ਜਿਵੇਂ ਛੱਟੀਆਂ ਦੀ ਅੱਗ 'ਤੇ ਛੋਲਿਆਂ ਦੀਆਂ ਟਾਟਾਂ ਭੁੱਜ ਰਹੀਆਂ ਹੋਣ, ਜਿਵੇਂ ਕਿਸੇ ਬੁੱਢੀ ਮਸੀਤ 'ਚ ਤੋਤੇ ਅਤੇ ਕਬੂਤਰ ਖੇਡ ਰਹੇ ਹੋਣ, ਜਿਵੇਂ ਸਿਆੜਾਂ 'ਚ ਪੰਛੀ ਉੱਤਰੇ ਹੋਣ, ਜਿਵੇਂ ਪੱਕਦੀਆਂ ਰੋਟੀਆਂ ਦੀ ਮਹਿਕ ਉੱਡ ਰਹੀ ਹੋਵੇ, ਜਾਂ ਕਿਸੇ ਰੁਕਾਨ ਜਿਹੀ ਜੱਟੀ ਨੇ ਥੋੜ੍ਹਾ ਜਿਹਾ ਸਿਰ ਹਿਲਾਇਆ ਹੋਵੇ, ਅਤੇ ਬਾਲੀਆਂ ਦੇ ਕੁੰਡਿਆਂ 'ਚ ਪਾਈਆਂ ਪਿੱਪਲ ਪੱਤੀਆਂ ਆਫ 'ਚ ਹਲਕਾ ਹਲਕਾ
ਵੱਜ ਰਹੀਆਂ ਹੋਣ। ਤੇਰਾ ਸਾਥ ਬਿਆਨ ਲਈ ਜਿਵੇਂ ਹਾਲੇ ਵੀ ਮਾੜੀ ਜਿਹੀ ਕੱਚ ਬਾਕੀ ਹੈ, ਸ਼ਾਹੀ ਸ਼ਬਦ ਨਿਰਾਲੇ ਅੱਖਰ ਸੰਦਲੀ ਸਤਰ ਕਥਾਵਾਂ ਕਿੱਸੇ ਅੱਜ ਫੇਰ ਮਾਰ ਖਾ ਗਏ, ਭਲਾ ਕੱਚੀ ਕੰਧ ਤੋਂ ਉੱਡੇ ਕੁੱਕੜ ਨੂੰ ਭਾਸ਼ਾ 'ਚ ਕਿਵੇਂ ਬੰਨਿਆ ਜਾਵੇ। ਹਰਮਨਜੀਤ ਲਿਖਦਾ ਹੈ ਤੇਰਾ ਸਾਥ। ਚੱਲਦੇ ਹਾਂ ਪੰਜਾਬ ਨੂੰ ਦੇਸ ਪੰਜਾਬ ਦੇ ਝਰੋਖੇ ਚੋਂ ਨਵਕਿਰਨ ਸਿੰਘ ਪੱਤੀ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ ਰਹੇ ਨੇ। ਸਰ ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਮੁਬਾਰਕਾਂ ਜੀ ਤੁਹਾਨੂੰ, ਤੁਸੀਂ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸਰੀ ਨਿਊਟਨ ਪਾਰਲੀਮਾਨੀ ਹਲਕੇ ਤੋਂ ਉਮੀਦਵਾਰ ਬਣੇ ਹੋ, ਮੁਬਾਰਕਾਂ ਤੁਹਾਨੂੰ। ਧੰਨਵਾਦ ਜੀ, ਬਹੁਤ ਬਹੁਤ। ਅੱਛਾ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰਾਮਗੜੀਆ ਭਾਈਚਾਰੇ ਤੋਂ ਮਾਫ਼ੀ ਮੰਗੀ, ਆ ਗਿਆ ਪੈਡ ਦੇ ਵਿੱਚ। ਬਾਕੀ ਜੀ ਪਿਛਲੇ ਦਿਨ ਇੱਕ ਚੋਣ ਰੈਲੀ ਦੇ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਈ ਇਤਰਾਜ਼ਯੋਗ ਸ਼ਬਦ ਨੇ ਜਿਹੜੇ ਉਹ ਰਾਮਗੜੀਆ ਭਾਈਚਾਰੇ ਦੇ ਸੰਬੰਧੀ ਵਰਤੇ ਸੀ। ਉਹਨਾਂ ਨੇ ਸਟੇਜ ਤੋਂ ਭਰੇ ਪੰਡਾਲ ਦੇ ਵਿੱਚ ਮੈਂ ਗੁੱਲੀ ਘੜਨੀ, ਮੈਂ ਇਹ ਨੀ, ਇਹ ਮਤਲਬ ਇੱਦਾਂ ਦੀਆਂ ਬਹੁਤ ਹੀ ਇਤਰਾਜ਼ਯੋਗ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਸੀ। ਉਹਨਾਂ ਦੀ ਸ਼ਬਦਾਵਲੀ ਸੀ ਜਿਹੜੀ ਉਹ ਹੰਕਾਰ ਭਰੀ ਸੀ, ਜਿਹਦੇ ਕਰਕੇ ਪੰਜਾਬ ਦਾ ਰਾਮਗੜੀਆ ਭਾਈਚਾਰਾ ਤੇ ਸਵਰਨਕਾਰ ਭਾਈਚਾਰਾ ਉਹ ਪ੍ਰਦਰਸ਼ਨ ਕਰਿਆ। ਉਹਨਾਂ ਨੇ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਜਾ ਕੇ ਉਹਨਾਂ ਨੇ ਆਪਦੇ ਔਜ਼ਾਰ ਲੈ ਕੇ ਸਾਰੇ ਰੋਸ ਪ੍ਰਦਰਸ਼ਨ ਕੀਤਾ, ਕੱਲ ਆਪਾਂ ਉਹਦਾ ਜ਼ਿਕਰ ਵੀ ਕੀਤਾ ਸੀਗਾ। ਤਾਂ ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਔਰ ਉੱਥੇ ਜਾ ਕੇ ਉਹਨਾਂ ਨੇ ਭੁੱਲ ਬਖਸ਼ਾਈ। ਉੱਥੇ ਉਹਨਾਂ ਨੇ ਕਿਹਾ ਕਿ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਭਾਈਚਾਰੇ ਦੇ ਖਿਲਾਫ ਜਿਹੜੇ ਗਲਤ ਸ਼ਬਦ ਨਿਕਲੇ ਉਹਦੇ ਲਈ ਅੱਜ ਉਹ ਹੱਥ ਜੋੜ ਕੇ ਮਾਫ਼ੀ ਮੰਗਦੇ ਨੇ, ਆਪਦੀ ਭੁੱਲ ਬਖਸ਼ਾਉਣ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ। ਔਰ ਉਹਨਾਂ ਨੇ ਕਿਹਾ ਕਿ ਚੋਣ ਰੈਲੀ ਦੇ ਦੌਰਾਨ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਬੋਲਾਂ ਨਾਲ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਆ ਤਾਂ ਖਿਮਾ ਮੰਗਦੇ ਆ, ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਇੰਨੀ ਕਿਸਮਤ ਬਖਸ਼ਣ ਕਿ ਅੱਗੇ ਤੋਂ ਉਹਨਾਂ ਦੇ ਮੂੰਹ ਵਿੱਚੋਂ ਕਿਸੇ ਭਾਈਚਾਰੇ ਖਿਲਾਫ਼ ਭੁੱਲ ਕੇ ਵੀ ਕੋਈ ਸ਼ਬਦ ਨਾ ਨਿਕਲੇ। ਮਾਫ਼ੀ ਮੰਗੀ ਆ, ਚੰਗੀ ਗੱਲ ਹੈ, ਮਾਫ਼ੀ ਮੰਗ ਲੈਣੀ ਚਾਹੀਦੀ ਸੀ, ਇਸ ਤੋਂ ਪਹਿਲਾਂ ਹੀ ਮੰਗ ਲੈਣੀ ਚਾਹੀਦੀ ਸੀ। ਪਰ ਰਾਮਗੜੀਆ ਭਾਈਚਾਰਾ ਤਾਂ ਇੱਥੋਂ ਤੱਕ ਗੱਲ ਕਹਿ ਰਿਹਾ ਕਿ ਉਹਨਾਂ ਦੀ ਉਮੀਦਵਾਰੀ ਹੈ ਜਿਹੜੀ ਉਹ ਰੱਦ ਕੀਤੀ ਜਾਵੇ, ਉਹਨਾਂ ਨੂੰ ਉਮੀਦਵਾਰ ਬਣਾਇਆ ਹੋਇਆ ਗਾ। ਤਾਂ ਸਵਾਲ ਇਹ ਵੀ ਖੜਾ ਹੁੰਦਾ ਕਿ ਐਡੇ ਜ਼ਿੰਮੇਵਾਰ ਅਹੁਦੇ ਤੇ ਪਹੁੰਚਣ ਦੇ ਬਾਵਜੂਦ ਇੰਨਾ ਜ਼ਿਆਦਾ ਜਿਹੜਾ ਹੰਕਾਰ ਵਿਅਕਤੀ ਦੇ ਵਿੱਚ ਉਹ ਨਹੀਂ ਆਉਣਾ ਚਾਹੀਦਾ। ਜ਼ਮੀਨ ਦੇ ਨਾਲ ਵਿਅਕਤੀ ਨੂੰ ਜੁੜੇ ਰਹਿਣਾ ਚਾਹੀਦਾ ਔਰ ਸਾਰੇ ਭਾਈਚਾਰਿਆਂ ਦੀ ਸਮੂਹਿਕ ਤੌਰ ਦੇ ਉੱਤੇ ਜਿਹੜੀ ਮਾਣ ਸਨਮਾਨ ਇੱਜ਼ਤ ਸਤਿਕਾਰ ਕਰਨਾ ਚਾਹੀਦਾ ਜੀ। ਬਿਲਕੁਲ, ਪੂਰੀ ਉਹ ਜਬਲੀ ਹੈ, ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਰੁਤਬਾ ਕਿੱਡਾ। ਅੱਛਾ, ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਹੁਣ ਫਿਰ ਕੱਲ੍ਹ ਮੈਂ ਸਦੀਕ ਵੀ ਬੋਲਦਾ ਸੁਣਿਆ, ਕਹਿੰਦਾ ਵੀ ਉਹਦੀ ਕੁਆਲੀਫਿਕੇਸ਼ਨ ਕੀ ਹੈ। ਮੈਂ ਕਿਹਾ ਗਾਇਕ ਜੀ ਆਪਣੀ ਕੁਆਲੀਫਿਕੇਸ਼ਨ ਕੀ ਹੈ? ਅਤੇ ਹੁਣ ਸਾਰੇ ਲੱਗੇ ਉਹਨੇ ਇੱਕ ਦੂਜੇ ਤੋਂ, ਬਹੁਤ ਹੁੰਦਾ ਹੈ ਇੱਕ ਗਾਉਣ ਵਾਲੇ ਬੰਦੇ ਨੂੰ ਤੂੰਬੀ ਖੜਕਾਉਣ ਵਾਲੇ ਨੂੰ MP ਬਣਾਤਾ ਦੋ ਵਾਰ ਅਤੇ ਝੂਟੇ ਲੈ ਲਏ, ਦਿੱਲੀ ਰਹਿ ਲਏ, ਬਹੁਤ ਹੁੰਦਾ। ਪਰ ਹੁਣ ਸਾਰੇ ਗੁੱਸੇ ਨੇ, ਸਾਰੇ ਗੁੱਸੇ ਨੇ ਜੀ। ਗੁੱਸੇ ਤਾਂ ਇਸ ਵਾਰ ਜਿੰਨੇ ਤੱਕ ਕਦੇ ਵੀ ਨਹੀਂ ਦੇਖੇ, ਐਤਕੀ ਤਾਂ ਨਾਰਾਜ਼ ਹੋਏ ਨਾਲ ਦੀ ਨਾਲ ਪਾਰਟੀ ਬਦਲੀ, ਨਾਰਾਜ਼ ਹੋਏ ਨਾਲ ਦੀ ਨਾਲ ਪਾਰਟੀ ਬਦਲੀ। ਜਿਸ ਰੂਪ ਦੇ ਵਿੱਚ ਇਸ ਵਾਰ ਇਹ ਨੀ ਸਮਝ ਆਈ ਵੀ ਅਕਾਲੀ ਦਲ ਵਾਲੇ ਕਿੰਨੇ ਆਮ ਆਦਮੀ ਪਾਰਟੀ ਚਲੇ ਗਏ
ਔਰ ਆਮ ਆਦਮੀ ਪਾਰਟੀ ਵਾਲੇ ਕਈ ਕਾਂਗਰਸ ਤੱਕ ਚਲੇ ਗਏ, ਈਵਨ ਸਿਟਿੰਗ ਮੈਂਬਰ ਪਾਰਲੀਮੈਂਟ ਟਿਕਟ ਦਿੱਤੀ ਹੋਈ, ਕਈਆਂ ਨੇ ਤਾਂ ਟਿਕਟਾਂ ਖਾਤਰ ਚਲੇ ਗਏ। ਅਸੀਂ ਸ਼੍ਰੀ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੋਈ ਸੀ, ਜਲੰਧਰ ਤੋਂ ਸੁਧਰੇ ਟਿਕਟ ਭਾਜਪਾ ਚਲਿਆ ਗਿਆ, ਕਹਿੰਦਾ ਜੀ ਟਿਕਟ ਕੋਈ ਗੱਲ ਨੀ ਭਾਜਪਾ ਕਣੀ ਉਹ ਵੀ ਆਜੂ। ਤਾਂ ਇਹ ਹਾਲਤ ਹੈਗੀ ਜਿਹੜੀ ਉਹ ਬਣੀ ਆ। ਸੋ ਕਈਆਂ ਦਾ ਦਰਦ ਵੀ ਝਲਕਿਆ ਗਾ, ਤੁਸੀਂ ਮੁਹੰਮਦ ਸਦੀਕ ਦਾ ਜ਼ਿਕਰ ਕੀਤਾ, ਮੁਹੰਮਦ ਸਦੀਕ ਕਹਿੰਦਾ ਕਿ ਮੈਂ ਤਾਂ ਪੰਚਾਇਤਾਂ ਨਾਲ ਜੁੜਿਆ ਹੋਇਆ ਸੀ, ਗਰਾਊਂਡ ਲੈਵਲ ਦੇ ਉੱਤੇ ਜੁੜਿਆ ਹੋਇਆ ਸੀ। ਉਹ ਕਹਿੰਦੇ ਜਿਹੜੀ ਬੀਬੀ ਨੂੰ ਟਿਕਟ ਦਿੱਤੀ ਆ ਸਾਹੂਕੇ ਨੂੰ, ਮੈਂ ਤਾਂ ਉਹਨੂੰ ਜਾਣਦਾ ਵੀ ਨੀ, ਕਿਤੇ ਮਿਲਿਆ ਵੀ ਨੀ ਇਸ ਮਾਰ ਕੇ। ਔਰ ਲਖਵੀਰ ਸਿੰਘ ਲੱਖਾ ਕਾਂਗਰਸ ਪਾਰਟੀ ਦਾ MLA ਰਿਹਾ, ਉਹ ਕਹਿੰਦਾ ਮੇਰੀ ਟਿਕਟ ਜਿਹੜੀ ਹੈਗੀ ਉਹ ਕਟਾਈ ਗਈ ਹੈ, ਮੈਨੂੰ ਟਿਕਟ ਨਹੀਂ ਮਿਲੀ। ਸੁਖਵਿੰਦਰ ਸਿੰਘ ਡੈਣੀ ਹੈ ਕਾਂਗਰਸ ਪਾਰਟੀ ਦਾ, ਫਰੀਦਕੋਟ ਏਰੀਏ ਦਾ ਵੱਡਾ ਲੀਡਰ ਰਿਹਾ ਗਾ, ਔਰ ਉਹ ਕਹਿੰਦਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਆਪਦਾ ਦਰਦ ਹੈਗਾ ਜਿਹੜਾ ਉਹ ਲਿਖਿਆ। ਯਾਨੀ ਕਿ ਬਹੁਤੇ ਤਾਂ ਪਾਰਟੀਆਂ ਬਦਲ ਕੇ ਚਲੇ ਗਏ, ਬਹੁਤੇ ਨੇ ਜਿਹੜੇ ਉਹ ਇਸ ਰੂਪ ਦੇ ਵਿੱਚ ਹੁਣ ਸੋਸ਼ਲ ਮੀਡੀਆ ਦੇ ਉੱਤੇ ਗੁੱਸਾ ਕੱਢ ਰਹੇ ਨੇ। ਸਵਾਲ ਇਹ ਹੈ ਕਿ ਜੇ ਭਾਈ ਤੁਹਾਡੇ ਮਨ ਦੇ ਵਿੱਚ ਇੰਨਾ ਦਰਦ ਹੈ ਕਿ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੈ, ਫਿਰ ਉਮੀਦਵਾਰ ਬਣਾਇਆ ਕਿ ਨਾ ਬਣਾਇਆ, ਸਵਾਲ ਇਹ ਵੀ ਹੈ। ਦੂਸਰਾ ਇਹ ਕਿ ਜਿਸ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਾਰ ਦੀ ਸਥਿਤੀ ਬਣੀ ਹੋਈ ਆ, ਉਹ ਸਥਿਤੀ ਇਹ ਬਣੀ ਹੋਈ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਲੋਕ ਅੱਕੇ ਹੋਏ ਨੇ। ਲੋਕ ਇਸ ਵਾਰ ਗਿੱਲ ਸਾਹਿਬ ਦੇਖੋ ਅਕਾਲੀਆਂ ਕਾਂਗਰਸੀਆਂ ਤੋਂ ਪਹਿਲਾਂ ਹੀ ਅੱਕੇ ਹੋਏ ਸੀ, ਉਹਨਾਂ ਨੂੰ ਹਰਾਉਣ ਦੇ ਲਈ ਲੋਕਾਂ ਨੇ ਵੋਟਾਂ ਪਾਈਆਂ, ਜਿਹਦੇ ਚੋਂ ਆਮ ਆਦਮੀ ਪਾਰਟੀ ਜਿੱਤੀ। ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਅਸੀਂ 92 ਜਿੱਤ ਗਏ ਜੀ, ਅਸੀਂ 13-0 ਆ ਜੀ। ਸਵਾਲ ਤਾਂ ਇਹ ਹੈ ਕਿ ਲੋਕਾਂ ਨੇ ਇਹਨਾਂ ਨੂੰ ਜਿਤਾਉਣ ਲਈ ਵੋਟਾਂ ਨਹੀਂ ਪਾਈਆਂ, ਲੋਕਾਂ ਨੇ ਅਕਾਲੀਆਂ ਕਾਂਗਰਸ ਜਾਂ ਭਾਜਪਾ ਨੂੰ ਹਰਾਉਣ ਲਈ ਵੋਟਾਂ ਪਾਈਆਂ ਸੀ। ਹੁਣ ਇਸ ਵਾਰ ਜਿਹੜੀ ਸਥਿਤੀ ਆ, ਆਮ ਆਦਮੀ ਪਾਰਟੀ ਦਾ ਬਿਲਕੁਲ ਬਹੁਤਾ ਪੋਜ਼ਿਟਿਵ ਰੋਲ ਜਿਹੜਾ ਲੋਕਾਂ ਨੇ 2 ਸਾਲਾਂ 'ਚ ਦੇਖਿਆ ਨੀ। ਬੀਬੀ ਉਹਦੀਆਂ ਤਾਂ 1000 ਰੁਪਈਆ ਮੰਗੀ ਜਾਂਦੀਆਂ, ਕਹਿੰਦੀਆਂ ਕਹਿ ਕੇ ਗਿਆ ਸੀ ਕੇਜਰੀਵਾਲ ਵੀ 1000-1000 ਖਾਤਿਆਂ 'ਚ ਆਊਗਾ। ਹੁਣ ਆਹ ਚੋਣ 'ਚ ਆਵੇ ਸਾਡੇ ਕੋਲ, ਅਸੀਂ ਪੁੱਛੀਏ ਵੀ 1000 ਰੁਪਈਆ ਕਿੱਧਰ ਗਿਆ ਸਾਡਾ ਖਾਤਿਆਂ 'ਚ ਆਉਣ ਵਾਲਾ। ਉਹ ਇੱਦਾਂ ਦੇ ਮਤਲਬ ਸਾਰੇ ਪੁਆਇੰਟ ਨੇ, ਬੇਰੁਜ਼ਗਾਰੀ ਦਾ ਮਸਲਾ, ਨਸ਼ਿਆਂ ਦਾ ਮਸਲਾ, ਪੰਜਾਬ ਦੇ ਮੂੰਹ ਅੱਡੀ ਖੜਾ, ਬੇਲੋੜਾ ਪੰਜਾਬ 'ਚੋਂ ਹੋ ਰਿਹਾ ਇਹ ਦਿਨ ਪ੍ਰਵਾਸ, ਜਹਾਜ਼ਾਂ ਦੇ ਜਹਾਜ਼ ਭਰ ਕੇ ਜਿਸ ਰੂਪ 'ਚ ਪੰਜਾਬ 'ਚੋਂ ਪੰਜਾਬ ਦੀ ਜਵਾਨੀ ਤੇ ਪੰਜਾਬ ਦਾ ਪੈਸਾ ਜਾ ਰਿਹਾ ਹੈਗਾ, ਤਮਾਮ ਚੀਜ਼ਾਂ ਦਾ ਕਿਸੇ ਰਾਜਨੀਤਿਕ ਪਾਰਟੀ ਨੇ ਹੱਲ ਨਹੀਂ ਕੱਢਿਆ ਜੀ। ਔਰ ਨਾਰਾਜ਼ ਚੱਲ ਰਹੇ ਨੇ ਜਿਹੜੇ ਆ, ਉਹ ਟਿਕਟਾਂ ਨਹੀਂ ਮਿਲੀਆਂ ਜੀ। ਅੱਛਾ ਜੀ, ਚੰਡੀਗੜ੍ਹ 'ਚ ਇੱਕ ਸਮਾਗਮ ਰੱਖਿਆ, ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਭਾਜਪਾ ਆਗੂ ਆਏ ਨੇ ਜੀ? ਫਿਰ ਬਿਲਕੁਲ ਨਹੀਂ ਆਏ ਜੀ। ਕਿਸਾਨਾਂ ਨੇ ਸੀਟਾਂ ਦੇ ਉੱਤੇ ਉਹਨਾਂ ਦੀਆਂ ਫੋਟੋਆਂ ਲਾ ਤੀਆਂ, ਸੁਨੀਲ ਜਾਖੜ ਦੀ, ਅਮਿਤ ਸ਼ਾਹ ਦੀ, JP ਨੱਡਾ ਦੀ, ਔਰ ਲਾ ਕੇ ਉਹਨਾਂ ਦੀਆਂ ਕੁਰਸੀਆਂ ਦੇ ਉੱਤੇ ਤਸਵੀਰਾਂ, ਉਹਨਾਂ ਨੂੰ ਕਿਸਾਨਾਂ ਨੇ ਫਿਰ ਸੰਬੋਧਨ ਕਰਕੇ ਆਪਦੀਆਂ ਗੱਲਾਂ ਜਿਹੜੀਆਂ ਉਹ ਸੁਣਾਈਆਂ। ਦਰਅਸਲ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਪਿਛਲੇ ਲਗਭਗ 3 ਮਹੀਨਿਆਂ ਤੋਂ ਪ੍ਰੋਟੈਸਟ ਕਰ ਰਹੇ ਨੇ। ਉੱਥੇ ਪੱਕਾ ਮੋਰਚਾ ਲੱਗਿਆ ਹੋਇਆ, ਇਦੋਂ ਪੂਰਾ ਸੀਜ਼ਨ ਪੀਕ ਦੇ ਉੱਤੇ ਆ, ਕਣਕ ਦੀ ਵਾਢੀ ਚੱਲ ਰਹੀ ਆ, ਲੇਕਿਨ ਕਿਸਾਨ ਫਿਰ ਵੀ ਜਿਹੜੇ ਨੇ ਉਹ ਉੱਥੇ ਡਟੇ ਹੋਏ ਨੇ। ਉਹਦੇ ਨਾਲ 3 ਕਿਸਾਨ ਆਗੂ, ਜਿਹਦੇ 'ਚ ਵਾਟਰ ਕੈਨਨ ਵਾਲਾ ਮੁੰਡਾ ਨਵਦੀਪ ਹਰਿਆਣੇ ਵਾਲਾ ਤੇ ਉਹਦੇ 2 ਹੋਰ ਸਾਥੀ ਹਰਿਆਣਾ ਪੁਲਿਸ ਮੋਹਾਲੀ ਤੋਂ ਚੱਕ ਕੇ ਲੈ ਗਈ ਸੀ। ਉਹ 3 ਦੀ ਰਿਹਾਈ ਦੇ ਲਈ ਰੇਲਾਂ ਰੋਕੀਆਂ ਹੋਈਆਂ ਨੇ ਕਿਸਾਨਾਂ ਨੇ, ਔਰ ਲਗਭਗ 300 ਤੋਂ ਵੱਧ ਰੇਲ ਗੱਡੀਆਂ ਹੁਣ ਤੱਕ ਕੈਂਸਲ ਹੋ ਚੁੱਕੀਆਂ, ਕਈਆਂ ਦੇ ਰੂਟ ਬਦਲੇ ਗਏ ਨੇ। ਨੌਰਥ ਰੇਲਵੇ ਆ ਜਿਹੜਾ, ਉੱਤਰੀ ਰੇਲਵੇ, ਉਹ ਹਿੱਲਿਆ ਪਿਆ ਕਿਸਾਨਾਂ ਦੇ ਇਸ ਜਾਮ ਕਰਕੇ। ਉਹ ਵੱਡਾ ਹਾਈਵੇ ਆ ਜਿਹੜਾ ਰਾਜਪੁਰਾ ਦਿੱਲੀ ਨੂੰ ਜੋੜਦਾ ਗਾ। ਤਾਂ ਇਸ ਰੂਪ ਦੇ ਵਿੱਚ ਕਿਸਾਨਾਂ ਦਾ ਪ੍ਰੋਟੈਸਟ ਜਿਹੜਾ ਜਾਰੀ ਆ। ਇਸੇ ਪ੍ਰੋਟੈਸਟ ਦੇ ਦਰਮਿਆਨ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਸੱਦਾ ਦਿੱਤਾ ਸੀ ਕਿ ਆਓ ਸਾਡੇ ਨਾਲ ਬਹਿਸ ਕਰੋ ਮੁੱਦਿਆਂ ਦੇ ਉੱਤੇ, ਸਾਡੇ ਨਾਲ ਗੱਲ ਕਰੋ।
ਕਿ ਤੁਸੀਂ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਨਹੀਂ ਹੈ, ਤੁਸੀਂ ਸਾਡੀਆਂ ਮੰਗਾਂ ਦੇ ਉੱਤੇ ਗੱਲ ਨਹੀਂ ਕੀਤੀ। ਇਸ ਵਿਸ਼ੇ ਦੇ ਉੱਤੇ ਕਿਸਾਨਾਂ ਨੇ ਭਾਜਪਾ ਨੂੰ ਚੁਣੌਤੀ ਜਿਹੜੀ ਅੱਜ ਦਿੱਤੀ, ਤਾਂ ਅੱਜ ਕਿਸਾਨ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਕੱਤਰ ਹੋਏ, ਉੱਥੇ ਸਮਾਗਮ ਹੋਇਆ ਔਰ ਬੀਜੇਪੀ ਦੇ ਲੀਡਰਾਂ ਨੂੰ ਪਹਿਲਾਂ ਉਡੀਕਿਆ, ਉਹਨਾਂ ਨੇ ਕੋਈ ਲੀਡਰ ਨਹੀਂ ਆਇਆ। ਉਸ ਤਰ੍ਹਾਂ ਕੁਰਸੀਆਂ ਦੇ ਉੱਤੇ ਉਹਨਾਂ ਦੀਆਂ ਤਸਵੀਰਾਂ ਵੱਡੀਆਂ ਵੱਡੀਆਂ ਲਾਈਆਂ ਰੱਖੀਆਂ ਗਈਆਂ ਕਿ ਆਹ ਭਾਈ ਸ੍ਰੀ ਜਾਖੜ ਦੀ ਤਸਵੀਰ ਪਈ ਆ, ਜੇਪੀ ਨੱਡਾ ਹੋਰਾਂ ਦੀ ਤਸਵੀਰ ਪਈ ਆ ਔਰ ਉਹਨਾਂ ਦੇ ਉੱਤੇ ਵਿਅੰਗ ਕਰਕੇ ਉਹਨਾਂ ਨੇ ਆਪਦੀਆਂ ਮੰਗਾਂ ਜਿਹੜੀਆਂ ਉਹ ਰੱਖੀਆਂ। ਔਰ ਜੇਕਰ ਕੀਤਾ ਕਿ ਭਾਈ ਤੁਸੀਂ ਸਾਨੂੰ MSP ਨਹੀਂ ਦਿੱਤੀ, ਤੁਸੀਂ ਲਖੀਮਪੁਰ ਖੀਰੀ ਦੇ ਮਸਲੇ 'ਚ ਸਾਨੂੰ ਅਜੇ ਤੱਕ ਇਨਸਾਫ਼ ਨਹੀਂ ਦਿੱਤਾ, ਸਾਡੇ 3 ਨੌਜਵਾਨ ਤੁਸੀਂ ਚੱਕ ਕੇ ਜੇਲ੍ਹ 'ਚ ਬੰਦ ਕੀਤੇ ਹੋਏ ਨੇ, ਔਰ ਇਹ ਚੀਜ਼ ਸ਼ੁਭਕਰਨ ਸਿੰਘ ਦੀ ਸ਼ਹਾਦਤ ਦਾ ਮੁੱਦਾ ਉਭਾਰਿਆ ਕਿ ਕਿਵੇਂ ਮਤਲਬ ਤੁਸੀਂ ਨਿਹੱਥੇ ਲੋਕਾਂ ਦੇ ਉੱਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਆਪਦੇ ਦੇਸ਼ ਦੀ ਰਾਜਧਾਨੀ ਵੱਲ ਵੱਧ ਰਹੇ ਲੋਕਾਂ 'ਤੇ ਗੋਲੀਆਂ ਚਲਾਈਆਂ। ਜੀ, ਤਰਨ ਤਾਰਨ ਦੇ ਪਿੰਡ 'ਚ ਉੱਤਰਾਖੰਡ ਦੀ ਪੁਲਿਸ ਨੇ ਮਨਿਆਦੀ ਕਰਾਤੀ ਆ ਕੇ। ਬਿਲਕੁਲ ਜੀ, ਔਰ ਕਿਉਂਕਿ ਉੱਤਰਾਖੰਡ ਦੇ ਵਿੱਚ ਬਾਬਾ ਤਰਸੇਮ ਸਿੰਘ ਦੀ ਹੱਤਿਆ ਦਾ ਮਸਲਾ ਗਾ ਜਿਹੜਾ ਉਹ ਭਟਿਆ ਹੋਇਆ, ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਨਾਨਕ ਮੱਤਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਘਰ ਸੇਵਾ ਵਾਲੇ ਬਾਬਾ ਨੂੰ ਗੋਲੀ ਆ ਜਿਹੜੀ ਉਹ ਮਾਰ ਦਿੱਤੀ ਗਈ ਸੀ। ਔਰ ਇਸ ਕੇਸ ਦੇ ਵਿੱਚ ਤਰਨ ਤਾਰਨ ਦੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੌਜਵਾਨ ਜਿਹੜਾ ਗਾ ਉਹ ਇਨਵੋਲਵ ਦੱਸਿਆ ਜਾਂਦਾ ਗਾ। ਔਰ ਸਰਬਜੀਤ ਸਿੰਘ ਮੀਆਂ ਪਿੰਡ ਪਿੰਡ ਪੰਜਾਬ ਦਾ ਵਸਨੀਕ, ਜਦਕਿ ਬਿੱਟੂ ਉੱਤਰਾਖੰਡ ਨੇਲ ਦੇ ਪਿੰਡ ਦਾ ਵਸਨੀਕ ਦੱਸਿਆ ਜਾਂਦਾ ਸੀ। ਦੋ ਜਣਿਆਂ ਦਾ ਨਾਂ ਜਿਹੜਾ ਉਹ ਆਇਆ ਸੀ, ਹਾਲਾਂਕਿ FIR ਦੇ ਵਿੱਚ ਕਈਆਂ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਸੀ। ਤਾਂ ਅੱਜ ਤਰਨ ਤਾਰਨ ਦੇ ਵਿੱਚ ਉਸ ਨੌਜਵਾਨ ਦੇ ਪਿੰਡ ਦੇ ਵਿੱਚ ਉੱਤਰਾਖੰਡ ਪੁਲਿਸ ਦੇ ਵੱਲੋਂ ਮਨਿਆਦੀ ਕਰਾਈ ਗਈ। ਮਨਿਆਦੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁੰਦੀ ਸੀ, ਢੋਲ ਦੇ ਉੱਤੇ ਲੋਕਾਂ ਨੂੰ ਇਕੱਠੇ ਕਰਕੇ ਸੁਣੋ ਸੁਣੋ ਕਹਿ ਕੇ, ਮਤਲਬ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਔਰ ਉਹਦੇ 'ਚ ਕਿਹਾ ਜਾ ਰਿਹਾ ਕਿ ਭਾਈ ਜੇ ਇੰਨੀ ਤਰੀਕ ਤੱਕ ਇਹ ਪੇਸ਼ ਨਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਇਸ ਦੀ ਚੱਲ ਅਚੱਲ ਸੰਪੱਤੀ ਜਿਹੜੀ ਉਹ ਕੁਰਕ ਕੀਤੀ ਜਾਊਗੀ। ਜੇ ਜਿਸ ਰੂਪ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀਗਾ, ਉਸੇ ਤਰ੍ਹਾਂ ਦੀ ਬੁਨਿਆਦੀ ਹੈ ਜਿਹੜੀ ਉਹ ਕਰਵਾਈ ਗਈ ਹੈ। ਜੀ, ਬਠਿੰਡੇ ਝੁੱਗੀਆਂ ਨੂੰ ਅੱਗ ਲੱਗ ਗਈ, ਨੁਕਸਾਨ ਖਾਸਾ ਹੋਇਆ। ਬੜੀ ਮਹਤਭਾਗੀ ਘਟਨਾ ਵਾਪਰੀ ਹੈ ਜੀ। ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਗ ਲੱਗਣ ਦੀਆਂ ਘਟਨਾਵਾਂ ਇਹਨਾਂ ਦਿਨਾਂ ਦੇ ਵਿੱਚ ਵਾਪਰ ਰਹੀਆਂ ਨੇ, ਕਿਉਂਕਿ ਇੱਕ ਤਾਂ ਟੈਂਪਰੇਚਰ ਵਧਿਆ ਹੋਇਆ ਗਾ, ਦੂਸਰਾ ਇਹ ਕਿ ਸਪਾਰਕਿੰਗ ਦੇ ਨਾਲ ਜਾਂ ਹੋਰ ਚੀਜ਼ਾਂ ਕਰਕੇ ਅੱਗ ਜਿਹੜੀ ਉਹ ਲੱਗਦੀ ਆ। ਬਠਿੰਡਾ ਦੀ ਜਨਤਾ ਨਗਰ ਦੇ ਸਾਹਮਣੇ ਨਹਿਰ ਵਾਲੇ ਪਾਸੇ ਇੱਕ ਕਲੋਨੀ ਬਣੀ ਹੋਈ ਆ, ਉੜੀਆ ਕਲੋਨੀ ਉਹਨੂੰ ਕਹਿੰਦੇ ਨੇ, ਉਹਦੇ 'ਚ ਅੱਜ ਅੱਗ ਲੱਗ ਗਈ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ, ਪਰ ਉਦੋਂ ਤੱਕ ਇਹ ਘਟਨਾ ਦੇ ਵਿੱਚ ਜਿਹੜਾ ਦੋ ਬੱਚੀਆਂ, ਇੱਕ 6 ਦੀ ਬੱਚੀ ਸੰਜਨੀ ਕੁਮਾਰੀ ਤੇ ਇੱਕ 9 ਦੀ ਬੱਚੀ ਪ੍ਰਿਆ, ਉਹਨਾਂ ਦੀ ਮੌਤ ਹੋ ਚੁੱਕੀ ਸੀ, ਕਈ ਜ਼ਖਮੀ ਹੋ ਚੁੱਕੇ ਨੇ, ਕਈ ਦਰਜਨ ਝੁੱਗੀਆਂ ਨੇ ਜਿਹੜੀਆਂ ਉਹ ਸੜ ਕੇ ਸਵਾਹ ਹੋ ਗਈਆਂ ਨੇ ਔਰ ਉਹਨਾਂ ਗਰੀਬਾਂ ਦਾ ਜਿਹੜਾ ਤਿਲ ਫੁਲ ਜੋੜਿਆ ਹੋਇਆ ਸੀਗਾ ਜਾਂ ਉਹਨਾਂ ਦੇ ਰਹਿਣ ਦੇ ਲਈ ਜਿਹੜੇ ਕੱਪੜੇ ਪਾਉਣ ਦੇ ਲਈ ਤੰਨ ਢੱਕਣ ਦੇ ਲਈ ਕੱਪੜੇ ਸੀ ਉਹ ਸਾਰੇ ਮੱਚ ਗਏ। ਬੜੀ ਮੰਦਭਾਗੀ ਘਟਨਾ ਇਹ ਵਾਪਰੀ ਆ। ਇੱਕ ਹੋਰ ਘਟਨਾ ਵਾਪਰੀ ਆ, ਉਹਦੇ 'ਚ ਕਿਸਾਨ ਦੇ ਖੇਤ ਅੱਗ ਲੱਗ ਗਈ ਤਾਂ ਉਹਦੀ ਕਣਕ ਅੱਗ ਦੇ ਵਿੱਚ ਮੱਚ ਰਹੀ ਸੀ। ਕਿਸਾਨ ਵਿਚਾਰਾ ਇੱਕ ਤਾਂ ਵੈਸੇ ਹੀ ਪਰੇਸ਼ਾਨ ਹੋ ਜਾਂਦਾ ਹੈਗਾ, ਕਿਉਂਕਿ ਮੈਂ ਦੇਖੀ ਆ ਸਾਡੇ ਪਿੰਡਾਂ ਦੇ ਵਿੱਚ ਜਦੋਂ ਅੱਗ ਲੱਗਦੀ ਆ ਤਾਂ ਕਿਸਾਨ ਦੀ ਪੁੱਤਾਂ ਵਾਂਗ ਵਾਲੀ ਫਸਲ ਮੱਚ ਰਹੀ ਹੁੰਦੀ ਆ, ਤਾਂ ਵੈਸੇ BP ਜਿਹੜਾ ਕਿਸਾਨ ਦਾ ਉਹ ਵੱਧ ਜਾਂਦਾ, ਤਾਂ ਕਿਸਾਨ ਵਿਚਾਰਾ ਅੱਗ ਬੁਝਾਉਂਦਾ ਹੋਇਆ ਵਿੱਚ ਹੀ ਮੱਚ ਗਿਆ। ਬੜੀ ਮੰਦਭਾਗੀ ਘਟਨਾ ਇਹ ਅੱਜ ਵਾਪਰੀ ਆ। ਕਈ ਥਾਵਾਂ ਦੇ ਉੱਤੇ ਕਣਕ ਤੇ ਕਈ ਥਾਵਾਂ ਦੇ ਉੱਤੇ ਜਿਹੜਾ ਗਾਹੜ ਹੁੰਦਾ ਕਣਕ ਦਾ ਉਹਨੂੰ ਅੱਗ ਲੱਗਣ ਦੀਆਂ ਖ਼ਬਰਾਂ ਵੀ ਆਈਆਂ ਨੇ ਜੀ।
ਅੱਛਾ, ਤਿਹਾੜ ਜੇਲ੍ਹ ਦੇ ਵਿੱਚ ਸ਼ੂਗਰ ਵਾਲੀ ਦਵਾਈ ਪਹੁੰਚੀ ਕੇਜਰੀਵਾਲ ਨੂੰ ਕਿ ਨਹੀਂ? ਪਹੁੰਚ ਗਈ ਜੀ ਅੱਜ। ਦਾਵਾ ਦੇਖੋ ਇਹ ਹੈ ਵੀ ਪਹਿਲੇ ਦਿਨ ਪਹੁੰਚੀ ਅੱਜ। ਇਨਸੂਲਿਨ ਜਿਹੜੀ ਮੈਡੀਸਨ ਦਿੱਤੀ ਜਾਂਦੀ ਹੈ ਸ਼ੂਗਰ ਤੋਂ, ਉਹ ਅੱਜ ਪਹਿਲੇ ਦਿਨ ਪਹੁੰਚੀ। ਹਾਲਾਂਕਿ ਹੁਣ ਤੱਕ ਇਹ ਸੀਗਾ ਜਿਹੜਾ ਡਾਕਟਰ ਕਹਿੰਦੇ ਸੀ ਲੋੜ ਨਹੀਂ ਹੈ, ਔਰ ਇਹ ਖ਼ਬਰਾਂ ਵੀ ਬਾਹਰ ਆ ਰਹੀਆਂ ਸੀਗੀਆਂ ਕਿ ਈਡੀ ਨੇ ਦੱਸਿਆ ਸੀ ਕੋਰਟ ਦੇ ਵਿੱਚ ਜਾ ਕੇ, ਦੇਖੋ ਜੀ ਉਹ ਤਾਂ ਜਾਣ ਕੇ ਮਿਠਾਈਆਂ ਖਾ ਰਹੇ ਨੇ, ਅੰਬ ਖਾ ਰਹੇ ਨੇ, ਔਰ ਉਹ ਤਾਂ ਆਪਦਾ ਸ਼ੂਗਰ ਲੈਵਲ ਵਧਾਉਣਾ ਚਾਹੁੰਦੇ ਨੇ ਤਾਂ ਕਿ ਉਹਨਾਂ ਨੂੰ ਬੇਲ ਮਿਲ ਜੇ, ਔਰ ਉਹਨਾਂ ਨੂੰ ਜਿਹੜਾ ਖਾਣਾ ਘਰ ਦਾ ਖਾਣ ਦੀ ਇਜਾਜ਼ਤ ਆ ਜਿਹੜੀ ਕੇਜਰੀਵਾਲ ਨੂੰ, ਉਹ ਕੋਰਟ ਨੇ ਦੇਤੀ ਸੀ ਕਿਉਂਕਿ ਕੇਜਰੀਵਾਲ ਨੂੰ ਲੈਵਲ 2 ਦੀ ਸ਼ੂਗਰ ਹੈ। ਉਸ ਤੋਂ ਬਾਅਦ ਕੇਜਰੀਵਾਲ ਨੇ ਅਦਾਲਤ ਦੇ ਵਿੱਚ ਮੰਗ ਕੀਤੀ ਸੀ ਕਿ ਉਸ ਨੂੰ ਹਰ ਰੋਜ਼ 15 ਮਿੰਟ ਵੀਡੀਓ ਕਾਨਫਰੰਸ ਦੇ ਜ਼ਰੀਏ ਡਾਕਟਰ ਦੇ ਨਾਲ ਜਿਹੜੀ ਹੈਗੀ ਉਹ ਮੁਲਾਕਾਤ ਕਰਾਈ ਜਾਵੇ ਤਾਂ ਕਿ ਉਹ ਡਾਕਟਰ ਦੇ ਨਾਲ ਆਪਣੀ ਬਿਮਾਰੀ ਸੰਬੰਧੀ ਕੰਸਲਟ ਕਰ ਸਕਣ। ਕੋਰਟ ਨੇ ਇਹ ਗੱਲ ਤਾਂ ਰੱਦ ਕਰਤੀ ਸੀ। ਕੋਰਟ ਨੇ ਏਮਜ ਜਿਹੜਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਹੈ ਉਹਦੇ ਡਾਕਟਰਾਂ ਨੂੰ ਕਿਹਾ ਸੀ ਕਿ ਇੱਕ ਪੈਨਲ ਬਣਾਇਆ ਜਾਵੇ, ਪੈਨਲ ਬਣਾ ਕੇ ਡਾਕਟਰਾਂ ਦਾ ਮੈਡੀਕਲ ਬੋਰਡ ਬਣਾ ਕੇ ਕੇਜਰੀਵਾਲ ਦੀ ਜਾਂਚ ਕੀਤੀ ਜਾਵੇ, ਦੱਸਿਆ ਜਾਵੇ ਕਿ ਉਹਨੂੰ ਕਿਹੜੀ ਮੈਡੀਸਨ ਦੀ ਲੋੜ ਹੈ। ਉਹਦੇ ਚ ਅੱਜ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਚੈੱਕ ਕੀਤਾ ਗਿਆ ਜੀ, 217 ਸ਼ੂਗਰ ਲੈਵਲ ਸੀ ਕੇਜਰੀਵਾਲ ਦਾ। ਉਹ ਤੋਂ ਬਾਅਦ ਏਮਜ ਦੇ ਡਾਕਟਰਾਂ ਨੇ ਕਿਹਾ ਕਿ ਇਹਨੂੰ ਇਨਸੂਲਿਨ ਜਿਹੜੀ ਮੈਡੀਸਨ ਹੈ ਉਹ ਦੇ ਦਿੱਤੀ ਜਾਵੇ। ਅੱਜ ਪਹਿਲੇ ਦਿਨ ਉਹਨੂੰ ਇਨਸੂਲਿਨ ਆ ਜਿਹੜੀ ਉਹ ਦਿੱਤੀ ਆ। ਦੂਸਰਾ ਇਹ ਕਿ ਅਰਵਿੰਦ ਕੇਜਰੀਵਾਲ ਦੇ ਮਸਲੇ ਦੀ ਅੱਜ ਫਿਰ ਸੁਣਵਾਈ ਹੋਈ ਹੈ ਜੀ, ਔਰ ਫਿਰ ਆਉਣ ਵਾਲੇ 14 ਦਿਨਾਂ ਦੇ ਲਈ ਅਰਵਿੰਦ ਕੇਜਰੀਵਾਲ ਹੋਰ ਜੇਲ੍ਹ ਦੇ ਵਿੱਚ ਰਹਿਣਗੇ। ਲੱਗਦਾ ਕਿ ਵੋਟਾਂ ਦੇ ਦੌਰਾਨ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਹੀ ਰਹਿਣਗੇ ਜੀ। ਤੇ ਨਾਲ ਇਹ ਦੱਸਿਓ ਵੀ ਹੁਣ ਲੁਧਿਆਣੇ ਜਿਹੜਾ ਕੁਛ ਹੋ ਰਿਹਾ, ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ ਦਾ ਗੁਣਾ ਪੈ ਸਕਦਾ? ਤੇ ਦੋਨੇ ਯਾਰ ਰਹੇ ਨੇ, ਪਹਿਲੀ ਵਾਰ ਰਵਨੀਤ ਬਿੱਟੂ ਨੂੰ ਜਿਤਾਇਆ ਹੀ ਭਾਰਤ ਭੂਸ਼ਣ ਨੇ, 1 ਕਰੋੜ ਰੁਪਈਆ ਫੰਡ ਇਕੱਠਾ ਕਰਕੇ ਦਿੱਤਾ, ਹੁਣ ਆਹਮੋ ਸਾਹਮਣੇ ਹੋਣਗੇ ਭਾਰਤ ਭੂਸ਼ਣ ਦੇ ਮੱਥੇ ਦੇ ਵਾਲ। ਇਹ ਦੱਸਦੇ ਆ ਵੀ ਖੰਡ ਨੂੰ ਤਿਆਰ ਹੈ, ਪੂਰੀ ਤਿਆਰੀ ਹੈ ਜੀ, ਔਰ ਦੋਨੇ ਚੰਗੇ ਮਿੱਤਰ ਰਹੇ ਨੇ। ਮੈਂ ਤਾਂ ਦੇਖਿਆ ਇਹ ਬੁਲਟ ਦੇ ਉੱਤੇ ਗੇੜੇ ਵੀ ਕੱਢਦੇ ਰਹੇ ਆ ਸ਼ਹਿਰ ਦੇ ਵਿੱਚ, ਔਰ ਦੋਨਾਂ ਦੀ ਖਾਤਰੀ ਬਣਦੀ ਸੀਗੀ। ਪਿਛਲੇ ਦਿਨਾਂ ਦੇ ਵਿੱਚ ਇੱਕ ਆਫਿਸ ਨੂੰ ਜੰਦਾ ਵੀ ਲਾਇਆ ਸੀ ਇਹ ਮਿਊਨਸਪੈਲਿਟੀ ਦੇ ਨੂੰ, ਉਦੋਂ ਵੀ ਬੜੀ ਚਰਚਾ ਹੋਈ ਸੀਗੀ, ਔਰ ਲੁਧਿਆਣਾ ਦੇ ਵਿੱਚ ਲੱਗਦਾ ਕਿ ਦੋਨੇ ਜਿਗਰੀ ਯਾਰ ਨੇ ਜਿਹੜੇ ਆਹਮੋ ਸਾਹਮਣੇ ਹੋਣਗੇ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਰਵਨੀਤ ਬਿੱਟੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਰਵਨੀਤ ਬਿੱਟੂ ਨੇ ਆਪਣੀ ਚੋਣ ਮੁਹਿੰਮ ਜਿਹੜੀ ਭਖਾ ਰੱਖੀ ਹੈ। ਬਿੱਟੂ ਨੂੰ ਸ਼ਾਇਦ ਲੱਗਦਾ ਕਿ ਲੁਧਿਆਣੇ ਦੇ ਵਿੱਚ ਜਿਹੜਾ ਵੋਟਰ ਹੈ ਉਹਦੇ ਵਿੱਚ, ਕਿਉਂਕਿ ਪ੍ਰਵਾਸੀ ਮਜ਼ਦੂਰ ਉੱਥੇ ਕਾਫੀ ਬਾਕੀ ਸੂਬਿਆਂ ਦੇ ਲੁਧਿਆਣੇ 'ਚ ਰਹਿੰਦੇ ਨੇ, ਮਤਲਬ ਪੰਜਾਬ 'ਚ ਸਭ ਤੋਂ ਵੱਧ ਲੁਧਿਆਣੇ ਦੇ ਵਿੱਚ ਹੀ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਹੋਈ ਆ। ਉਹ ਜੋ ਲੱਗ ਸਕਦਾ ਬਿੱਟੂ ਨੂੰ ਵੀ ਬੀਜੇਪੀ ਨੂੰ ਵੋਟ ਵੱਧ ਸਕਦੀ ਆ, ਬੀਜੇਪੀ ਦਾ ਵੋਟ ਬੈਂਕ ਉਹਨਾਂ ਦੇ ਵਿੱਚ ਹੋ ਸਕਦਾ, ਲੇਕਿਨ ਉਹਦਾ ਕਾਂਗਰਸ ਪਾਰਟੀ ਨੇ ਜਿਹੜਾ ਤੋੜ ਇਹ ਲੱਭਿਆ ਗਾ ਕਿ ਇਹਦੇ ਸਭ ਤੋਂ ਕਲੋਜ਼ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇ। ਉਹ 'ਚ ਹਾਲਾਂਕਿ ਟਿਕਟ ਦੇ ਕਾਂਗਰਸੀ ਦੇ ਦਾਅਵੇਦਾਰ ਬਹੁਤ ਨੇ, ਲੇਕਿਨ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਤੋਂ ਕਾਂਗਰਸ ਪਾਰਟੀ ਕਿਸੇ ਵੀ ਵੇਲੇ ਚੋਣ ਮੈਦਾਨ 'ਚ ਉਤਾਰ ਸਕਦੀ ਆ। ਜਿੰਨੀ ਕੁ ਜਾਣਕਾਰੀ ਮਿਲੀ ਆ ਕਿ ਹਰੀ ਝੰਡੀ ਮਿਲ ਚੁੱਕੀ ਆ ਭਾਰਤ ਭੂਸ਼ਣ ਆਸ਼ੂ ਨੂੰ, ਭਾਰਤ ਭੂਸ਼ਣ ਆਸ਼ੂ ਨੇ ਅੰਦਰ ਖਾਤੇ ਤਿਆਰੀ ਵੀ ਸ਼ੁਰੂ ਕਰਤੀ। ਦੂਸਰਾ ਇਹ ਵੀ ਪਤਾ ਲੱਗਿਆ ਕਿ ਬਿੱਟੂ ਨੂੰ ਤਾਂ ਪਤਾ ਹੀ ਨਹੀਂ ਵੋਟਾਂ ਕਿਵੇਂ ਪੈਂਦੀਆਂ ਲੁਧਿਆਣੇ 'ਚ। ਬਿੱਟੂ ਨੂੰ ਤਾਂ ਭਾਰਤ ਭੂਸ਼ਣ ਆਸ਼ੂ ਇਹ ਕਹਿੰਦਾ ਸੀ ਵੀ ਮੈਂ ਆਪੇ ਜ਼ਿੰਮੇਵਾਰ ਹਾਂ, ਤੈਨੂੰ ਵੋਟਾਂ ਮੈਂ ਪਵਾਉਂਗਾ, ਔਰ ਇਸੇ ਕਰਕੇ ਕਹਿੰਦੇ ਰਵਨੀਤ ਬਿੱਟੂ ਦੇ ਨਾਲ ਭਾਰਤ ਭੂਸ਼ਣ ਆਸ਼ੂ ਦੀ ਯਾਰੀ ਸੀ।
ਪਰ ਹੁਣ ਅਗਲੇ ਨੂੰ ਵੀ ਮੌਕਾ ਮਿਲਿਆ। ਹੋ ਸਕਦਾ ਬਿੱਟੂ ਤਾਂ ਐਵੇਂ ਸੋਚੀ ਬੈਠਾ ਵੀ ਮੈਂ ਭਾਜਪਾ ਚ ਜਾਊਂਗਾ ਮਗਰ ਮੇਰੇ ਯਾਰ ਵੀ ਆ ਜਾਣਗੇ, ਪਰ ਉਹਨੂੰ ਕੀ ਪਤਾ ਸੀਗਾ ਉਹਦਾ ਰਾਹ ਰੋਕਣ ਵਾਲੇ ਵੀ ਨਾਲ ਦੇ ਹੀ ਹੁੰਦੇ ਨੇ। ਤਾਂ ਭਾਰਤ ਭੂਸ਼ਣ ਆਸ਼ੂ ਪੂਰੀ ਤਿਆਰੀ ਦੇ ਵਿੱਚ ਹੈ ਜੀ। ਮੈਂ ਕਿਹਾ DSP ਸਾਹਿਬ ਸੰਗਰੂਰ ਤੋਂ ਚੋਣ ਲੜ ਰਹੇ ਨੇ, ਮਤਲਬ ਉਹਨਾਂ ਨੂੰ ਵੀ ਰਾਇ ਦੇਣੀ ਚਾਹੀਦੀ ਹੈ ਕਿ ਉਹ ਵੀ ਲੁਧਿਆਣੇ ਜਾਣ DSP ਸਿੱਖੋਂ, ਜਿਹਨਾਂ ਦਾ ਉਸ ਵਕਤ ਭਾਰਤ ਭੂਸ਼ਣ ਆਸ਼ੂ ਦੇ ਨਾਲ ਵਿਵਾਦ ਖੜਾ ਹੋਇਆ ਸੀ। ਉਹਨਾਂ ਨੇ ਵੀ ਬੜੀ ਯੁਰਤ ਦੇ ਨਾਲ DSP ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ ਕਈ ਮੰਗਾਂ ਜਿਹੜੀਆਂ ਉਠਾਈਆਂ ਨੇ, ਹਾਲਾਂਕਿ ਉਹਨਾਂ ਦੀ ਨੌਕਰੀ ਚੱਲੀ ਗਈ ਸੀ, ਉਹ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਜੀ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਹੋਰਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਮਿਲੇ ਨੇ ਬਠਿੰਡੇ ਵਾਲੇ। ਬਿਲਕੁਲ ਜੀ, ਬਠਿੰਡੇ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਬੜਾ ਜ਼ੋਰ ਲਾਇਆ ਗਿਆ ਸੀਗਾ ਸਰਦਾਰ ਬਲਕੌਰ ਸਿੰਘ ਸਿੱਧੂ ਨੂੰ ਕਿ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰੋ, ਲੇਕਿਨ ਬਲਕੌਰ ਸਿੰਘ ਸਿੱਧੂ ਨੇ ਚੋਣ ਮੈਦਾਨ ਦੇ ਵਿੱਚ ਉਤਰਨ ਤੋਂ ਇਨਕਾਰ ਕਰ ਦਿੱਤਾ ਸੀਗਾ। ਅੱਜ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੇ ਨੇ, ਮੁਲਾਕਾਤ ਹੋਈ ਹੈ। ਔਰ ਮੁਲਾਕਾਤ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਚਿੱਠੀ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਦਿੱਤੀ ਆ। ਉਹ ਚਿੱਠੀ ਦੇ ਵਿੱਚ ਉਹਨਾਂ ਨੇ 9 ਗੱਲਾਂ ਲਿਖੀਆਂ ਨੇ। ਉਹਨਾਂ ਨੇ ਕਿਹਾ ਕਿ ਆਹ 9 ਗੱਲਾਂ ਨੇ, ਤੁਸੀਂ ਚੋਣ ਲੜ ਰਹੇ ਹੋ, ਚੋਣਾਂ ਦੇ ਦੌਰਾਨ ਇਹ ਗੱਲਾਂ ਰੱਖੋ। ਉਹ ਚਿੱਠੀ ਦੀਆਂ 9 ਗੱਲਾਂ ਬੜੀਆਂ ਮਹੱਤਵਪੂਰਨ ਨੇ। ਜਿਹੜੀ ਚਿੱਠੀ ਜੀਤ ਮਹਿੰਦਰ ਸਿੱਧੂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਦਿੱਤੀ, ਉਹਦੇ ਪਹਿਲਾ ਪੁਆਇੰਟ ਉਹਨਾਂ ਲਿਖਿਆ ਕਿ ਜੇਲ੍ਹਾਂ 'ਚ ਬੰਦ ਦੋਸ਼ੀਆਂ ਨੂੰ ਵਾਇਰ ਕੌਣ ਦੇ ਰਿਹਾ, ਇਹ ਪੁੱਛੋ ਵੋਟਾਂ 'ਚ। ਦੂਜਾ ਉਹਨਾਂ ਨੇ ਕਿਹਾ ਕਿ ਕਿਸ ਦੇ ਹੁਕਮਾਂ ਤੇ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਆਂ ਹੋਈਆਂ। ਤੀਜਾ ਉਹਨਾਂ ਪੁੱਛਿਆ ਕਿ ਗੈਂਗਸਟਰਵਾਦ ਨੂੰ ਰੋਕਿਆ ਜਾਵੇ। ਚੌਥਾ, ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦੀ ਜਾਣਕਾਰੀ ਕਿਸ ਨੇ ਲੀਕ ਕੀਤੀ। ਇਹ ਭਗਵੰਤ ਮਾਨ ਦੇ ਬੜੇ ਨੇੜਲੇ ਬੰਦੇ ਵੱਲ ਇਸ਼ਾਰਾ ਉਹਨਾਂ ਦਾ। ਔਰ ਪੰਜਵਾਂ, ਉਹਨਾਂ ਦਾ ਸਿੱਧੂ ਦੀ ਮੌਤ ਦੇ 23 ਮਹੀਨੇ ਬਾਅਦ ਵੀ ਚਾਰਜ ਫਰੇਮ ਨਹੀਂ ਹੋਏ, ਸਰਕਾਰ ਸੰਜੀਦਾ ਕਿਉਂ ਨਹੀਂ ਹੈ? ਅਗਲਾ, ਕਿ ਅੱਤਵਾਦੀ ਲਾਨੇ ਦੋਸ਼ੀਆਂ ਨੂੰ ਹੀਰੋ ਦੀ ਤਰ੍ਹਾਂ ਕਿਉਂ ਪੇਸ਼ ਕੀਤਾ ਜਾ ਰਿਹਾ? SIT ਨੇ ਸਾਡੇ ਵੱਲੋਂ ਦਿੱਤੇ ਨਾਵਾਂ ਨੂੰ ਜਾਂਚ ਦਾ ਹਿੱਸਾ ਕਿਉਂ ਨਹੀਂ ਬਣਾਇਆ? ਅਥਵਾ ਜੇਕਰ ਉਹਨਾਂ ਨੇ ਸਿੱਧੂ ਮੂਸੇਵਾਲ ਦੀ ਸੁਰੱਖਿਆ ਕਿਸ ਦੇ ਹੁਕਮਾਂ ਤੇ ਘਟਾਈ ਸੀ, ਇਹਦਾ ਵੀ ਕੀਤਾ? ਤੇ 9ਵਾਂ, ਸੁਰੱਖਿਆ ਘਟਾਉਣ ਦੀ ਜਾਣਕਾਰੀ ਦੀ ਗੱਲ ਕੀਤੀ ਹੈ? ਇੱਕ ਮਸਲਾ ਇਹਦੇ ਨਾਲ ਜੁੜਿਆ, ਅੱਜ ਸਰਦਾਰ ਸਤਪਾਲ ਸਿੰਘ ਖਹਿਰਾ ਨੇ ਬਿਠਾਇਆ। ਖਹਿਰਾ ਸੰਗਰੂਰ ਤੋਂ ਚੋਣ ਲੜ ਰਹੇ ਨੇ, ਸੰਗਰੂਰ ਤੋਂ ਉਹਨਾਂ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ। ਤਾਂ ਅੱਜ ਸਤਪਾਲ ਸਿੰਘ ਖਹਿਰਾ ਨੇ ਮਸਲਾ ਇਹ ਉਠਾਇਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੋਇਆ ਇੱਕ ਵਿਅਕਤੀ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਦੇ ਬਹੁਤ ਨੇੜੇ ਆ। ਉਹਨਾਂ ਨੇ ਕੁਛ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ। ਇਹ ਜੇਕਰ ਵੀ ਜਿਹੜਾ ਅੱਜ ਚਰਚਾ ਦਾ ਵਿਸ਼ਾ ਸੰਗਰੂਰ ਤੱਕ ਬਣਿਆ ਹੋਇਆ ਜੀ। ਧੰਨਵਾਦ ਜੀ, ਬਾਕੀ ਗੱਲਾਂ ਬਾਤਾਂ ਕੱਲ ਨੂੰ ਫੇਰ ਕਰਾਂਗੇ। ਆਪਣਾ ਖਿਆਲ ਰੱਖਿਓ, ਸ਼ੁਕਰੀਆ। ਜਿਹੜੇ ਬਰਾਬਰਤਾ ਦੀ ਮਨੁੱਖਤਾ ਦੀ ਗੱਲ ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦੱਸੇ ਬਾਹਰਾ ਜੀਓ, ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਕੁਛ ਠੀਕ ਨਹੀਂ ਹੋ ਰਿਹਾ। ਇਹ ਗਰੁੱਪ ਵੈਸੇ ਤਾਂ ਕਲੈਕਟੇਬਲ ਜਿਹੜੀਆਂ ਪੁਰਾਣੀਆਂ ਧਰਮ ਦੀਆਂ ਸਾਡੀਆਂ ਚੀਜ਼ਾਂ ਉਹਨਾਂ ਦਾ ਸੰਗ੍ਰਹਿ ਆ ਰਾਜ ਉਹਨਾਂ ਕੋਲ, ਪਰ ਪਿਛਲੇ ਦਿਨੀ ਆਪਾਂ ਕਈ ਸ਼ੋਅ ਇਹਨਾਂ ਨਾਲ ਕੀਤੇ ਨੇ ਅਤੇ ਹੁਣ ਜਿਹੜੀ ਗੱਲ ਵੱਡੀ ਉੱਭਰ ਕੇ ਆ ਰਹੀ ਹੈ, ਬਰਨਵੀ ਮਿਊਜ਼ੀਅਮ ਦੇ ਵਿੱਚ ਇੱਕ ਪ੍ਰਦਰਸ਼ਨੀ ਸ਼ੁਰੂ ਹੋਈ ਹੋਈ ਹੈ ਜ਼ਾਤ ਪਾਤ 'ਤੇ,
ਪਰ ਉਹ ਪ੍ਰਦਰਸ਼ਨੀ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪਿਛਲੀ ਵਾਰ ਵੀ ਉਹ ਦੱਸ ਕੇ ਗਏ ਨੇ, ਹੁਣ ਉਹ ਪੂਰੇ ਪਲੈਕਾਰਡਸ ਬਣਾ ਕੇ ਲੈ ਕੇ ਆਏ ਨੇ ਸਟੂਡੀਓ 'ਚ, ਸਾਰੇ ਪਏ ਨੇ ਆਲੇ ਦੁਆਲੇ ਮੇਰੇ, ਮੈਂ ਉਹਨਾਂ ਨੂੰ ਪੜ੍ਹ ਰਿਹਾ ਵੇਖ ਰਿਹਾ ਕਿਉਂਕਿ ਕਈ ਵਾਰ ਵੇਖਣ 'ਚ ਗੱਲ, ਹੁਣ ਇੱਥੇ ਅਸੀਂ ਰਹਿ ਰਹੇ ਹਾਂ, ਮੈਂ ਅਸੀਂ ਇਸ ਚੀਜ਼ ਤੋਂ ਮੁਨਕਰ ਨਹੀਂ ਕਿ ਜ਼ਾਤ ਪਾਤ ਹੈ, ਜਦ ਗੋਤ ਬੰਦਾ ਲਿਖਦਾ ਹੈ ਉਹ ਜ਼ਾਤ ਪਾਤ ਕਰਕੇ ਲਿਖਦਾ, ਜਾਂ ਇੱਥੇ ਆਦਤ ਵੀ ਪੈ ਗਈ ਲਾਸਟ ਨੇਮ ਲਿਖਾਉਣ ਦੀ ਪਾਸਪੋਰਟਾਂ 'ਤੇ ਚੇਂਜ ਕਰਤੀ, ਪਰ ਕੁਝ ਗੱਲਾਂ ਨੇ ਜਿਹੜੀਆਂ ਅਸੀਂ ਜ਼ਿੰਦਗੀ ਦੇ ਵਿੱਚ ਨਹੀਂ ਕਰਦੇ। ਬਰਾਬਰਤਾ ਦੀ ਗੱਲ, ਚਾਰ ਚਾਰ ਪੀੜ੍ਹੀਆਂ ਦਾ ਭਾਈਚਾਰਾ ਰਹਿ ਰਿਹਾ, ਆਪਸ ਵਿੱਚ ਰਿਸ਼ਤੇਦਾਰੀਆਂ ਪਈਆਂ ਹੋਈਆਂ ਨੇ, ਹੁਣ ਕਿਹੜੀ ਖਾਸ ਜ਼ਰੂਰਤ ਪੈ ਗਈ ਜਿਹਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ? ਮੈਂ ਮੰਨਦਾ ਕਈ ਪ੍ਰੋਜੈਕਟ ਨੇ ਜਿਹੜੇ ਫੈਡਰਲ ਫੰਡਿੰਗ ਉਹਦੇ 'ਚ ਹੁੰਦੀ ਹੈ, ਇਨਵੋਲਵ ਹੁੰਦੀ ਹੈ, ਫੰਡਿੰਗ ਲੈ ਲਓ ਤੁਸੀਂ, ਬਹੁਤ ਕੰਮ ਨੇ ਉਹਦੇ 'ਚ, ਹੋਰ ਫੰਡਿੰਗ ਲੈ ਲਓ, ਬਹੁਤ ਚੈਰਿਟੀਜ਼ ਬਣੀਆਂ ਹੋਈਆਂ ਨੇ, ਐਨ ਜੀ ਓਜ਼ ਬਣੀਆਂ ਹੋਈਆਂ ਨੇ, ਉਹ 5-4 ਮਿਲੀਅਨ ਸਾਲ ਦਾ ਢੁੱਕ ਲੈਂਦੀਆਂ, ਇਸੇ ਤਰ੍ਹਾਂ ਤੁਸੀਂ ਕਰ ਲਓ ਕੁਛ। ਪਰ ਇਹੋ ਜਿਹਾ ਨਾ ਕੋਈ ਅਸੀਂ ਸ਼ੁਰੂ ਕਰ ਲਈਏ, ਇਸ ਤਾਂ ਪਹਿਲਾਂ ਮੰਦੜੇ ਨਵੇਂ 'ਚੋਂ ਮਸਾਂ ਨਿਕਲਿਆ, ਉੱਪਰੋਂ ਥੱਲੇ ਬਹਿ ਕੇ ਰੌਲਾ ਪੈਣ ਤੋਂ, ਉਹਦੇ 'ਤੇ ਹੁਣ ਅਸੀਂ ਐਡੇ ਕਰੜੇ ਹੋਏ ਹਾਂ ਵੀ ਅਸੀਂ ਇਹੋ ਜਿਹੀ ਭਾਈਚਾਰੇ 'ਚ ਕੋਈ ਗੱਲ ਨਹੀਂ ਹੋਣ ਦੇਣੀ ਜਿਹਦੇ ਨਾਲ ਸਾਡਾ ਫਰਕ ਪਵੇ। ਪਨਾਲ ਸਾਹਿਬ ਨਾਲ ਕਰਦੇ ਹਾਂ ਗੱਲਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ। ਜੀ ਜੀ ਜੀ। ਅੱਛਾ ਜੀ, ਦੱਸੋ, ਆਹ ਤਾਂ ਬਹੁਤ ਕੰਮ ਕਰਕੇ ਲਿਆਇਓ ਵਿਖਾਉਣ ਲਈ ਤੁਸੀਂ ਸਾਨੂੰ, ਮਤਲਬ 12-14 ਦੇ ਕਰੀਬ ਇਹ ਸਾਰੀ ਉਹ ਪ੍ਰਦਰਸ਼ਨੀ ਦਾ ਹੂਬ ਹੂ ਬਣਾ ਕੇ ਬੋਰਡਸ 'ਤੇ ਲੈ ਕੇ ਆਇਓ, ਹੁਣ ਅੰਤਰੀਵ ਕੀ ਕਹਿੰਦਾ, ਕੀ ਹੋ ਕੀ ਰਿਹਾ ਹੈ? ਇਹਦੇ ਵਿੱਚ ਜੀ ਜਿਹੜੀ ਇੱਕ ਬਹੁਤ ਆਪਾਂ ਨੂੰ ਜਿਹੜੀ ਦੇਖਣ ਵਾਲੀ ਗੱਲ ਆ ਨਾ, ਔਰ ਬਹੁਤ ਧਿਆਨ ਦੇਣ ਵਾਲੀ ਗੱਲ ਹੈ, ਉਹ ਇਹ ਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕੰਪੈਰੀਜ਼ਨ ਜਿਹੜੀ ਆਪਾਂ ਪੈਗੰਬਰਾਂ ਤਾਂ ਵਿੱਚ ਤਾਂ ਚਲੋ ਕਰ ਸਕਦੇ ਹਾਂ, ਪਰ ਜਦੋਂ ਆਪਾਂ ਉਹਨਾਂ ਦਾ ਕੰਪੈਰੀਜ਼ਨ ਕਰਦੇ ਹਾਂ ਫੂਲਨ ਦੇਵੀ ਨਾਲ, ਡਾਕਟਰ ਅੰਬੇਦਕਰ ਸਾਹਿਬ ਨਾਲ, ਗਿਆਨੀ ਦੇਵ ਸਿੰਘ ਹੋਣਾ ਨਾਲ, ਭਗਤ ਸਿੰਘ ਹੋਣਾ ਨਾਲ, ਉਹ ਫਿਰ ਕੋਈ ਅੱਛੀ ਗੱਲ ਨਹੀਂ ਹੈਗੀ, ਔਰ ਸਿੱਖ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਬਿਲਕੁਲ ਇੱਦਾਂ ਹੀ ਜਦੋਂ ਤੁਸੀਂ ਇੱਕ ਹੋਰ ਪਲੈਕਟ 'ਤੇ ਲਿਖਿਆ ਹੋਇਆ ਕਿ ਜਿਹੜਾ ਆਪਣਾ ਚਮਕੀਲਾ ਗਾਇਕ ਸੀਗਾ, ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਬੀਬੀ ਅਮਰਜੋਤ ਹੁਣੀ, ਉਹ ਜੱਟਾਂ ਦੀ ਧੀ ਸੀਗੀ, ਔਰ ਜੱਟਾਂ ਨੇ ਉਹਨਾਂ ਨੂੰ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਹ ਇੱਕ ਦਲਿਤ ਨਾਲ ਵਿਆਹੀ ਹੋਈ ਸੀਗੀ। ਔਰ ਜਦੋਂ ਅਸੀਂ ਇਹਦੇ ਬਾਰੇ ਰਿਸਰਚ ਕੀਤੀ ਆ ਤੇ ਉਹ ਜੱਟਾਂ ਦੀ ਧੀ ਨਹੀਂ ਸੀਗੀ। ਮੈਂ ਇਹ ਨਹੀਂ ਕਹਾਂਗਾ ਕਿ ਉਹ ਕਿਹਨਾਂ ਦੀ ਸੀਗੀ ਕਿਉਂਕਿ ਮੈਂ ਜਾਤ ਪਾਤ 'ਚ ਯਕੀਨ ਨਹੀਂ ਰੱਖਦਾ। ਠੀਕ। ਸੋ ਜਿਹਨਾਂ ਨੇ ਦੇਖਣਾ ਖੁੱਲ੍ਹ ਜਾ ਕੇ ਦੇਖ ਲੈਣ। ਪਰ ਉਹਨੂੰ ਕਿਉਂ ਜੱਟਾਂ ਦੀ ਧੀ ਬਣਾਇਆ ਗਿਆ? ਇਹਦੇ ਪਿੱਛੇ ਜਿਹੜੀ ਇਹਦੀ ਪੁਲਿਸ ਆ ਨਾ ਜੀ, ਉਹ ਇੱਦਾਂ ਦੇਖਣ ਨੂੰ ਲੱਗੀ ਵੀ ਦਲਿਤ ਵਰਸਿਸ ਸਿੱਖ ਪੰਜਾਬੀ ਜੱਟ ਕਲੈਕਟਿਵਲੀ। ਸੋ ਇਹ ਕੋਈ ਅੱਛੀ ਗੱਲ ਨਹੀਂ ਹੈਗੀ ਕਿਉਂਕਿ ਦਲਿਤ ਭਾਈਚਾਰਾ ਰਿਸਪੈਕਟਡ ਭਾਈਚਾਰਾ ਹੈ, ਇੱਦਾਂ ਹੀ ਸਿੱਖ ਭਾਈਚਾਰਾ ਹੈ, ਇੱਦਾਂ ਹੀ ਪੰਜਾਬੀ ਆ। ਬੇਸ਼ੱਕ ਮੈਂ ਜਾਤ 'ਚ ਯਕੀਨ ਨਹੀਂ ਕਰਦਾ, ਪਰ ਜੇ ਕੋਈ ਕਰਨਾ ਚਾਹੁੰਦਾ ਮੈਂ ਉਹਦੇ ਨਾਲ ਧੱਕਾ ਨਹੀਂ ਕਰ ਸਕਦਾ ਵੀ ਦੇਖੋ ਜੀ ਤੁਹਾਨੂੰ ਨਹੀਂ, ਉਹ ਤਾਂ ਉਹਦੀ ਆਪਣੀ ਮੌਜ ਹੈ ਨਾ। ਇੱਦਾਂ ਹੀ ਜਿਹੜੇ ਐਕਡੈਮਿਕਸ ਨੇ ਉਹ ਇੱਦਾਂ ਲੱਗ ਰਿਹਾ ਜਿੱਦਾਂ ਉਹਨਾਂ ਨੇ ਵਿਕੀਪੀਡੀਆ 'ਤੇ ਜਾ ਕੇ ਰਿਸਰਚਾਂ ਮਾਰ ਕੇ ਅਤੇ ਫੈਡਰਲ ਗ੍ਰਾਂਟ ਅਪਰੂਵਲ ਕਰਾ ਲਈ ਹੈ। ਇਹਦੇ ਵਿੱਚ ਤਕਰੀਬਨ 30 ਦਰਜਨ ਤੋਂ ਜ਼ਿਆਦਾ ਇੰਸਟੀਟਿਊਸ਼ਨ ਜਿਹੜੇ ਆਪਣੇ ਬਹੁਤ ਸਿਰਮੌਰ ਨੇ, ਜਿੱਦਾਂ UBC ਆ, UFB ਆ, ਉਹਦੇ ਤੋਂ ਬਾਅਦ 2 ਇਹਦੇ ਵਿੱਚ ਅਮੈਰੀਕਨ ਯੂਨੀਵਰਸਿਟੀਜ਼ ਇਨਵੋਲਵ ਨੇ ਔਰ ਉਹਨਾਂ ਦੇ ਅਕੈਡੈਮਿਕ ਇਨਵੋਲਵ ਨੇ, ਪਰ ਇਹ ਦੇਖਣ ਨੂੰ ਲੱਗਦਾ ਨਹੀਂ ਹੈਗਾ ਵੀ ਕਿਸੇ ਅਕੈਡੈਮਿਕ ਦੀ ਲਿਖੀ ਹੋਈ ਆ, ਸਾਰੀ ਜਿਹੜੀ ਕਹਾਣੀ ਬੁਣੀ ਹੋਈ ਆ। ਔਰ ਇਹ ਕਲੇਮ ਤਾਂ ਇਹ ਕਰਦੀ ਆ ਵੀ ਰੈਜ਼ੀਲੀਅੰਸ, ਯੂਨਿਟੀ ਐਂਡ ਕਲੈਕਟਿਵ ਫਾਈਟ।
ਪਰ ਜਦੋਂ ਇਹਨੂੰ ਤੁਸੀਂ ਪੜ੍ਹਦੇ ਹੋ ਉਹਦੇ 'ਚ ਫਰੈਜਿਲਿਟੀ ਡਿਵੀਜ਼ਨ ਅਤੇ ਸੈਪਰੇਟਿਜ਼ਮ ਦਿਸਦੀ ਆ। ਸੋ ਉਹਦੇ ਕਰਕੇ ਅਸੀਂ ਪਿਛਲੇ ਤਕਰੀਬਨ ਮਾਰਚ ਤੋਂ ਇਹਦੇ ਬਾਰੇ ਗੱਲ ਕਰ ਰਹੇ ਹਾਂ, ਮੈਂ ਤੁਹਾਡੇ ਨਾਲ ਵੀ ਗੱਲ ਕੀਤੀ। ਬਿਲਕੁਲ ਜੀ, ਫੇਸਬੁੱਕ 'ਤੇ ਬਹੁਤ ਲਿਖ ਰਹੇ ਹੋ ਤੁਸੀਂ। ਹਾਂਜੀ, ਆਪਾਂ ਵੀ ਲਿਖ ਰਹੇ ਹਾਂ ਔਰ ਕਈ ਸੱਜਣ ਹੋਰ ਉਹ ਆਪਣੀ ਤੌਰ 'ਤੇ ਲਿਖ ਰਹੇ ਨੇ। ਬਰਨਵੀ ਵਿਲੇਜ ਮਿਊਜ਼ੀਅਮ ਦੀ ਜਿਹੜੀ ਫੇਸਬੁੱਕ ਹੈ ਉਹ ਤਕਰੀਬਨ ਲਾਸਟ ਟਾਈਮ ਮੈਂ ਦੇਖਿਆ ਸ਼ਾਇਦ 50 ਜਾਂ 52 ਕਮੈਂਟ ਚਲੇ ਗਏ ਨੇ ਔਰ ਕੋਈ ਵੀ ਉਹਦਾ ਜਵਾਬ ਨਹੀਂ ਦੇ ਰਿਹਾ। ਇਹਦੀ ਫੰਡਿੰਗ ਕਦੋਂ ਹੋਈ ਆ, ਕਿਹਨੇ ਕਰਵਾਈ ਆ, ਕਿੱਦਾਂ ਹੋਈ ਆ, ਕਿੰਨੇ ਦੀ ਹੋਈ ਆ, ਕਿਉਂਕਿ ਜਿਹੜੀ ਮੈਂ ਗੱਲ ਕਰ ਰਿਹਾ। ਹਾਂਜੀ ਹਾਂਜੀ, ਮੈਂ ਉਹੀ ਜਿਹੜੀ ਮੈਂ ਵੀ ਸਵਾਲ ਕਰ ਰਿਹਾ ਨਾ, ਐਜ਼ ਅ ਟੈਕਸ ਪੇਅਰ ਕਰ ਰਿਹਾ, ਕਿਉਂਕਿ ਨਾ ਤਾਂ ਮੈਂ ਅਕੈਡੈਮਿਕ ਹਾਂ ਨਾ ਹੀ ਕੋਈ ਆਪਣੇ ਕੋਲ ਉੱਦਾਂ ਕੋਈ ਟਾਈਟਲ ਵਗੈਰਾ ਆ, ਹੈ ਨਾ। ਸੋ ਐਜ਼ ਅ ਟੈਕਸ ਪੇਅਰ ਜਿਹੜੀ ਸਾਰਿਆਂ ਤੋਂ ਦੁੱਖ ਦੀ ਗੱਲ ਹੈ ਵੀ ਤੁਸੀਂ ਤੁਹਾਡਾ ਵੈਸੇ ਹੀ ਤੁਹਾਡੀ ਹਿੰਮਤ ਕਿੱਦਾਂ ਪਈ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿਸੇ ਨਾਲ ਕੰਪੇਅਰ ਕਰੋ, ਪੈਗੰਬਰ ਨਾਲ ਕਰ ਲਓ ਕੋਈ ਗੱਲ ਨਹੀਂ, ਕਿਉਂਕਿ ਅਸੀਂ ਕਹਾਂਗੇ ਵੀ ਜੀਸਸ ਕ੍ਰਾਈਸਟ ਹਜ਼ਰਤ ਮੁਹੰਮਦ ਇੱਦਾਂ ਕਰ ਸਕਦੇ ਹੋ ਤੁਸੀਂ, ਪਰ ਤੁਸੀਂ ਫੂਲਨ ਦੇਵੀ ਨਾਲ ਥੋੜ੍ਹੀ ਕਰ ਦੇਣਾ ਹੁਣ। ਔਰ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਫੂਲਨ ਦੇਵੀ ਦਾ ਘਟਾ ਕਰ ਰਹੇ ਹਾਂ ਜੀ, ਉਹ ਹੈਗੇ ਨੇ ਰੈਡੀਕਲ ਨੇ ਉਹ, ਔਰ ਆਪਣੇ ਹੱਕਾਂ ਲਈ ਲੜੇ ਨੇ, ਉਹ 'ਚ ਕੋਈ ਸ਼ੱਕ ਨਹੀਂ ਹੈਗਾ, ਪਰ ਕੰਪੈਰੀਜ਼ਨ ਨਹੀਂ ਹੋ ਸਕਦਾ। ਇਹ ਬਣਾਲ ਸਾਹਿਬ, ਸ਼ਰਾਰਤ ਇਹਨੂੰ ਲੱਗਦੀ ਆ ਜਾਂ ਇਹ ਇਨੋਸੈਂਟ ਮਿਸਟੇਕ ਆ? ਦੇਖੋ ਜੀ, ਜਿਹੜੀ ਫੈਡਰਲ ਗਵਰਨਮੈਂਟ ਨੇ ਫੰਡਿੰਗ ਦਿੱਤੀ ਆ ਨਾ, ਉਹ ਤਾਂ ਬੜੇ ਸੁਹਿਰਦ ਨੇ, ਉਹਨਾਂ ਦਾ ਵੱਲੋਂ ਕੋਈ ਨਹੀਂ ਵੇਖਦਾ ਇਹਨੂੰ। ਉਹੀ ਤਾਂ ਦੁੱਖ ਹੈ ਜੀ ਵੀ ਕਿਹਨੇ ਇਹਨੂੰ ਅਪਰੂਵ ਕੀਤਾ ਸਾਰੀ ਨੂੰ, ਅਤੇ ਆ ਕੇ ਘੁੰਡ ਚਕਾਈ ਕੀਤੀ ਜਗਮੀਤ ਸਿੰਘ ਹੋਣਾ ਨੇ। ਹਾਂਜੀ, ਔਰ ਉਹਨਾਂ ਨੇ ਵੀ ਮੈਨੂੰ ਪੜ੍ਹਿਆ ਨਹੀਂ, ਉਹਨਾਂ ਨੇ ਅੰਦਰ ਇੱਦਾਂ ਹੀ ਲੱਗਦਾ ਜੀ, ਕਿਉਂਕਿ ਕਈ ਵਾਰੀ ਇੱਦਾਂ ਹੁੰਦੀ ਨਾ ਇੰਟੈਂਸ਼ਨ, ਜਿੱਦਾਂ ਹੁਣ ਕਈ ਬਿਜ਼ਨਸ ਦੇ ਨਾਮ ਲਿਖੇ ਹੋਏ ਨੇ ਉਹਦੇ ਉੱਪਰ, ਸੋ ਜਦੋਂ ਆਪਾਂ ਹੁਣ ਮੇਰੇ ਕੋਲ ਕੋਈ ਆਵੇ ਕਹੇ ਐਂਟੀ ਰੇਸਿਜ਼ਮ 'ਤੇ ਗੱਲ ਕਰੋ, ਅਤੇ ਮੈਂ ਕਹਾਂਗਾ ਜ਼ਰੂਰ ਕਰ ਲੈਂਦੇ ਹਾਂ, ਪਰ ਹੁਣ ਮੈਨੂੰ ਪਤਾ ਨਹੀਂ ਜੀ ਉੱਥੇ ਜਾ ਕੇ ਹੋਣਾ ਕੀ ਆ। ਔਰ ਜੇ ਮੈਂ ਚਲਾ ਵੀ ਜਾਵਾਂ, ਕਈ ਵਾਰੀ ਸਕੈਜੂਲ ਆਪਣੇ ਉੱਦਾਂ ਦੇ ਹੁੰਦੇ ਆ, ਔਰ ਸਮਾਂ ਨਹੀਂ ਹੈ। ਔਰ ਦੂਜਾ ਇਹ ਹੈ ਵੀ ਜਿਹੜੇ ਇਹਦੇ ਵਿੱਚ ਚਿੰਨ੍ਹ ਨੇ ਅਤੇ ਪ੍ਰਤੀਕ ਨੇ, ਉਹਨਾਂ ਨੂੰ ਸਮਝਣ ਦੀ ਲੋੜ ਜਾਂ ਉਹਨਾਂ ਨੂੰ ਸਮਝਣ ਦੀ ਜਿਹੜੀ ਕੈਪੇਬਿਲਿਟੀ ਕਪੈਸਿਟੀ ਹਰੇਕ ਕੋਲ ਨਹੀਂ ਹੁੰਦੀ ਜੀ, ਬਹੁਤ ਬਹੁਤ ਟਫ ਲੈਂਗੁਏਜ। ਹਾਂਜੀ, ਔਰ ਜਿਹੜੀ ਇਹਨਾਂ ਵਿੱਚ ਸੈਨਤਾਂ ਮਾਰੀਆਂ ਗਈਆਂ ਨੇ ਅਤੇ ਬਹੁਤ ਛੋਟੇ ਲਿਖੇ ਹੋਏ। ਹਾਂਜੀ, ਉਹਦਾ ਜਿਹੜਾ ਨਾ ਉਹਦਾ ਰਹੱਸ ਆ ਜਿਹੜਾ, ਉਹ ਉਹਦੇ ਲਈ ਤੁਹਾਨੂੰ ਇੱਕ ਅੱਖ ਚਾਹੀਦੀ ਆ, ਅਕੈਡੈਮਿਕਸ ਕੋਲ ਹੁੰਦੀ ਆ ਉਹ। ਸੋ ਜੇ ਅਕੈਡੈਮਿਕਸ ਕੋਲ ਅੱਖ ਹੁੰਦੀ ਆ, ਔਰ ਇੱਥੇ ਫਿਰ ਤਾਂ ਸ਼ਰਾਰਤ ਹੋਈ ਹੋਈ ਆ ਇਹ। ਔਰ ਇਹਦੇ ਵਿੱਚ ਇੱਕ ਜਗ੍ਹਾ ਲਿਖਿਆ ਹੋਇਆ ਵੀ ਅਸੀਂ ਅਕਾਲੀ ਸਿੰਘ ਗੁਰਦੁਆਰੇ ਗਏ 1979 ਦੇ ਦੌਰਾਨ, ਥੜਾ ਦਲਿਤ ਭਾਈਚਾਰਾ, ਔਰ ਉੱਥੋਂ ਦੀ ਸੰਗਤ ਨੇ ਕਿੰਤੂ ਪਰੰਤੂ ਕੀਤਾ ਅਤੇ ਉਹਨਾਂ ਨੇ ਆਪਣਾ ਗੁਰਦੁਆਰਾ ਜਾਂ ਸਭਾ ਵੱਖ ਖੋਲ੍ਹ ਲਈ। ਹੁਣ ਹੋ ਸਕਦਾ ਗੱਲ ਹੋਈ ਹੋਵੇ, ਨਹੀਂ ਆਪਾਂ ਮੰਨਦੇ ਵੀ ਹਾਂ, ਕਿਤਨਾ ਕਿਤੇ ਫੀਲਿੰਗ ਸੀ ਤਾਂ ਹੀ ਗੁਰਦੁਆਰਾ ਸਾਹਿਬ ਖੁੱਲਿਆ। ਹਾਂਜੀ, ਤਾਂ ਆਪਾਂ ਐਕਸੈਪਟ ਕਰਦੇ, ਬਿਲਕੁਲ, ਪਰ ਉਹ ਮਾੜੀ ਵੀ ਹੋਈ। ਹਾਂ, ਉਹ ਪਰ ਉਹ ਕਿਸੇ ਗੁਰਦੁਆਰੇ ਨੇ ਅਰਦਾਸ ਨਹੀਂ ਕੀਤੀ ਵੀ ਅਸੀਂ ਤੁਹਾਡੇ ਨਾਲ ਇਹ ਕਰਨਾ ਆ, ਉਹ ਸੰਗਤ ਦੀ ਸੰਗਤ ਨਾ ਸੀਗੀ। ਉਹਨੂੰ ਆਪਾਂ ਇੱਕ ਰਿਲੀਜੀਅਸ ਪਲੇਸ 'ਚ ਇੱਕ ਕਲਚਰਲ ਇਸ਼ੂ ਕਹਿ ਸਕਦੇ ਹਾਂ ਵੀ ਜਦੋਂ ਕੋਈ ਇੱਕ ਭਾਈਚਾਰਾ ਦੂਜੇ ਨੂੰ, ਚਲੋ ਉਹ ਹੈਗੀ ਆ ਵਿੱਚ, ਹੈ ਨਾ, ਉਹਦੇ ਤੋਂ ਆਪਾਂ ਮੁਨਕਰ ਨਹੀਂ ਹੈਗੇ, ਪਰ ਜਦੋਂ ਤੁਸੀਂ ਲਿਖਦੇ ਹੋ ਵੀ ਉਹਦੇ ਕਰਕੇ ਫਿਰ ਉਹਦਾ ਤੁਹਾਡਾ ਜਿਹੜਾ ਸਹਿਨਤ ਆ ਨਾ, ਜਿਹੜਾ ਇਸ਼ਾਰਾ ਆ ਉਹ ਇਹ ਆ ਵੀ ਜਿਹੜਾ ਸਿੱਖ ਧਰਮ ਆ ਉਹ ਦਲਿਤਾਂ ਨੂੰ ਪਸੰਦ ਨਹੀਂ ਕਰਦਾ, ਹੈ ਨਾ। ਜਦੋਂ ਤੁਸੀਂ ਇਹ ਲਿਖ ਦਿੰਦੇ ਹੋ ਵੀ ਗੁਰਦੁਆਰਾ ਸਾਹਿਬ 'ਚ ਇੱਕ ਨੋਟਿਸ ਬੋਰਡ ਲੱਗਾ, ਉੱਥੇ ਲਿਖਿਆ ਸੀ ਜੀ ਸਾਨੂੰ ਐਸ ਜਾਤ ਦੀ ਬੱਚਾ ਜਾਂ ਬੱਚੀ ਚਾਹੀਦੀ ਹੈ ਵਿਆਹ ਲਈ, ਹੁਣ ਗੁਰਦੁਆਰੇ ਨੇ ਥੋੜ੍ਹੀ ਲਿਖਵਾਇਆ, ਪਰ ਜਦੋਂ ਬੋਰਡ 'ਤੇ ਲਿਖਿਆ ਹੁੰਦਾ, ਔਰ ਹੁਣ ਦੇਖੋ ਕਈ ਵਾਰੀ ਉੱਥੇ ਬੇਸਮੈਂਟ ਫੋਰ ਰੈਂਟ ਦੇ ਲਿਖ ਜਾਂਦੇ ਨੇ, ਹੁਣ ਗੁਰਦੁਆਰਾ ਉਹਨਾਂ ਨੂੰ ਥੋੜ੍ਹੀ ਕਹਿ ਸਕਦਾ ਵੀ ਤੁਸੀਂ ਕਿੰਨਾ ਕਿਰਾਇਆ ਲਵੋ, ਹਾਲਾਂਕਿ ਚਲੋ ਸ਼ਾਇਦ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਥੋੜ੍ਹੀ, ਨੋਟਿਸ ਬੋਰਡ ਚੈੱਕ ਕਰ ਲਿਆ ਖਿਆਲ ਰੱਖਣ, ਪਰ ਜੇ ਲਿਖ ਹੋ ਗਿਆ ਉਹਨੂੰ ਤੁਸੀਂ ਇੱਦਾਂ ਨਹੀਂ ਸਹਿਨਤ ਮਾਰ ਸਕਦੇ ਵੀ ਇਹ ਗੁਰਦੁਆਰੇ ਦਾ ਨੈਰੇਟਿਵ ਆ ਇਹ, ਉਹ ਤਾਂ ਕਿਸੇ ਮੇਰੇ ਵਰਗਾ ਬੰਦੇ ਨੇ ਜਾ ਕੇ ਬੇਸਮੈਂਟ ਫੋਰ ਰੈਂਟ ਲਿਖ ਦਿੱਤਾ ਜਾਂ ਮੈਨੂੰ ਬੱਚੇ ਲਈ ਕੋਈ ਸਾਕ ਚਾਹੀਦਾ ਉਹ ਲਿਖ ਦਿੱਤਾ,
ਪਰ ਉਹਦੇ 'ਚ ਕੀਤਾ ਇੱਦਾਂ ਗਿਆ ਕਿ ਸਰਫੇਸ ਲੈਵਲ 'ਤੇ ਲੱਗੇ ਵੀ ਐਂਟੀ ਰੇਸਿਜ਼ਮ ਦੀ ਗੱਲ ਹੋ ਰਹੀ ਆ, ਪਰ ਐਂਟੀ ਰੇਸਿਜ਼ਮ ਦੀ ਨਹੀਂ ਗੱਲ ਹੈ, ਵਿੱਚ ਕੁਛ ਹੋਰ ਹੈ। ਹਾਂ ਹਾਂ, ਇੱਕ ਭੈਣ ਜੀ ਹੋਣੀ, ਹੁਣ ਮੈਂ ਨਾਮ ਤਾਂ ਨਹੀਂ ਲਵਾਂਗਾ ਕਿਉਂਕਿ ਤੁਸੀਂ ਆਪ ਖੁਦ ਬੋਰਡ 'ਤੇ ਸਾਰੇ ਨਾਮ ਲਿਖੇ ਹੋਏ ਨੇ, ਉਹ ਜਦੋਂ ਆਪਣੀ ਥੀਸਿਸ ਸਬਮਿਟ ਕਰਦੇ ਨੇ ਅਰਵਨ ਯੂਨੀਵਰਸਿਟੀ ਨੂੰ ਜਾਂ ਯੇਲ ਤੋਂ ਪੜ੍ਹੇ ਹੋਏ ਨੇ, ਉਹ ਉੱਥੇ ਕਹਿੰਦੇ ਨੇ ਕਿ ਕੈਸਟ ਡਜ਼ਨਟ ਐਗਜ਼ਿਸਟ ਇਨ ਸਿੱਖੀ। ਅੱਛਾ, ਪਰ ਜਦੋਂ ਐਗਜ਼ੀਬਿਸ਼ਨ 'ਚ ਇੱਥੇ ਆਉਂਦੀ ਹੈ ਉਹ ਗੱਲ, ਉੱਥੇ ਲਿਖਿਆ ਹੁੰਦਾ ਵੀ ਕੈਸਟ ਡਜ਼ਨਟ ਐਗਜ਼ਿਸਟ ਇਨ ਕੈਨੇਡਾ, ਵੀ ਇਹ ਮਿੱਥ ਆ ਇਹ। ਸੋ ਦੇਖੋ, ਇਹ ਜਿੱਦਾਂ ਨਾ ਆਪਣੇ ਕੋਈ ਮੂਵੀ ਬਣਦੀ ਹੁੰਦੀ ਆ, ਉਹਦਾ ਇੱਕ ਹਿੰਦੀ ਵਰਜ਼ਨ ਹੁੰਦਾ, ਇੱਕ ਇੰਗਲਿਸ਼ ਹੁੰਦਾ, ਇੱਦਾਂ ਉਹਨੂੰ ਟਵੀਕ ਕੀਤਾ ਹੋਇਆ। ਔਰ ਜਦੋਂ ਆਪਾਂ ਧਿਆਨ ਨਾਲ ਉਹਨੂੰ ਦੇਖਦੇ ਹਾਂ, ਆਪਾਂ ਨੂੰ ਪਤਾ ਲੱਗ ਸਕਦਾ ਵੀ ਇਹਨਾਂ 'ਚੋਂ ਕਿਹੜੇ ਇੰਟਲੈਕਚੁਅਲ ਨੇ ਕਿਹੜੀ ਗੱਲ ਲਿਖੀ ਹੋਈ ਆ। ਉਹ ਗੈਸ ਵਰਕ ਹੀ ਆਪਣਾ ਵੈਸੇ, ਕਿਉਂਕਿ ਆਪਾਂ ਉਹਨਾਂ ਦਾ ਪਿਛਲਾ ਕਾਰਜ ਦੇਖ ਲੈਂਦੇ ਹਾਂ, ਫਿਰ ਉਹ ਸ਼ਬਦਾਵਲੀ ਆਪਾਂ ਮੈਚ ਕਰਦੇ ਹਾਂ ਜਾਂ ਉਹਨਾਂ ਦੇ ਰੈਫਰੈਂਸ ਪੁਆਇੰਟ ਆ ਜਾਂ ਉਹਨਾਂ ਦੀ ਕੰਡੀਸ਼ਨਿੰਗ ਕਿੱਦਾਂ ਹੋਈ ਹੋਈ ਆ ਜੀ। ਸੋ ਇਸੇ ਤਰ੍ਹਾਂ ਸੋਹਣੀ ਮਹਿਵਾਲ ਵਾਲਾ ਇੱਕ ਉਹ ਪਲੈਕਟ ਪਿਆ, ਹਾਂਜੀ, ਉੱਥੇ ਲਿਖਿਆ ਹੋਇਆ ਵੀ ਜਿਹੜੇ ਕ੍ਰੋਸਡ ਲਵਰਸ, ਹਾਂਜੀ ਹਾਂਜੀ, ਉਹ 'ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਵੀ ਜਿਹੜੇ ਸਾਡੇ ਇਹ ਪ੍ਰੇਮੀ ਪ੍ਰੇਮਿਕਾਵਾਂ ਲਵਰ ਸੀਗੇ ਨਾ, ਚਾਹੇ ਹੀਰ ਰਾਂਝਾ ਸੀ, ਸੱਸੂ ਪੰਨੀ ਸੀਗੀ ਅਤੇ ਸ਼੍ਰੀ ਫਰਿਆਦ ਜਾਂ ਜਿੰਨੇ ਵੀ ਉੱਥੇ ਲਿਖੇ ਹੋਏ ਨੇ, ਇਹਨਾਂ ਨੇ ਤਾਂ ਰੋਮੀਓ ਜੂਲੀਅਟ ਨੂੰ ਸ਼ਰਮਿੰਦਾ ਕਰ ਦਿੱਤਾ ਵਾ, ਇਹਨਾਂ ਦੀ ਇੰਨੀ ਪਾਕ ਮੁਹੱਬਤ ਸੀਗੀ। ਇਹ ਸਾਰੇ ਜੱਟ ਸੀਗੇ ਜਾਂ ਨਹੀਂ ਸੀਗੇ, ਪਰ ਇਹ ਸਾਰੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਸੀਗੇ। ਸੋ ਜਦੋਂ ਤੁਸੀਂ ਕੈਸਟ ਕ੍ਰੋਸ ਲਵਰਸ ਕਹਿੰਦੇ ਹੋ, ਉੱਥੇ ਤੁਸੀਂ ਡਿਟੇਲ 'ਚ ਕੁਛ ਲਿਖਦੇ ਨਹੀਂ ਵੀ ਕਿਹਦੀ ਗੱਲ ਹੋ ਰਹੀ ਆ। ਇੱਦਾਂ ਹੀ ਜਦੋਂ ਤੁਸੀਂ ਇੱਕ ਥਾਂ 'ਤੇ ਲਿਖਦੇ ਹੋ ਵੀ ਅੱਜ ਵੀ ਇੰਡੀਆ ਦੇ ਵਿੱਚ ਇੱਕ ਖੂਹ 'ਤੇ ਦਲਿਤ ਨੂੰ ਪਾਣੀ ਪੀਣ ਦੀ ਵਜ੍ਹਾ ਕਰਕੇ ਉਹਨੂੰ ਮਾਰ ਦਿੱਤਾ ਗਿਆ, ਉੱਥੇ ਤੁਸੀਂ ਲਿਖਦੇ ਨਹੀਂ ਕਿਹਨੇ ਮਾਰਿਆ, ਮਤਲਬ ਦਲਿਤ ਤਾਂ ਤੁਸੀਂ ਲਿਖ ਦਿੱਤਾ। ਇੱਦਾਂ ਹੀ ਤੁਸੀਂ ਲਿਖਦੇ ਹੋ ਕਿ ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ ਜਾਤ ਪਾਤ ਨੂੰ ਖਤਮ ਕੀਤਾ ਗਿਆ, ਪਰ ਇੱਦਾਂ ਸਿੱਖੀ 'ਚ ਵੀ ਕੀਤਾ ਗਿਆ, ਪਰ ਕੁਛ ਰਿਲੀਜੀਅਸ ਕਮਿਊਨਿਟੀਜ਼ ਪੰਜਾਬੀ ਡਾਇਸਪੋਰਾ ਦੇ ਵਿੱਚ ਹੈਗੀਆਂ ਨੇ ਜਿਹੜੀਆਂ ਇਹਨੂੰ ਮੰਨਦੀਆਂ ਨੇ। ਹੁਣ ਪੰਜਾਬੀ ਡਾਇਸਪੋਰਾ ਕੈਨੇਡਾ ਦੇ ਵਿੱਚ ਰਿਲੀਜੀਅਸ ਕਮਿਊਨਿਟੀਆਂ ਕਿਹੜੀਆਂ ਨੇ, ਉਹਨਾਂ 'ਚ ਸਿੱਖ ਵੀ ਆਉਂਦੇ ਨੇ। ਸੋ ਇਹ ਜਾਂ ਤਾਂ ਜਿੱਦਾਂ ਨਾ ਫਰਾਈਡੇ ਨਾਈਟ ਨੂੰ ਇਕੱਠੇ ਹੋ ਕੇ ਚਾਰ ਪੰਜ ਅਕੈਡੈਮਿਕ ਹੋ ਗਏ ਵੀ ਇੱਦਾਂ ਕਰ ਲਈਏ ਆਪਾਂ, ਜਾਂ ਤਾਂ ਇੱਦਾਂ ਐਗਜ਼ੀਬਿਸ਼ਨ ਬਣਾਈ ਲੱਗਦੀ ਆ ਇਹ, ਕਿਉਂਕਿ ਇਹਦੇ ਵਿੱਚ ਨਾ ਕਿਤੋਂ ਵੀ ਕਮਿਊਨਿਟੀਆਂ ਨੂੰ ਜੋੜਨ ਦੀ, ਉਹਨਾਂ ਨੂੰ ਅਪਲਿਫਟ ਕਰਨ ਦੀ ਗੱਲ ਹੈ ਨਹੀਂ ਗੀ। ਇਹ ਤਾਂ ਜਿੱਦਾਂ ਸਕੂਲਾਂ 'ਚ ਬੱਚੇ ਆਪਣੇ ਮਿਹਣੇ ਮਾਰਦੇ ਨੇ ਇੱਕ ਦੂਜੇ ਨੂੰ ਵੀ ਭਾਈ ਤੂੰ ਫਲਾਨੇ ਜਾਤ ਦਾ ਆ ਅਤੇ ਮੈਂ ਤੇਰੇ ਕੋਲੋਂ ਮਤਲਬ ਤੇਰੇ ਕੱਪੜੇ ਹੋਰ ਪਾਏ ਹੋਏ ਜਾਂ ਵਾਈਸ ਵਰਸਾ, ਹੈ ਨਾ। ਹੁਣ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਜੱਟਾਂ ਨੂੰ ਅਕਲ ਹੈ ਨਹੀਂ, ਬਿਜ਼ਨਸ ਨਹੀਂ ਕਰ ਸਕਦੇ, ਇੱਦਾਂ ਇੱਦਾਂ। ਸੋ ਹਰੇਕ ਕਮਿਊਨਿਟੀ ਦਾ, ਹਰੇਕ ਕਮਿਊਨਿਟੀ ਨੂੰ ਮਿਹਣੇ ਹੈਗੇ ਨੇ, ਜੱਟ ਬੂਟ ਹੈ, ਬੂਟ ਹੈ, ਹੈ ਨਾ, ਉਹ ਮਿਹਣੇ ਹੈਗੇ ਨੇ ਉਹ। ਪਰ ਹੁਣ ਜੇ ਮੈਂ ਇੱਕ ਐਗਜ਼ੀਬਿਸ਼ਨ ਬਣਾ ਦਵਾਂ ਵੀ ਦੇਖੋ ਜੀ, ਜੇ ਸਾਨੂੰ ਤਾਂ ਇਹਦਾ ਤਾਂ ਸਾਡਾ ਨਿਰਪੱਖ ਨਹੀਂ ਹੋ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ ਕਹਿ ਰਹੇ ਨੇ। ਸੋ ਉਹਦੇ ਲਈ ਥੋੜ੍ਹਾ ਆਪਾਂ ਨੂੰ ਸੋਚ ਵਿਚਾਰ ਜ਼ਰੂਰ ਕਰਨੀ ਚਾਹੀਦੀ ਆ। ਜਾਂ ਬਿਲਕੁਲ, ਜਾਂ ਉੱਥੇ ਯੂਪੀ ਬਿਹਾਰ ਦੇ ਵਿੱਚ ਦਲਿਤਾਂ ਨਾਲ ਇਹ ਗੱਲ ਹੋ ਰਹੀ ਹੈ, ਨਹੀਂ ਚੜ੍ਹਨ ਦਿੰਦੇ ਸਾਈਕਲ 'ਤੇ, ਚੜ੍ਹ ਕੇ ਮੂਹਰੇ ਯਾਦਵਾਂ ਦੇ ਠਾਕਰਾਂ ਦੇ ਮੂਹਰ ਦੀ ਨਹੀਂ ਲੰਘ ਸਕਦੇ, ਫਿਰ ਉਹ ਨਾਲ ਉਹਦਾ ਕਿੱਸਾ ਪਾਓ ਵੀ ਕਿੱਥੇ ਹੋਇਆ। ਬਿਲਕੁਲ, ਕਿਉਂਕਿ ਜੇ ਤੁਸੀਂ ਚਮਕੀਲਾ ਪਾਉਣਾ, ਉਹ ਜਿਹੜੇ ਪ੍ਰੇਮੀ ਪ੍ਰੇਮਿਕਾਵਾਂ ਨੇ ਉਹ ਪਾਉਣੀਆਂ ਨੇ, ਫਿਰ ਜਿਹੜਾ ਦੂਜਾ ਪਹਿਲੂ ਸਾਰੇ ਪਾਵੋ ਉਹ, ਬਈ ਮਨੁਵਾਦ ਦੀ ਵੀ ਗੱਲ ਕਰੋ ਵਿੱਚ, ਹਾਲਾਂਕਿ ਉਹ ਕਾਸਟ ਸਿਸਟਮ ਦਾ ਇੱਕ ਬਣਾਇਆ ਹੋਇਆ, ਪਰ ਉਹ ਇੱਕ ਛੋਟਾ ਜਿਹਾ ਬਣਾ ਕੇ ਉੱਥੇ ਖਤਮ ਹੋ ਜਾਂਦਾ ਵੀ ਵਰਣ ਸਿਸਟਮ ਕੀ ਆ, ਉਹਨੂੰ ਇਲੈਬਰੇਟ ਕਰਕੇ ਦੱਸੋ ਵੀ ਕਿੱਥੋਂ ਇਹ ਰੂਟ ਕੌਜ਼ ਕੀ ਆ, ਕਿੱਥੋਂ ਸ਼ੁਰੂ ਕਿੱਥੋਂ ਹੋਈ ਇਹ। ਇੱਕ ਭੈਣ ਜੀ ਉਹਨਾਂ ਨੇ ਪੀ ਐਨ ਡਬਲਿਊ ਬਣਾਇਆ ਹੋਇਆ ਪੈਸੀਫਿਕ ਨੌਰਥ ਵੈਸਟ, ਉਹ ਕਹਿੰਦੇ ਵੀ ਜਿਹੜੇ ਇੱਥੇ ਇਸ ਖਿੱਤੇ 'ਚ ਜਿਹੜੇ ਜੱਟ ਨੇ ਨਾ, ਉਹ ਵਾਈਟ ਸਪਰਮਿਸ ਦੇ ਨਾਲ ਜਿਹੜੇ ਨਾਜ਼ੀ ਹੁੰਦੇ ਸੀ ਉਹਨਾਂ ਨਾਲ ਕੰਪੈਰੀਜ਼ਨ ਕੀਤਾ ਉਹਨਾਂ ਨੇ ਉਹਨਾਂ, ਉਹ ਕਹਿੰਦੇ ਜੀ ਉਹਨਾਂ ਦੀ ਤੁਸੀਂ ਥੀਸਿਸ ਡਾਊਨਲੋਡ ਕਰਕੇ ਦੇਖੋਗੇ, ਅਤੇ ਉੱਥੇ ਉਹਨਾਂ ਨੇ ਲਿਖਿਆ ਵੀ ਜਿਹੜੇ ਸਿੱਖ ਜੱਟ ਨੇ
ਇਕੱਲੇ ਜੱਟ ਨਹੀਂ ਜਿਹੜੇ ਸਿੱਖ ਜੱਟ ਨੇ, ਸੋ ਉਹਨਾਂ ਦੀ ਨਾ ਕਨੈਕਸ਼ਨ ਇੱਦਾਂ ਕੀਤਾ ਗਿਆ ਵੀ ਐਂਡ ਆਫ ਦਾ ਡੇ ਜਿਹੜੀ ਮਾਰ ਪੈਣੀ ਆ ਉਹ ਸਿੱਖ 'ਤੇ ਪਾਉਣੀ ਆ ਸੀ। ਔਰ ਦੁੱਖ ਦੀ ਇਹ ਗੱਲ ਆ ਵੀ ਇਹਨਾਂ 'ਚੋਂ ਕਈ ਬੱਚੇ ਜਾਂ ਕਈ ਵਾਹਿਗੁਰੂ ਬੱਚੇ ਨਹੀਂ, ਕਈ ਸਿਆਣੇ ਉਹ ਐਕਡੈਮਿਕ ਨੇ, ਉਹ ਆਪ ਵੀ ਸਿੱਖ ਨੇ। ਸੋ ਇਹਦਾ ਪਤਾ ਨਹੀਂ ਹੁਣ ਇਹ ਸਕ੍ਰਿਪਟ ਉਹਨਾਂ ਨੇ ਕਿਸੇ ਤੋਂ ਮੁੱਲ ਲਈ ਹੋਈ ਆ ਜਾਂ ਕਿਸੇ ਨੇ ਉਹਨਾਂ ਦੀ ਸੰਗੀ 'ਚ ਪਾਈ ਹੋਈ ਆ, ਕੁਛ ਸਮਝ ਨਹੀਂ ਆ ਰਿਹਾ ਇਹ। ਕਈ ਤਾਂ ਕਈ ਔਰਗਨਾਈਜ਼ਰ ਤਾਂ ਉਹ ਧਰਮ ਦੇ ਨਾਂ 'ਤੇ ਉਹਨਾਂ ਦੇ ਖਿਲਾਫ ਦੂਜਿਆਂ ਦੇਸ਼ਾਂ 'ਚੋਂ ਗੱਲਾਂ ਹੁੰਦੀਆਂ ਵੀ ਇਹ ਕੱਟੜਵਾਦ ਕਰਦਾ ਹੈ, ਆਹ ਕਰਦਾ, ਅਤੇ ਉਹ ਆਹ ਚੀਜ਼ ਤਾਂ ਫਿਰ ਉਹਦੇ ਤੋਂ ਬਹੁਤ ਦੂਰ ਆ ਫਿਰ ਜਿਹੜੀ ਚੀਜ਼ ਕਾਹਦਾ ਕੱਟੜਵਾਦ ਹੈ। ਹਾਂ, ਪਰ ਇੱਕ ਜਿਹੜਾ ਆਪਣਾ ਜੀ ਕੋਈ ਵੀ ਭਾਰਤ 'ਚ ਆ ਰਿਹਾ ਨਾ, ਬੇਸ਼ੱਕ ਦਲਿਤ ਹੈ, ਬੇਸ਼ੱਕ ਜੱਟ ਹੈ, ਕੋਈ ਵੀ ਸ਼ਬਦ ਵੀ ਮਾੜਾ ਅਪਣਾਲ ਸਾਹਿਬ, ਇਹ ਦਲਿਤ ਸ਼ਬਦ ਆਪਾਂ ਵਰਤਣਾ ਹੀ ਨਹੀਂ ਚਾਹੁੰਦੇ ਆਪਾਂ ਵਰਤ, ਕਿਉਂਕਿ ਜੇ ਆਪਾਂ ਨੂੰ ਹੁਣ ਦੇਖੋ ਹੁਣ ਨਾ ਹੁੰਦਾ ਕੀ ਹੈ, ਜੇ ਸਿੱਖ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਜਾਤ ਪਾਤ ਯਕੀਨ ਕਰਦੇ ਹੋ, ਉਹ ਕਹਿੰਦੇ ਨਹੀਂ ਨਹੀਂ ਕਰਦੇ, ਫਿਰ ਉਹ ਕਹਿੰਦੇ ਵੀ ਜੇ ਤੁਸੀਂ ਜੱਟਵਾਦ ਦੇ ਖਿਲਾਫ਼ ਹੋ, ਉਹਨਾਂ ਕੋਲ ਕੋਈ ਆਪਸ਼ਨ ਨਹੀਂ, ਉਹਨਾਂ ਨੂੰ ਕਹਿਣਾ ਪੈਂਦਾ ਹਾਂਜੀ ਅਸੀਂ ਖਿਲਾਫ਼ ਹਾਂ। ਪਰ ਹੁਣ ਮੈਂ ਨਾ ਥੋੜ੍ਹਾ ਜਿਹਾ ਜੱਟਵਾਦ 'ਤੇ ਵੈਸੇ ਵਿਚਾਰ ਕੀਤਾ ਇਸ ਸ਼ਬਦ 'ਤੇ ਕਿਸੇ ਵੀ ਵਾਦ 'ਤੇ, ਹੁਣ ਸਮਾਜਵਾਦ ਹੈ, ਰੋਮਾਂਸਵਾਦ ਹੈ, ਹੁਣ ਉਹ ਸ਼ਬਦ ਮਾੜੇ ਨਹੀਂ ਹੈਗੇ। ਸੋ ਜਿਹੜਾ ਵਾਦ ਆ ਉਹ ਨਹੀਂ ਮਾੜਾ ਹੈਗਾ, ਉਹਦੇ ਮੋਹਰੇ ਜਿਹੜਾ ਸ਼ਬਦ ਲੱਗਦਾ ਉਹ ਮਾੜਾ ਆ। ਜਦੋਂ ਮੰਨੂ ਲੱਗਦਾ ਵਾਦ ਦੇ ਮੋਹਰੇ, ਫਿਰ ਮੰਨੂਵਾਦ ਮਾੜਾ ਹੋ ਜਾਂਦਾ। ਹੁਣ ਜਦੋਂ ਸਮਾਜ ਲੱਗਦਾ ਉਹਦੇ ਮੋਹਰੇ, ਸਮਾਜਵਾਦ ਮਾੜਾ ਥੋੜ੍ਹੀ ਹੋ ਗਿਆ। ਅਸੀਂ ਕਹੇ ਜਿਹੜਾ ਸਮਾਜ ਸਮਾਜਵਾਦ ਦੀ ਗੱਲ ਕਰਦਾ ਸੀ ਉਹਦੇ ਵਿਰੁੱਧ ਆ। ਜਦੋਂ ਆਪਾਂ ਕਿਸੇ ਵੀ ਜਿੱਦਾਂ ਹੁਣ ਆਪਾਂ ਦੋਨੋਂ ਜਾਣੇ ਬੈਠੇ ਹਾਂ, ਜੇ ਆਪਾਂ ਇੱਕ ਦੂਜੇ ਨੂੰ ਕਿਸੇ ਵਜ੍ਹਾ ਕਰਕੇ ਆਪਣੇ 'ਚ ਐਨਰਜੀ ਇਹ ਆ ਰਹੀ ਹੈ ਵੀ ਇੱਕ ਬੰਦਾ ਛੋਟਾ ਫੀਲ ਕਰ ਰਿਹਾ, ਇਹਦਾ ਮਤਲਬ ਦੂਜਾ ਬੰਦਾ ਸਹੀ ਨਹੀਂ ਹੈਗਾ। ਈਵਨ ਆਪਣੀ ਪ੍ਰੈਜੈਂਸ 'ਚ ਕਿਸੇ ਬੰਦੇ ਨੂੰ ਜੇ ਆਪਾਂ ਮਹਿਸੂਸ ਕਰਾ ਦਈਏ, ਉਹ ਉਹਦੇ 'ਚ ਆਪਣਾ ਘਟਾ ਹੋਇਆ ਜੀ। ਸੋ ਆਪਾਂ ਤਾਂ ਜਿੱਥੇ ਵੀ ਆਵਾਜ਼ ਹੋਵੇ, ਜਿੱਥੇ ਧੱਕਾ ਹੋ ਰਿਹਾ, ਐਜ਼ ਏ ਸਿੱਖ ਆਪਾਂ ਨੂੰ ਉੱਥੇ ਖੜਨਾ ਚਾਹੀਦਾ। ਬਿਲਕੁਲ ਠੀਕ ਹੈ। ਪਰ ਜੇ ਹੁਣ ਫੈਡਰਲੀ ਫੰਡਡ ਹੋ ਕੇ ਐਗਜੀਬਿਸ਼ਨ ਲਾ ਕੇ ਜੇ ਸਿੱਖ ਦੇ ਪੰਜਾਬੀ ਅਤੇ ਈਵਨ ਜੇ ਜੱਟ ਦੇ ਵੀ ਜੁੱਤੀਆਂ ਮਾਰਨੀਆਂ ਨੇ, ਫਿਰ ਤਾਂ ਐਜ਼ ਏ ਟੈਕਸ ਪੇਅਰ ਆਪਾਂ ਸਵਾਲ ਕਰਨਾ ਜਾਇਜ਼ ਹੈ ਜੀ। ਬਿਲਕੁਲ। ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਅਸੀਂ ਐਕਡੈਮਿਕ ਤਾਂ ਹੈ ਨਹੀਂ ਗਏ, ਅਸੀਂ ਸਟ੍ਰਿਕਟਲੀ ਐਜ਼ ਏ ਟੈਕਸ ਪੇਅਰ ਪੁੱਛ ਰਹੇ ਹਾਂ, ਫੰਡਿੰਗ ਇਹਦੇ 'ਤੇ ਕਿੰਨੇ ਦੀ ਹੋਈ ਆ, ਕਿਹਨਾਂ ਨੇ ਕੀਤੀ ਆ, ਔਰ ਇਹਦੇ ਪਿੱਛੇ ਰੀਜ਼ਨ ਕੀ ਆ ਵੀ ਇਹਦੇ ਵਿੱਚ ਤਕਰੀਬਨ 30 ਤੋਂ ਲੈ ਕੇ 40 ਗਲਤੀਆਂ ਨੇ। ਔਰ ਇੱਕ ਪਲੈਕਾਰਡ ਤੁਸੀਂ ਉੱਧਰ ਦੇਖੋਗੇ ਵੀ ਜਿਹੜਾ ਰੈੱਡ ਹੈ, ਹਾਂਜੀ ਰੈੱਡ ਹੈ ਜੀ ਜਿਹੜਾ, ਉਹਦੇ ਵਿੱਚ ਐਗਜ਼ੀਬਿਸ਼ਨ, ਹਾਂਜੀ ਉਹਦੇ ਵਿੱਚ ਪ੍ਰਵੈਂਸ਼ਨ ਆਫ ਐਟਰੋਸਿਟੀਜ਼ ਐਕਟ ਬਣਿਆ ਹੋਇਆ 1989 ਦਾ ਹਿੰਦੁਸਤਾਨ ਦੇ ਵਿੱਚ। ਜੇ ਤੁਸੀਂ ਚਮਾਰ ਲਫ਼ਜ਼ ਯੂਜ਼ ਕਰਦੇ ਹੋ ਤੁਹਾਨੂੰ ਜੇਲ੍ਹ ਹੋ ਸਕਦੀ ਆ, ਔਰ ਹੁੰਦੀ ਆ, ਜੁਰਮਾਨੇ ਲੱਗਦੇ। ਆਪਣੇ ਕੈਨੇਡਾ 'ਚ ਵੀ ਜੁਰਮਾਨਾ ਲੱਗਾ ਇੱਕੋ ਦਫ਼ਾ। ਠੀਕ। ਇਸ ਐਗਜ਼ੀਬਿਸ਼ਨ 'ਚ ਤੁਸੀਂ ਕਿਸੇ ਕਾਰਨ ਕਰਕੇ ਮੇਰੇ ਖਿਆਲ 10-12 ਵਾਰੀ ਉਹ ਸ਼ਬਦ ਲਿਖਿਆ ਹੋਇਆ ਸਾਹਮਣੇ ਆ ਜੀ। ਹਾਂਜੀ, ਤੁਸੀਂ ਕਿਉਂ ਲਿਖਿਆ ਹੋਇਆ, ਤੁਸੀਂ ਮਤਲਬ ਕੀ ਕਰਨਾ ਕੀ ਚਾਹੁੰਦੇ ਹੋ? ਇਹਦੇ ਤੋਂ ਇੱਕ ਇਹ ਵੀ ਲੱਗਦਾ ਜੀ ਵੀ ਦਲਿਤ ਦਾ ਲਫ਼ਜ਼ ਵਰਤ ਕੇ ਦਲਿਤ ਦੇ ਮੋਢੇ 'ਤੇ ਰੱਖ ਕੇ ਚਲਾਈ ਗਈ ਹੈ ਇਹ। ਔਰ ਮੇਰੀ ਬੇਨਤੀ ਹੈ, ਚੱਲੀ ਕਿੱਧਰ ਨੂੰ ਹੈ ਜੀ? ਸਿੱਖਾਂ ਨੂੰ ਚੱਲੀ ਹੈ ਜੀ ਪਹਿਲਾਂ, ਕਿਉਂਕਿ ਜਦੋਂ ਸਿੱਖ ਨੂੰ ਸਵਾਲ ਹੁੰਦਾ ਵੀ ਤੁਸੀਂ ਜਾਂਚ ਯਕੀਨ ਕਰਦੇ ਹੋ, ਸਿੱਖ ਕਹਿੰਦਾ ਨਹੀਂ, ਉਹ ਕਹਿੰਦਾ ਓਕੇ ਜੀ ਫਿਰ ਤੁਸੀਂ ਪਰੇ ਹੋ ਜਾਓ, ਹੁਣ ਅਸੀਂ ਜੱਟ 'ਤੇ ਚਲਾਉਣੀ ਆ। ਫਿਰ ਜਦੋਂ ਜੱਟ 'ਤੇ ਚਲਾਉਂਦੇ ਆ, ਉਹਨੂੰ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਫੂਲਨ ਦੇਵੀ ਦਾ ਕੰਪੈਰੀਜ਼ਨ ਆ। ਐਂਡ ਆਫ ਦਾ ਡੇ ਜਿਹੜੀ ਉਹ ਥੀਸਿਸ ਦਾ ਮੈਂ ਜ਼ਿਕਰ ਕੀਤਾ ਸੀਗਾ, ਉਹ ਸਿੱਖਾਂ ਦੇ ਖਿਲਾਫ ਆ ਉਹ। ਔਰ ਮੇਰੀ ਬੇਨਤੀ ਹੈ ਕਿ ਆਪਾਂ ਕਿੰਨੇ ਖੂਬਸੂਰਤ ਮੁਲਕ 'ਚ ਰਹਿ ਰਹੇ ਹਾਂ, ਕਿਸੇ ਵੀ ਧਰਮ ਦੇ ਖਿਲਾਫ, ਕਿਸੇ ਵੀ ਜਾਤ ਦੇ ਮਜ਼ਹਬ ਦੇ ਖਿਲਾਫ ਕੋਈ ਗੱਲ ਐਸੀ ਨਾ ਕਰੀਏ ਜਿਹਦੇ ਨਾਲ ਤਰੇੜਾਂ ਪੈਣ। ਆਪਾਂ ਹੁਣ 4-5 ਜਨਰੇਸ਼ਨਾਂ ਤੋਂ ਇੱਥੇ ਰਹਿ ਰਹੇ ਹਾਂ, ਦਲਿਤਾਂ ਦੇ ਜੱਟਾਂ ਨਾਲ, ਸਿੱਖਾਂ ਨਾਲ, ਹਿੰਦੂਆਂ ਦੇ ਮੁਸਲਮਾਨਾਂ, ਮੁਸਲਮਾਨਾਂ ਦੇ ਕ੍ਰਿਸਚਨਾਂ ਨਾਲ ਰਿਸ਼ਤੇ ਹੋਏ ਹੋਏ ਨੇ। ਬਿਲਕੁਲ ਜੀ, ਵਿਆਹ ਹੋਏ ਹੋਏ ਨੇ, ਵਿਆਹ ਹੋਏ ਹੋਏ ਨੇ। ਔਰ
ਅਸੀਂ ਉਹਨਾਂ ਨੂੰ ਸਵੀਕਾਰ ਕਰਦੇ ਹਾਂ, ਸਾਰੇ ਹੀ ਕਰਦੇ ਨੇ, ਪਰ ਜੇ ਕੋਈ ਨਹੀਂ ਕਰਦਾ ਉਹਦੇ 'ਤੇ ਆਪਾਂ ਹੁਣ ਜ਼ੋਰ ਥੋੜ੍ਹੀ ਪਾ ਸਕਦੇ ਹਾਂ। ਸੋ ਉਹ ਜਿਹੜੀਆਂ ਤੰਦਾਂ ਨੇ ਉਹਨਾਂ ਨੂੰ ਉਹਨਾਂ 'ਚ ਤਰੇੜਾਂ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਆਪਾਂ ਤਾਂ ਇਹ ਦੇਖਣਾ ਵੀ ਜੇ ਪਹਿਲਾਂ ਤਾਂ ਜਿਹੜਾ ਸਪੈਕਟਰਮ ਹੈ ਨਾ ਇਹਦੇ 'ਚ ਸਟਰੈਂਥ ਕੀ ਆ, ਹਰੇਕ ਦੀ ਸਟਰੈਂਥ ਪਛਾਣ ਕੇ ਆਪਾਂ ਅੱਗੇ, ਪਰ ਜੇ ਕੋਈ ਨੀਵਾਂ ਆ ਆਪਾਂ ਉਹਨੂੰ ਉੱਚੇ ਚੱਕਣਾ ਆ, ਨੀਵੇਂ ਦੇ ਮੋਢੇ 'ਤੇ ਖੜ ਕੇ ਥੋੜ੍ਹੀ ਚਲਾਉਣੀ ਆਪਾਂ। ਅੱਛਾ ਇੱਕ ਹੋਰ ਦੱਸੋ, ਇਹ ਜਦ ਇਹ ਚੀਜ਼ਾਂ ਸ਼ੁਰੂ ਹੁੰਦੀਆਂ, ਤੁਸੀਂ ਇਹ ਕੰਮ ਦੇ ਵਿੱਚੋਂ ਬਹੁਤ ਥੋੜ੍ਹਾ ਸ਼ੌਕ ਹੈ ਇਹ ਚੀਜ਼ਾਂ ਇਕੱਠੀਆਂ ਕਰਨੀਆਂ, ਸੰਗ੍ਰਹਿ ਕਰਨੀਆਂ, ਬੋਲਣਾ ਇਹਦੇ ਬਾਰੇ, ਗੱਲਬਾਤ ਕਰਨੀ, ਆਪਣੇ ਸੱਭਿਆਚਾਰ ਦਾ ਧਰਮ ਦਾ ਪਿਆਰ ਕਰਨਾ, ਦੂਜੇ ਦਾ ਸਤਿਕਾਰ ਕਰਨਾ, ਇਹਦੀ ਸ਼ੁਰੂ 'ਚ ਪ੍ਰੀਲਿਮਿਨਰੀ ਕੋਈ ਗੱਲਬਾਤ ਨਹੀਂ, ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਵੀ ਭਾਈ ਆਹ ਅਸੀਂ ਕਰਨ ਲੱਗੇ ਹਾਂ ਪੈਸਾ ਤੁਸੀਂ ਤੁਹਾਡਾ ਖਰਚਣ ਲੱਗਾ, ਕੋਈ ਨਹੀਂ ਪੁੱਛਦਾ? ਨਹੀਂ ਮੇਰੇ ਜਾਂ ਫਿਰ ਜਿਹਦੀ ਉੱਥੇ ਬਣ ਗਈ ਅਤੇ ਉਹਦੀ ਬਣ ਗਈ, ਇਹੀ ਗੱਲ? ਹਾਂਜੀ ਇਹ ਤਾਂ ਹੁੰਦਾ ਹੈ ਕਿ ਜਦੋਂ ਇਹਨੂੰ ਨੈਟਵਰਕਿੰਗ ਕਹਿ ਲਓ, ਚਲੋ ਅਸੀਂ ਕਦੀ ਗ੍ਰਾਂਟ ਲਈ ਨਹੀਂ ਹੈਗੀ, ਨਾ ਹੀ ਕਿਸੇ ਕੋਲ ਡੋਨੇਸ਼ਨ ਲਿਆ, ਬਿਲਕੁਲ ਠੀਕ। ਸੋ ਸਾਨੂੰ ਇਹ ਵੈਸੇ ਵੀ ਪ੍ਰੋਸੈਸ ਪੂਰਾ ਨਹੀਂ ਪਤਾ ਹੈਗਾ, ਪਰ ਥੋੜ੍ਹਾ ਥੋੜ੍ਹਾ ਸਾਨੂੰ ਇਹ ਪਤਾ ਆ ਕਿ ਜਦੋਂ ਗ੍ਰਾਂਟਸ ਨਿਕਲਦੀਆਂ ਨੇ ਫਿਰ ਉੱਥੇ ਇੱਕ ਪੱਕੇ ਗ੍ਰਾਂਟ ਮਾਫੀਏ ਬਣੇ ਹੋਏ ਨੇ ਜਿਹੜੇ ਉਹਨੂੰ ਟੈਪ ਕਰਦੇ ਨੇ, ਉਹਦੇ ਲਈ ਬਹੁਤ ਵਧੀਆ ਸ਼ਬਦਾਵਲੀ 'ਚ ਚੀਜ਼ਾਂ ਲਿਖੀਆਂ ਜਾਂਦੀਆਂ ਨੇ, ਫਿਰ ਉਹ ਅੱਗੇ ਪ੍ਰਸਤੁਤ ਕੀਤੀਆਂ ਜਾਂਦੀਆਂ ਲੈਸੇ, ਅਤੇ ਉੱਥੋਂ ਫਿਰ ਆਮ ਜਿੱਦਾਂ ਸਾਡੇ ਵਰਗੇ ਲੋਕ ਆ ਜਾਂ ਆਮ ਜਿਹੜਾ ਭਾਈਚਾਰਾ ਉਹਨੂੰ ਉਦੋਂ ਪਤਾ ਲੱਗਦਾ ਜਦੋਂ ਇਹ ਕੰਧਾਂ 'ਤੇ ਲਿਖ ਹੋ ਜਾਂਦੀਆਂ ਨੇ। ਬਿਲਕੁਲ, ਉਸ ਸਮੇਂ ਲੇਟ ਹੋ ਜਾਂਦਾ, ਫਿਰ ਲੇਟ ਹੋ ਜਾਂਦਾ ਜੀ। ਔਰ ਇਹਦਾ ਤੁਸੀਂ ਦੇਖੋ ਵੀ ਮੈਂ ਨਾ ਪਤਾ ਨਹੀਂ ਕਿੰਨੇ ਵੇਖ ਕੇ ਆਏ ਹੋਣਗੇ, ਕਿਸੇ ਨੇ ਨੋਟਿਸ ਨਹੀਂ ਕੀਤਾ ਹੋਣਾ ਜਾਂ ਕਰਦੇ ਨੇ, ਪਰ ਸੋਸ਼ਲ ਮੀਡੀਆ 'ਤੇ ਚਰਚਾ ਹੈ ਜਾਂ ਤੁਸੀਂ ਲਿਖਦੇ ਹੋ? ਚਰਚਾ ਜੀ, ਉੱਥੇ ਬਰਨਬੀ ਵਿਲਜ਼ ਮਿਊਜ਼ੀਅਮ ਦੇ ਤੁਸੀਂ ਫੇਸਬੁੱਕ 'ਤੇ ਜੇ ਜਾਓ ਉੱਥੇ ਦੋ ਪੋਸਟ ਨੇ ਓਵਰਕਾਸਟ ਦੀਆਂ, ਜਿਹੜੀ ਦੂਜੀ ਪੋਸਟ ਹੈ ਜਿਹੜੀ ਪੁਰਾਣੀ ਆ ਉਹਦੇ ਤਕਰੀਬਨ ਮੇਰੇ ਖਿਆਲ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ 50 ਤੋਂ ਲੈ ਕੇ 52 ਤੱਕ ਕਮੈਂਟ ਨੇ, ਔਰ ਉਹ ਸਵਾਲ ਪੁੱਛੇ ਗਏ ਨੇ ਵੈਸੇ ਬਈ ਭਾਈ ਇਹਦਾ ਦੱਸੋ ਫੰਡਿੰਗ ਕਿਹਨੇ ਕੀਤੀ ਆ, ਕਿੱਦਾਂ ਕਰਵਾਈ ਆ, ਔਰ ਬਰਨਬੀ 'ਚ ਕਿਉਂ ਹੋਈ ਆ ਇਹ, ਮਤਲਬ ਉਹਦਾ ਕੀ ਕਾਰਨ ਆ। ਔਰ ਇਹਦੇ 'ਚ ਜਿਹੜੀ ਇੱਕ ਬਹੁਤ ਖਤਰਨਾਕ ਗੱਲ ਇਹ ਹੈ ਜੀ, ਔਰ ਇਹਦੇ ਬਾਰੇ ਆਪਾਂ ਸਵਾਨ ਸਟੇਟਮੈਂਟ ਲਿਖ ਸਕਦੇ ਹਾਂ ਜੀ, ਇਹਨਾਂ 'ਚੋਂ ਇੱਕ ਮੈਂਬਰ ਜਿਹੜਾ ਇਹਦੇ ਵਿੱਚ ਆ ਉਹਦੇ ਨਾਲ ਮੇਰੀ ਗੱਲ ਹੋਈ, ਮੈਂ ਉਹਨੂੰ ਪੁੱਛਿਆ ਵੀ ਭਾਈ ਸਾਹਿਬ ਬਈ ਇਹਦਾ ਮੈਨੂੰ ਦੱਸੋ ਕੀ ਕਾਰਨ ਕੀ ਆ। ਉਹ ਪਹਿਲਾਂ ਥੋੜ੍ਹੀ ਸਾਡੀ ਗੱਲਬਾਤ ਸਰਸਰੀ ਚੱਲੀ, ਅਤੇ ਬਾਅਦ 'ਚੋਂ ਉਹ ਕਹਿੰਦੇ ਜੀ ਇਹਨਾਂ ਨੇ ਕੀ ਕਰਨਾ ਕਿ 1 ਮਈ ਨੂੰ ਇਹ ਗੁਰਦੁਆਰਾ ਸਾਹਿਬ 'ਚ ਲੈ ਕੇ ਜਾਣੀ ਆ, ਉੱਥੇ ਜਾ ਕੇ ਇਹਨਾਂ ਨੇ ਜਦੋਂ ਕਹਿਣਾ ਵੀ ਅਸੀਂ ਇਹ ਐਗਜ਼ੀਬਿਸ਼ਨ ਲਾਉਣੀ ਚਾਹੁੰਦੇ ਹਾਂ, ਜਦੋਂ ਗੁਰਦੁਆਰਾ ਸਾਹਿਬ ਨੇ ਪੜ੍ਹਨੀ ਆ, ਉਹਨਾਂ ਨੇ ਕਹਿਣਾ ਵੀ ਨਹੀਂ ਇੱਥੇ ਸਾਡੇ ਗੁਰੂਆਂ ਦੇ ਅਦਬ ਦੀ ਗੱਲ ਨਹੀਂ ਹੋਈ ਜਾਂ ਸਿੱਖੀ ਦੇ ਅਦਬ ਨਹੀਂ ਹੋਈ, ਅਤੇ ਫਿਰ ਉਹਨਾਂ ਨੇ ਜਦੋਂ ਸਵਾਲ ਕਰਨੇ ਨੇ ਅਤੇ ਇਹਨਾਂ ਨੇ ਫਿਰ ਡਿਸਕ੍ਰਿਮੀਨੇਸ਼ਨ ਦਾ ਰੌਲਾ ਪਾਉਣਾ। ਮੈਂ ਦੇਖੋ ਜੀ ਇਹਦਾ ਹੀ ਰੌਲਾ ਪਾਉਂਦਾ, ਇਹਦਾ ਹੀ ਰੌਲਾ ਦੇਖ ਲਓ। ਈਵਨ ਜਿਹੜੇ ਗੁਰਦੁਆਰੇ ਵਾਲੇ ਆ ਉਹ ਵੀ ਇਸ ਰੇਸਿਜ਼ਮ ਦੇ ਜਿੱਦਾਂ ਸਾਡੇ ਨਾਲ ਖੜ੍ਹੇ ਨਹੀਂ ਹੈਗੇ, ਔਰ ਇਹ ਜਿਹੜੇ ਉਹ ਭਾਈ ਸਾਹਿਬ ਜੇ ਹੁਣ ਸੁਣ ਰਹੇ ਨੇ, ਉਹਨਾਂ ਦਾ ਨਾਂ ਤਾਂ ਨਹੀਂ ਲੈਣਾ, ਪਰ ਮੈਂ ਉਹ ਚਾਹੂੰਗਾ ਵੀ ਉਹ ਘੱਟੋ ਘੱਟ ਆਪਣਾ ਨਾਮ ਕੱਢ ਲੈਣ ਵਿੱਚੋਂ, ਜੇ ਉਹਨਾਂ ਨੂੰ ਇਸ ਗੱਲ ਦਾ ਪਹਿਲੀ ਇਲਮ ਹੈਗਾ ਹੈ ਨਾ ਵੀ ਇਹ ਹੋਣਾ, ਇਹ ਹੋਣਾ ਆ ਹੈ ਨਾ, ਕਿਉਂਕਿ ਉਹਨਾਂ ਨੇ ਮੈਨੂੰ ਦੱਸਿਆ ਹੋਇਆ ਆਪ। ਔਰ ਇਹ ਟਰੈਵਲਿੰਗ ਐਗਜ਼ੀਬਿਸ਼ਨ ਬਣਨੀ ਆ, ਫਿਰ ਹੋਰ ਹਿੱਸੇ 'ਚ ਵੀ ਜਾਣੀ ਆ। ਹਾਂਜੀ ਹੋਰ ਹਿੱਸੇ ਜਾਣੀ ਆ, ਜਿੱਦਾਂ ਹੁਣ ਆਪਾਂ ਬੈਠੇ ਗੱਲ ਕਰ ਰਹੇ ਹਾਂ ਹੋ ਸਕਦਾ ਕਿਸੇ ਹੋਰ ਖਿੱਤੇ 'ਚ ਵੀ ਇੱਦਾਂ ਗੱਲ ਹੋਵੇ। ਸੋ ਐਂਡ ਆਫ ਦਾ ਡੇ ਇਹ ਸਾਰਾ ਕੁਛ ਕਰਕੇ ਗਵਰਨਮੈਂਟ ਤਾਂ ਸੁਹਿਰਦ ਆ, ਉਹ ਤਾਂ ਪੈਸੇ ਦੇ ਰਹੀ ਆ, ਪਰ ਜਿਹੜੇ ਟੈਪ ਕਰਨ ਵਾਲੇ ਆ ਉਹਨਾਂ 'ਤੇ ਕੋਈ ਨਾ ਕੋਈ ਗਵਰਨਿੰਗ ਬਾਡੀ ਉੱਪਰ ਹੋਣੀ ਚਾਹੀਦੀ ਆ, ਜਿਹੜੀ ਦੇਖੇ ਵੀ ਭਾਈ ਕੀ ਲਿਖਿਆ ਹੋਇਆ, ਕਿਉਂਕਿ ਹੁਣ
ਕਈ ਵਾਰੀ ਇਹ ਹੋ ਜਾਂਦਾ ਕਿ ਆਪਾਂ ਨੂੰ ਕਿਸੇ ਹੋਰ ਧਰਮ ਬਾਰੇ ਜਾਂ ਕਿਸੇ ਹੋਰ ਜਾਤ ਬਾਰੇ ਜ਼ਿਆਦਾ ਨਹੀਂ ਪਤਾ ਹੁੰਦਾ, ਸੋ ਉਹ ਲੋਕ ਜੇ ਆਪਣੇ ਕੋਲ ਕੇਸ ਲੈ ਕੇ ਆਉਣ ਆਪਾਂ ਉਹਨਾਂ ਨੂੰ ਫੇਸ ਵੈਲਿਊ 'ਤੇ ਐਕਸੈਪਟ ਕਰ ਲੈਂਦੇ, ਆਪਾਂ ਕਹਿੰਦੇ ਵੀ ਇਹ ਪੀੜਿਤ ਦੀ ਗੱਲ ਕਰਦੇ ਸਹੀ ਹੋਣੀ ਆ, ਪਰ ਉੱਥੇ ਕਈ ਵਾਰੀ ਸ਼ੈਤਾਨੀ, ਜਿੱਦਾਂ ਇਸ ਕੇਸ 'ਚ ਬਹੁਤ ਸ਼ੈਤਾਨੀ ਹੋਈ ਹੋਈ ਆ। ਸੋ ਇਹਦੇ ਵਿੱਚ ਭਗਤ ਰਵਿਦਾਸ ਉਹਨਾਂ ਦਾ ਡੇਟ ਆਫ ਬਰਥ ਗਲਤ ਹੈ, 1267 ਮੇਰੇ ਖਿਆਲ ਸ਼ਾਇਦ 1300 ਕੁਛ ਹੋਰ ਹੈ ਉਹ, ਸੋ ਘੱਟੋ ਘੱਟ 100 ਸਾਲ ਦਾ ਡਿਫਰੈਂਸ ਹੈ। ਫਿਰ ਜਿਹੜੀ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਲਿਖਿਆ ਹੋਇਆ, ਹੁਣ ਇਹ ਸ੍ਰੀ ਗੁਰੂ ਰਵਿਦਾਸ ਸਭਾ ਤਾਂ ਕਰਵਾ ਨਹੀਂ ਰਹੀ ਐਗਜੀਬਿਸ਼ਨ, ਜਦੋਂ ਭਗਤ ਰਵਿਦਾਸ ਰਵਿਦਾਸ ਡੋਮੇਨ 'ਚ ਜਾਂਦੇ ਨੇ ਉਹ ਗੁਰੂ ਬਣਦੇ ਨੇ ਉੱਥੇ ਜਾ ਕੇ, ਠੀਕ, ਪਰ ਜਦੋਂ ਉਹ ਸਿੱਖ ਡੋਮੇਨ 'ਚ ਆਉਂਦੇ ਆ ਸਾਡੇ ਗੁਰੂਆਂ ਦਾ ਹੁਕਮ ਹੈ ਭਗਤ ਭਗਤ ਲਿਖਦੇ ਨੇ, ਸਿੱਖ ਰਵਿਦਾਸੀਆਂ 'ਤੇ ਧੱਕਾ ਨਹੀਂ ਕਰ ਸਕਦਾ ਵੀ ਤੁਸੀਂ ਉਹਨੂੰ ਗੁਰੂ ਕਿਉਂ ਸਕਦੇ, ਨਹੀਂ ਕਹਿੰਦੇ ਬਿਲਕੁਲ, ਇਸੇ ਤਰ੍ਹਾਂ ਰਵਿਦਾਸੀ ਸਿੱਖਾਂ 'ਤੇ ਧੱਕਾ ਨਹੀਂ ਕਰ ਸਕਦੇ ਵੀ ਤੁਸੀਂ ਇਹਨਾਂ ਨੂੰ ਗੁਰੂ ਕਹੋ, ਬਿਲਕੁਲ ਠੀਕ, ਪਰ ਜਦੋਂ ਆ ਇਹਦੇ ਵਿੱਚ ਜਦੋਂ ਲਿਖਿਆ ਜਾਂਦਾ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ, ਫਿਰ ਤੁਸੀਂ ਔਰ ਇੱਕ ਦੋ ਜਗ੍ਹਾ 'ਤੇ ਹੋਰ ਵੀ ਗੁਰੂ ਰਵਿਦਾਸ ਲਿਖਿਆ ਹੋਇਆ, ਫਿਰ ਤੁਸੀਂ ਕਿਉਂ ਲਿਖਦੇ ਹੋ, ਤੁਹਾਨੂੰ ਨਿਊਟਰਲ ਰਹਿਣਾ ਪੈਣਾ ਜੀ ਉੱਥੇ, ਜਿਹੜੀ ਪੇਨ ਦੀ ਗੱਲ ਹੈ ਉਹ ਬੇਸ਼ੱਕ ਕਰੋ, ਉਹਦੇ ਵਿੱਚ ਜਦੋਂ ਨਾ ਤੁਸੀਂ ਲਿਖ ਦਿੰਦੇ ਹੋ ਵੀ ਇੱਕ ਬੱਚਾ ਉਹਨੂੰ ਕਿਸੇ ਦੇ ਕੱਪੜੇ ਨਹੀਂ ਪਸੰਦ ਸੀ, ਉਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਯੂ ਆਰ ਏ ਚਮਾਰ, ਉਹ ਗੱਲਾਂ ਤਾਂ ਜ਼ਰੂਰ ਹੋਈਆਂ ਹੋਣੀਆਂ, ਪਰ ਜਦੋਂ ਆਪਾਂ ਇੱਥੇ ਕਰਦੇ ਹਾਂ ਉਹ ਕਿਹਨੇ ਕਹੀਆਂ, ਕਦੋਂ ਕਹੀਆਂ, ਕੌਣ ਕੌਣ ਇਨਵੋਲਵ ਸੀਗਾ, ਉਹ ਤਾਂ ਕੁਛ ਨਹੀਂ ਪਤਾ। ਇੱਦਾਂ ਤਾਂ ਹੁਣ ਜਿੱਦਾਂ ਆਪਾਂ ਜੱਟ ਬੂਟ ਜਾਂ ਹੋਰ ਕਈ ਗੱਲਾਂ ਲਿਖ ਸਕਦੇ ਹਾਂ, ਗੱਲ ਇਹ ਆ ਵੀ ਗੱਲ ਜਦ ਵਿੱਚੋਂ ਜਿਹੜਾ ਅੰਤਰੀਬ ਤੋਂ ਚੱਲ ਰਹੀ ਹੈ, ਸਿੱਖੀ ਤੋਂ ਚੱਲ ਰਹੀ ਹੈ, ਜਿਹੜੇ ਉਹ ਸ਼ਬਦ ਨੇ ਜਾਂ ਚਮਕੀਲੇ ਦੀ ਗੱਲ ਆ, ਉਹ ਸਿੱਧ ਤੋਂ ਉੱਧਰ ਨੂੰ ਆ ਵੀ ਇਹਨਾਂ ਨੇ ਕੀਤੀ ਹੈ, ਜਿਵੇਂ ਜਿਵੇਂ ਉਹਨੂੰ ਖੂਹ 'ਤੇ ਚੜ੍ਹਨ ਤੋਂ ਮਨਾ ਕਰਦੇ ਨੇ, ਪੰਜਾਬ ਉੱਥੇ ਯੂਪੀ ਬਿਹਾਰ 'ਚ ਕਰਦੇ, ਪੰਜਾਬ 'ਚ ਤਾਂ ਕਰਦੇ ਨਹੀਂ, ਅਸੀਂ ਇਕੱਠੇ ਖੇਤੀ ਕਰਦੇ, ਇਕੱਠੇ ਇੱਕੋ ਜਗ੍ਹਾ 'ਤੇ ਬਹਿ ਕੇ ਖਾਂਦੇ ਪੀਂਦੇ, ਪਰਿਵਾਰ 'ਚ ਇੱਕੋ ਜਗ੍ਹਾ ਤਰੀਕੇ ਨਾਲ ਰਹਿੰਦੇ, ਹਾਂਜੀ, ਈਵਨ ਸਾਡੀਆਂ ਚਾਚੀਆਂ ਤਾਈਆਂ ਉਹ ਨੇ ਜਿਹੜੀਆਂ ਸਾਨੂੰ ਖੜਾਉਂਦੀਆਂ ਰਹੀਆਂ, ਬਿਲਕੁਲ ਬਿਲਕੁਲ, ਈਵਨ ਆਪਾਂ ਇੱਥੇ ਵੀ ਜੀ ਮਤਲਬ ਕਦੇ ਵੀ ਨਹੀਂ ਪਤਾ ਆਪਾਂ ਨੂੰ ਪਤਾ ਨਹੀਂ ਹੈਗਾ, ਮਤਲਬ ਆਪਾਂ ਪਰ ਇਹਦੇ ਨਾਲ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਮੁਨਕਰ ਹਾਂ ਜੀ, ਧੱਕਾ ਨਹੀਂ ਹੋਇਆ, ਨਾ ਮੈਨੂੰ ਪਤਾ ਹੈ ਵੀ ਅਸੀਂ ਕਹਿੰਦੇ ਹਾਂ, ਅਸੀਂ ਕਿਤੇ ਗੱਲ ਕੋਈ ਹੋਊਗੀ ਪਰਸੈਂਟੇਜ 'ਤੇ ਜਿਹੜਾ ਕਹੂਗਾ ਵੀ ਤੂੰ ਆ, ਪਰ ਅਸੀਂ ਨਹੀਂ ਕਹਿੰਦੇ, ਹਾਂ ਜਦੋਂ ਆਪਾਂ ਇੱਦਾਂ ਕਹਾਂਗੇ ਨਾ ਵੀ ਕੁਛ ਸਿੱਖਾਂ ਨੇ ਕੀਤਾ, ਹਾਂ ਫਿਰ ਠੀਕ ਆ, ਹਾਂ ਕੀਤਾ ਹੋਏਗਾ, ਪਰ ਜਦੋਂ ਤੁਸੀਂ ਕੈਨੇਡਾ ਵਰਗੇ ਮੁਲਕ 'ਚ ਕਿਸੇ ਨੂੰ ਸਟੀਰੀਓਟਾਈਪ ਕਰਦੇ ਹੋ, ਕੋਈ ਬਲੈਂਕਟ ਸਟੇਟਮੈਂਟ ਦਿੰਦੇ ਹੋ, ਉਹ ਫਿਰ ਰੇਸਿਜ਼ਮ 'ਚ ਆਉਂਦੀ ਹੈ ਜੀ, ਉਹ ਬਿਲਕੁਲ ਠੀਕ ਹੈ, ਔਰ ਉਹ ਹੇਟਫੁਲ ਸਪੀਚ ਹੈ ਫਿਰ ਉਹ। ਆਪਾਂ ਹੁਣ ਕਿਸੇ ਵੀ ਕਮਿਊਨਿਟੀ ਨੂੰ, ਕਿਸੇ ਨੂੰ ਗੈਰ ਸਿੱਖ ਨੂੰ ਆਪਾਂ ਜੇ ਕਹੀਏ ਸਾਰੇ ਇੱਦਾਂ ਦੇ ਆ, ਉਹ ਫਿਰ ਆਪਣੇ 'ਤੇ ਕੇਸ ਹੋਣਾ ਲਾਜ਼ਮੀ ਹੈ ਜੀ। ਸੋ ਹਾਲੇ ਹਾਲ ਦੀ ਘੜੀ ਆਪਾਂ ਡਾਊਨ ਟਾਊਨ ਤੋਂ ਅਸੀਂ ਦੋਸਤਾਂ ਨੇ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਅਸੀਂ ਇੱਕ ਫਰਮ ਹਾਇਰ ਕੀਤੀ ਹੋਈ ਹੈ ਜੀ, ਜ਼ਰੂਰੀ ਹੈ ਜੀ, ਅਤੇ ਉਹ ਜਿੰਨੇ ਐਕਡੈਮਿਕ ਨੇ ਉਹਨਾਂ ਨੂੰ ਸਾਰਿਆਂ ਨੂੰ ਇੰਸਟੀਟਿਊਸ਼ਨਸ ਨੂੰ ਚਿੱਠੀਆਂ ਲਿਖੀ ਹੋਈ ਹੈ, ਜਗਮੀਤ ਸਿੰਘ ਉਹਨਾਂ ਨੂੰ ਗਈ ਹੋਈ ਆ, ਦੱਸ ਪਰ ਇਹਦੇ 'ਚ ਪੁੱਛਿਆ ਗਿਆ ਵੀ ਭਾਈ ਅਪਰੂਵ ਕਿਹਨੇ ਕੀਤੀ ਆ, ਔਰ ਯੂਨੀਵਰਸਿਟੀਜ਼ ਨੇ ਜਿਹੜਾ ਆਹ ਫਾਈਨਲ ਪ੍ਰੋਡਕਟ ਸੀਗਾ ਇੱਥੇ ਸੀਲ ਕਿਹੜੀ ਲਾਈ ਸੀਗੀ, ਉਹ ਕਾਗਜ਼ ਸਾਨੂੰ ਭੇਜੋ ਜਿੱਥੇ ਇਸ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਐਗਜੀਬਿਸ਼ਨ ਭੇਜੀ ਆ, ਅਤੇ ਉਹਨਾਂ ਨੇ ਅਪਰੂਵ ਕੀਤੀ ਆ, ਬਈ ਵੀ ਅਪਰੂਵ ਐਵਰੀ ਵਰਡ, ਹੈ ਨਾ, ਕਿਉਂਕਿ ਐਂਡ ਆਫ ਦਾ ਡੇ ਤਾਂ ਉਹ ਅਕਾਊਂਟੇਬਲ ਨੇ ਨਾ। ਰੂਪਮਾਨ ਜੇ ਕਿਸੇ ਨੇ ਕਰਨਾ ਹੋਵੇ ਫਿਰ ਉਹ ਕਿੱਥੇ ਜਾ ਕੇ ਵੇਖਣ, ਹੁਣ ਤੁਸੀਂ ਤਾਂ ਮਿਹਨਤ ਕਰਕੇ 14-15 ਬਣਾ ਲਿਆ, ਚੱਕ ਕੇ ਲਿਆਇਓ ਮੈਨੂੰ ਦਿਖਾਉਣ ਦੇ ਲਈ ਵੀ ਆਹ ਚੀਜ਼ਾਂ ਨੇ, ਹੋਰ ਜੇ ਕਿਸੇ ਨੇ ਵੇਖ ਕੇ ਆਪਣਾ ਆਪਣਾ ਇਹਦੇ 'ਤੇ ਦੇਣਾ ਹੋਵੇ ਵੀ ਉਹ ਕੀ ਸੋਚਦੇ ਆ, ਆਪਣੀ ਰਾਏ ਦੇਣੀ ਹੋਵੇ, ਕਿਵੇਂ ਦਿੱਤੀ ਜਾਊ? ਜੀ ਜੀ, ਇੱਕ ਤਾਂ ਅਸੀਂ ਆਪਣੇ ਵੱਲੋਂ ਵੀਡੀਓ ਬਣਾ ਕੇ ਪਾਈ ਹੋਈ ਹੈ ਜੀ ਅਮਰਜਾਨਾ ਨੁਮਾਇਟ 'ਤੇ, ਹਾਂਜੀ ਓਕੇ, ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ, ਸਲਾਈਡ ਸਾਰੀਆਂ ਹੀ ਉੱਥੇ ਅਸੀਂ ਪਾਈ ਹੋਈ ਆ। ਸੋ ਵੈਬਸਾਈਟ ਆਪਣੀ ਹੈਗੀ ਵਨਜਾਰਾ ਨੁਮਾਇਟ, ਹਾਂਜੀ, ਯੂਟਿਊਬ ਜਿਹੜਾ
ਦਾ ਪੇਜ ਹੈ ਨਾ ਯੂਟਿਊਬ, ਹਾਂਜੀ ਵਜਾਰਾ ਨੁਮੈਡ ਦਾ, ਉੱਥੇ ਜਾਓ ਵੀਡੀਓ ਤੇ ਜਾ ਕੇ ਦੇਖ ਲਓ। ਮੈਨੂੰ ਕਿਉਂਕਿ ਗੁਰੂ ਸਾਹਿਬ ਦਾ ਜ਼ਿਕਰ ਹੋਇਆ ਵਿੱਚ, ਉਹਨਾਂ ਦੇ ਅਦਬ ਤੋਂ ਉਲਟ ਗੱਲ ਹੋਈ ਆ, ਇਸ ਕਰਕੇ ਮੈਂ ਖੁਦ ਆਪ ਆਪਣਾ ਬਿਆਨ ਦਿੱਤਾ ਹੋਇਆ, ਉਹਦੀ ਵੀਡੀਓ ਵੀ ਪਈ ਆ ਉੱਥੇ, ਉਹ ਵੀ ਜ਼ਰੂਰ ਦੇਖੋ। ਔਰ ਹੋ ਸਕਦਾ ਕਿ ਅਸੀਂ ਵੀ ਗਲਤ ਹੋਈਏ ਕਿਤੇ, ਉਹ ਵੀ ਸਾਨੂੰ ਇਨਪੁੱਟ ਜ਼ਰੂਰ ਦਵੋ ਵੀ ਭਾਈ ਆਹ ਗੱਲ ਤੁਹਾਡੀ ਠੀਕ ਨਹੀਂ ਹੈਗੀ, ਉਹ ਵੀ ਅਸੀਂ ਜੇ ਗਲਤ ਹੋਈ ਅਸੀਂ ਮੰਨਾਂਗੇ। ਬਿਲਕੁਲ, ਦੇਖੋ ਜੀ ਵੀ ਆਹ ਅਸੀਂ ਇਨਾਮ ਸਾਡੇ ਤੋਂ, ਔਰ ਜਿਹੜੇ ਬਿਜ਼ਨਸ ਨੇ ਜਿਹਨਾਂ ਦਾ ਧੰਨਵਾਦ ਕੀਤਾ ਹੋਇਆ, ਉਹ ਬਿਜ਼ਨਸ ਵੀ ਮੋਹਰੇ ਆਉਣ, ਕਿ ਮੈਨੂੰ ਕਾਫੀ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਉੱਥੇ ਲਿਖ ਮੈਂ ਹੋਇਆ ਕੀ ਆ। ਹੋਇਆ ਜਿੱਦਾਂ ਮੈਂ ਤੁਹਾਡੇ ਕੋਲ ਆਵਾਂ, ਮੈਂ ਕਹਾਂ ਵੀਰ ਜੀ ਐਂਟੀ ਰੇਸਿਜ਼ਮ ਤੇ ਗੱਲ ਕਰਨੀ ਆ, ਮਗਾ ਆਓ ਜੀ, ਆਓ ਜੀ ਕਰੋ ਗੱਲ। ਹੁਣ ਤੁਸੀਂ ਕਹੋ ਆਹ ਮਾਈਕ ਪਿਆ ਜੀ ਕਰ ਲਓ ਗੱਲ ਤੇ ਮੈਂ ਚੱਲਦਾ, ਹੁਣ ਤੁਹਾਨੂੰ ਤਾਂ ਪਤਾ ਨਹੀਂ ਮੈਂ ਕੀ ਗੱਲ ਕਰਨੀ ਆ। ਸੋ ਇਹ ਮੈਂ, ਮੇਰਾ ਕਾਫੀ ਯਕੀਨ ਆ ਵੀ ਉਹਨਾਂ ਨੂੰ ਪਤਾ ਨਹੀਂ ਹੈਗਾ, ਪਰ ਜੇ ਉਹ ਵੀ ਸੁਣਦੇ ਨੇ ਉਹ ਵੀ ਜ਼ਰੂਰ ਦੇਖਣ ਆ ਕੇ ਉੱਥੇ ਵੀ ਗੱਲ ਹੋਈ ਕੀ ਹੋਈ ਆ। ਕਿਉਂਕਿ ਜਦੋਂ ਆਪਾਂ ਇਸ ਐਗਜੀਬਿਸ਼ਨ ਨੂੰ ਦੇਖਣਾ ਨਾ, ਜਿਹੜੇ ਚ ਚਿੰਨ੍ਹ ਨੇ ਅਤੇ ਪ੍ਰਤੀਕ ਨੇ, ਉਹਦੇ ਵਿੱਚ ਜਿਹੜੇ ਸੰਕੇਤ ਦਿੱਤੇ ਹੋਏ ਨੇ, ਆਪਾਂ ਉਹਦੇ ਰਹੱਸ ਨੂੰ ਸਮਝਣਾ ਆ। ਬਿਲਕੁਲ ਠੀਕ, ਕਿਉਂਕਿ ਜੇ ਇਕੱਲਾ ਆਪਾਂ ਦੇਖ ਲਿਆ ਓਵਰ ਕੈਸ ਐਂਟੀ ਰੇਸਿਜ਼ਮ ਫੋਟੋ ਖਿਚਾ ਲਈ, ਫਿਰ ਗੱਲ ਸਮਝ ਨਹੀਂ ਆਉਣੀ। ਹੌਲੀ ਪੜ੍ਹਨਾ, ਹੌਲੀ ਫਾਈਨ ਲਾਈਨ ਨੂੰ ਪੜ੍ਹਨਾ, ਫਾਈਨ ਲਾਈਨ ਨੂੰ ਪੜ੍ਹਨਾ ਵੀ ਜੇ ਉਹਦੇ 'ਚ ਚਮਕੀਲੇ ਦੀ ਫੋਟੋ ਆ, ਹੁਣ ਨਾ ਤਾਂ ਚਮਕੀਲਾ ਕੈਨੇਡੀਅਨ ਆ ਤੇ ਨਾ ਹੀ ਮਤਲਬ ਉਹਦਾ ਕੋਈ ਇੱਥੇ ਹੈ ਨਹੀਂ ਲੈਣ ਦੇਣ, ਉਹਦਾ ਚਲੋ ਕਈਆਂ ਨੂੰ ਪਸੰਦ ਆ ਉਹਦੀ ਗੀਤਕਾਰੀ, ਉਹਦੀ ਕੋਈ ਦਿੱਕਤ ਨਹੀਂ। ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਉਹ 1+1=2 ਜੱਟਾਂ ਦੀ ਧੀ, ਇੱਦਾਂ ਕਰਕੇ ਜਦੋਂ ਨੈਰੇਟਿਵ ਸਿਰਜਦੇ ਹੋ ਨਾ, ਫਿਰ ਉਹਦੇ ਮਾਰਨ ਦਾ ਕਾਰਨ ਇਹ ਆ। ਹਾਂ, ਮਾਰਨ ਦਾ ਕਾਰਨ ਇਹ ਆ। ਹੁਣ ਦੇਖੋ ਆਪਣੇ ਕਈ ਦੋਸਤ ਨੇ ਜੀ ਜਿਹੜੇ ਆਪਣੇ ਆਪ ਨੂੰ ਐਜ਼ ਏ ਜੱਟ ਆਈਡੈਂਟੀਫਾਈ ਕਰਾਉਂਦੇ ਪਰ ਰੱਬ 'ਚ ਯਕੀਨ ਨਹੀਂ ਰੱਖਦੇ। ਹੁਣ ਸਿੱਖ ਉਹਨਾਂ ਨੂੰ ਜਾ ਕੇ ਕਿੱਦਾਂ ਕਹਿ ਦੋਏ ਵੀ ਭਾਈ ਤੁਸੀਂ ਜਾਤਵਾਦ 'ਚ ਯਕੀਨ ਨਾ ਕਰੋ? ਆਪਾਂ ਕਹਿ ਨਹੀਂ ਸਕਦੇ। ਹੁਣ ਇੱਦਾਂ ਹੀ ਜਿਹਦੇ ਤੇ ਵੀ ਧੱਕਾ ਹੋ ਰਿਹਾ, ਆਪਾਂ ਨੂੰ ਸਿੱਖਾਂ ਨੂੰ ਉਹਦੇ ਨਾਲ ਖੜਨਾ ਪੈਣਾ। ਬਿਲਕੁਲ ਠੀਕ, ਜੇ ਜੱਟ ਨਾਲ ਧੱਕਾ ਖੜਾ ਹੋ ਰਿਹਾ ਉਹਨਾਂ ਵੀ ਖੜਨਾ ਪੈਣਾ, ਜੇ ਦਲਿਤ ਭਾਈਚਾਰੇ ਨਾਲ ਹੋ ਰਿਹਾ ਉਹਨਾਂ ਵੀ ਖੜਨਾ ਪੈਣਾ, ਹੈ ਨਾ। ਪਰ ਆਪਾਂ ਇਹ ਕਹਿੰਦੇ ਹੋਏ ਆਪਾਂ ਇਹ ਕਹਿੰਦੇ ਹਾਂ ਵੀ ਜਦੋਂ ਰੰਗਰੇਟਾ ਸਿੱਖੀ 'ਚ ਆਉਂਦਾ ਆ ਫਿਰ ਗੁਰੂ ਕਾ ਬੇਟਾ ਬਣਦਾ ਜੀ, ਉੱਥੇ ਜਾਤ ਪਾਤ ਹੈ ਨਹੀਂ। ਬਿਲਕੁਲ, ਔਰ ਮੈਨੂੰ ਕਰੈਕਟ ਕਰਿਓ ਜੀ, ਮੈਨੂੰ ਜੇ ਮੈਂ ਮੈਨੂੰ ਲੱਗਦਾ ਮੈਂ ਸਹੀ ਹਾਂ, ਪਰ ਜੇ ਨਾ ਵੀ ਹੋਵਾਂ, ਕਿ ਬੁੱਢਾ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਸ਼ਾਇਦ ਬਾਬਾ ਬਲਕਾਰ ਸਿੰਘ ਹੋਣੀ ਨੇ, ਉਹ ਨਾ ਜੱਟ ਨੇ ਨਾ ਛੀਂਬੇ ਨੇ ਨਾ ਸੈਣੀ ਨੇ, ਔਰ ਉਹਨਾਂ ਦਾ ਓਨਾ ਹੀ ਸਤਿਕਾਰ ਹੁੰਦਾ ਜਿੰਨਾ ਹੋਣਾ ਚਾਹੀਦਾ। ਔਰ ਉਹਨਾਂ ਨੂੰ ਕੋਈ ਜੱਟ ਜਿਹੜਾ ਰੱਬ ਨੂੰ ਨਹੀਂ ਵੀ ਯਕੀਨ ਕਰਦਾ ਉਹ ਵੀ ਮਿਲਦਾ, ਉਹ ਵੀ ਉਹਨਾਂ ਨੂੰ ਨਤਮਸਤਕ ਜਾਂ ਪੈਰੀ ਜਾਂ ਪੈਰ ਸਿਮਰਨ ਕਰਦਾ ਉਹਨਾਂ ਦਾ, ਹੈ ਨਾ। ਸੋ ਆਪਣੀ ਡੋਮੇਨ 'ਚ ਤਾਂ ਹੈ ਹੀ ਨਹੀਂ ਕਿਤੇ ਇਹ, ਪਰ ਆਪਾਂ ਇਹ ਵੀ ਨਹੀਂ ਮੁਨਕਰ ਹੁੰਦੇ ਵੀ ਕੋਈ ਵੀ ਨਹੀਂ ਕਰਦਾ ਪਿਆ, ਕਰਦਾ ਹੋਏਗਾ। ਤੇ ਅਖੀਰ ਦੇ ਵਿੱਚ ਇੱਕ ਬਰਨਵੀ ਮਿਊਜ਼ੀਅਮ ਦੇ ਪੇਜ 'ਤੇ ਉੱਥੇ ਵੀ ਪਿਆ ਜਿੱਥੇ ਸੰਵਾਦ ਚੱਲ ਰਿਹਾ ਔਨਲਾਈਨ। ਬਿਲਕੁਲ ਬਿਲਕੁਲ, ਅਤੇ ਆਪਣਾ ਕੋਈ ਕੰਟੈਕਟ ਨੰਬਰ ਤੁਹਾਡੇ ਨਾਲ ਪਹੁੰਚ ਕਰਨੀ ਹੋਵੇ ਕਿਸੇ ਨੂੰ? ਹਾਂਜੀ, ਆਪਣੇ ਨਾ ਵੰਜਾਰਾ ਨੋਮੈਡ ਕਲੈਕਸ਼ਨ 'ਤੇ ਜਦੋਂ ਥੱਲੇ ਸਕਰੋਲ ਕਰੂੰਗੇ ਉੱਥੇ ਈਮੇਲ ਅਤੇ ਫੋਨ ਨੰਬਰ ਦੋਨੋਂ ਹੀ ਹੈਗੇ ਨੇ। ਠੀਕ ਹੈ, ਸੋ ਉੱਥੇ ਪਲੀਜ਼ ਟੈਕਸ ਕਰ ਦਿਓ, ਕਈ ਦਫ਼ਾ ਫੋਨ ਨਹੀਂ ਅਟੈਂਡ ਹੁੰਦਾ, ਜਾਂ ਈਮੇਲ ਕਰ ਦਿਓ। ਔਰ ਦੂਸਰਾ ਬੇਨਤੀ ਇਹ ਆ ਕਿ ਆਪਾਂ ਈਵਨ ਜਿਹੜੀ ਆਪਾਂ ਅੱਜ ਗੱਲ ਵੀ ਕੀਤੀ ਹੈ ਨਾ, ਇਹਦੀ ਆਪਾਂ ਨੂੰ ਟ੍ਰਜੈਕਟਰੀ ਨਹੀਂ ਪਤਾ ਹੈਗੀ ਕੀ ਆ ਜੀ, ਇਹਦੀ ਰੈਜ਼ੋਨੈਂਸ ਐਕੋ ਕਿੱਥੇ ਹੋ ਰਹੀ ਆ, ਪਰ ਆਪਣੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਵੀ ਇਸ ਖੂਬਸੂਰਤ ਮੁਲਕ ਨੂੰ, ਇਸ ਭਾਈਚਾਰੇ ਨੂੰ ਆਪਾਂ ਸਟਰੋਂਗ ਬਣਾਉਣਾ ਅਤੇ ਇੱਕ ਦੂਜੇ ਨੂੰ ਅਪਲਿਫਟ ਕਰਨਾ ਆ। ਬੰਜਾਰਾ ਨੋਮੈਡ ਹੈ ਜੀ, VANJARANOMAD ਇਹ ਯੂਟਿਊਬ ਚੈਨਲ ਆ, ਤੁਸੀਂ
ਪੁੱਛ ਰਹੇ ਹੋ ਵਟਸਐਪ ਦੇ ਰਾਹੀਂ ਵੰਜਾਰਾ ਨੰਬਰ ਹੈ ਉਹ 20 ਦੀ ਥਾਂ ਤੇ ਡਬਲਯੂ ਹੈ ਜੀ ਡਬਲਯੂ ਸੌਰੀ ਹਾਂਜੀ ਡਬਲਯੂ ਵੰਜਾਰਾ ਡਬਲਯੂ ਡਬਲਯੂ ਹਾਂ ਵੰਜਾਰਾ ਨੋਮੈਡ ਜੀ ਜੀ ਉਹਦੇ ਤੇ ਜਾ ਕੇ ਵੀਡੀਓਜ਼ ਨੇ ਹੋਇਆ ਕੀ ਆ ਸਾਰਾ ਕੁਝ ਉਹਦੇ ਤੇ ਸਰਾਰ ਬਣਾ ਲਉਣੀ ਕੋਸ਼ਿਸ਼ ਕਰ ਰਹੇ ਤੁਹਾਨੂੰ ਸਮਝਾਉਣ ਦੀ ਹੋਰ ਫਰਦਰ ਸਵਾਲ ਹੋਣ ਇਹਨਾਂ ਨਾਲ ਗੱਲ ਵੀ ਕਰ ਸਕਦੇ ਹੋ ਤੇ ਜਾਓਗੇ ਵੈਬਸਾਈਟ ਤੇ ਜਦ ਉੱਥੇ ਜਾ ਕੇ ਈਮੇਲ ਤੇ ਫੋਨ ਨੰਬਰ ਲਿਖਿਆ ਬਾਈ ਜੀ ਧੰਨਵਾਦ ਉੱਦਮ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹੋ ਰਲ ਕੇ ਆਪਾਂ ਚੰਗੀਆਂ ਚੀਜ਼ਾਂ ਹੋਣ ਮਾੜੀਆਂ ਨੂੰ ਵਰਜਣ ਇਹ ਬਹੁਤ ਵੱਡੀ ਇੱਕ ਗੱਲ ਹੈ ਸਾਡੇ ਹੁਣ ਇਹ ਕਹਾਣੀ ਚੱਲ ਪਈ ਯਾਰ ਆਪਾਂ ਨੂੰ ਕੀ ਹੈ ਜਿਹੜਾ ਕਰੂ ਉਹ ਭਰੂ ਇਸ ਤਰ੍ਹਾਂ ਨਹੀਂ ਸਮਾਜ ਚੱਲਦੇ ਇਸ ਤਰ੍ਹਾਂ ਨਾ ਧਰਮ ਚੱਲਦੀਆਂ ਨਾ ਕੌਮਾਂ ਚੱਲਦੀਆਂ ਨੇ ਜਸਟਿਸ ਅਤੇ ਇਨਜਸਟਿਸ ਦੋ ਚੀਜ਼ਾਂ ਨੇ ਐਮਨੈਸਟੀ ਵਾਲੇ ਕੀ ਕਹਿੰਦੇ ਨੇ ਸਪੀਕ ਆਊਟ ਬਸ ਇਹੀ ਆ ਹੁਣ ਸਾਡੇ ਕਹੇ ਤੇ ਕਿਤੇ ਕਿੰਗਰੇ ਨਹੀਂ ਢਹਿਣੇ ਨਾ ਕਿੰਗਰੇ ਬਣਨੇ ਨੇ ਪਰ ਅਸੀਂ ਆਪਣਾ ਕੰਮ ਕਰਨਾ ਜੀ ਜੀ ਹਾਂ ਚਿੜੀ ਜੰਗਲ ਦੀ ਅੱਗ ਨਹੀਂ ਬੁਝਾ ਸਕਦੀ ਪਰ ਉਹ ਚੁੰਝ ਭਰ ਕੇ ਉਹਨੇ ਪਾਣੀ ਸੁੱਟਣਾ ਹੀ ਸੁੱਟਣਾ ਬਿਲਕੁਲ ਬਿਲਕੁਲ ਇਹੀ ਸਾਡੀ ਅਪਰੋਚ ਜੀ 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 ਧੰਨਵਾਦ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਰ ਰਾਜ ਸਿੰਘ ਪੰਡਾਲ ਵੰਜਾਰਾ ਨੋਮੈਡ ਡਬਲਯੂ ਏ ਐਨ ਜੇ ਏ ਆਰ ਏ ਐਨ ਓ ਐਮ ਏ ਡੀ ਬਾਈ ਜੀ ਮਿਹਨਤ ਕਰਦੇ ਨੇ ਸਦਾ ਅਤੇ ਇਹਨਾਂ ਦੇ ਜਿਹੜੇ ਆ ਕਲੈਕਟੇਬਲਸ ਦੁਨੀਆ ਦੇ ਵਿੱਚੋਂ ਲੱਭ ਲੱਭ ਕੇ ਕਿਤਾਬਾਂ ਪੁਰਾਣੀਆਂ ਸਾਡੀਆਂ ਸ੍ਰੀ ਸਾਹਿਬਾਂ ਅਤੇ ਸ਼ਸਤਰ ਜਿਹੜੇ ਨੇ ਉਹਦੇ ਵੀ ਦਰਸ਼ਨ ਕਰਾਉਂਦੇ ਨੇ ਜਾਂ ਕਦੇ ਐਗਜੀਬਿਸ਼ਨ ਹੋਇਆ ਕਿਤੇ ਉਹ ਦੱਸਾਂਗੇ ਪਰ ਇਹਨਾਂ ਨਾਲ ਤੁਸੀਂ ਗੱਲ ਵੀ ਕਰ ਸਕਦੇ ਸੋ ਕਿਰਪਾ ਕਰਕੇ ਆਲੇ ਦੁਆਲੇ ਨਿਗਾਹ ਰੱਖੋ ਜਾਂ ਚੀਜ਼ਾਂ ਅਨਨੋਟਿਸ ਜਾਂਦੀਆਂ ਨੇ ਫਿਰ ਹੀ ਪ੍ਰੋਬਲਮ ਆਉਂਦੀ ਆ ਅਸੀਂ ਇੰਨਾ ਟਾਈਟ ਨਿਟਡ ਕਮਿਊਨਿਟੀ ਦੇ ਵਿੱਚ ਸਿਰਫ ਇਸ ਗੱਲ ਦਾ ਪਹਿਰਾ ਦੇਣਾ ਕਿ ਸਾਡੀ ਆਪਸ ਵਿੱਚ ਕੋਈ ਪਿਆਰ ਨੂੰ ਟਾਰਨਿਸ਼ ਨਾ ਕਰੇ ਲਓ ਪੈਸੇ ਤੁਸੀਂ ਗਰਾਂਟਾਂ ਲਓ ਕੁਛ ਲਓ ਸਾਡਾ ਨਹੀਂ ਕਿਸੇ ਤੱਕ ਮਤਲਬ ਪਰ ਸਾਨੂੰ ਟਾਰਗੇਟ ਆਪਸ ਵਿੱਚ ਨਾ ਕਰੋ ਜਿਹੜਾ ਜਿੱਥੇ ਖੜਨਾ ਚਾਹੁੰਦਾ ਉਹ ਨਿੱਜੀ ਇੱਕ ਸੋਚ ਹੈ ਕਮਿਊਨਿਟੀ ਐਟ ਲਾਰਜ ਦੀ ਸੋਚ ਨਹੀਂ ਹੈ ਇਨਫੀਰੀਟੀ ਕੰਪਲੈਕਸ ਜਾਂ ਸੁਪੀਰੀਅਰਟੀ ਕੰਪਲੈਕਸ ਇਹ ਹੋਊਗਾ ਜਿਹਨੂੰ ਹੋਵੇ ਉਹ ਰੱਖੇ ਉਹ ਆਪਣੇ ਖੀਸੇ 'ਚ ਪਾ ਕੇ ਰੱਖੇ ਕੋਈ ਸੁਪੀਰੀਅਰ ਆਪਣੇ ਆਪ ਨੂੰ ਸਮਝਦਾ ਕੋਈ ਸੁਪੀਰੀਅਰ ਨਹੀਂ ਸਾਰੇ ਮਾਨਸ ਦੀ ਜਾਤ ਇੱਕੋ ਹੀ ਪਹਿਚਾਣ ਦੀ ਗੱਲ ਆ ਇੱਕੋ ਹੀ ਬਲੱਡ ਆ ਇੱਕੋ ਹੀ ਸਰਬੱਤ ਦੇ ਭਲੇ ਦੀ ਗੱਲ ਆ ਸਭ ਬਰਾਬਰ ਹਾਂ ਅਸੀਂ ਸਾਨੂੰ ਨਹੀਂ ਪਤਾ ਅਸੀਂ ਜਦ 10 ਜਣੇ ਚਾਹ ਪੀਂਦੇ ਹਾਂ ਬੈਠ ਕੇ ਕਿਸੇ ਨੂੰ ਨਹੀਂ ਪੁੱਛਦੇ 10 ਗੋਤ ਤੇਰਾ ਕਿਹੜਾ ਪਿੰਡੋਂ ਕਿਹੜਾ ਨਾ ਸਾਰੇ ਅਸੀਂ ਬਰਾਬਰ ਹਾਂ ਸਭ ਦਾ ਪਿਆਰ ਕਰੋ ਇੱਥੋਂ ਲੈ ਕੇ ਚਲੋ ਲਾਈਨ ਅਤੇ ਹਰ ਇੱਕ ਦੇ ਹੱਕ ਲਈ ਖੜਨਾ ਕੋਈ ਕਿਸੇ ਨੂੰ ਕੋਈ ਕਹਿੰਦਾ ਗਲਤ ਨਹੀਂ ਕਹਿਣ ਦੇਣਾ ਬਿਲਕੁਲ ਨਹੀਂ ਕਹਿਣ ਦੇਣਾ ਇਹ ਸਾਡਾ ਆਪਣੇ ਤੌਰ 'ਤੇ ਇਹ ਇੱਕ ਅਹਿਦ ਚਾਹੀਦਾ ਕਿਸੇ ਇੰਸਟੀਟਿਊਟ 'ਚੋਂ ਇਕੱਲੇ ਵਿਚਰਦੇ ਹੋ ਕਿਸੇ ਬਿਜ਼ਨਸ 'ਚ ਵਿਚਰੋ ਕਿ ਨਹੀਂ ਯਾਰ ਗਲਤ ਨਹੀਂ ਹੋਣ ਦੇਣਾ ਇਹੀ ਤਾਂ ਸਾਡੀ ਆਈਡੈਂਟੀ ਹੈ ਨਹੀਂ ਤਾਂ ਪਾਤਸ਼ਾਹ ਪਹਿਲੇ ਨੇ ਕੀ ਕਹਿਣਾ ਸੀ ਉਹਦਾ ਰਵਾਬ ਵੱਜਦੀ ਸੀ ਮਾਣੀ ਆਉਂਦੀ ਸੀ ਅਤੇ ਭ੍ਰਮਣ ਕਰ ਰਹੇ ਸੀ ਵੀ ਬਾਬਰ ਦੇ ਨਾਲ ਤਾਂ ਮੱਥਾ ਲਾਉਣ ਦਾ ਲੋੜ ਹੀ ਨਹੀਂ ਸੀ ਨਾ ਉਹਨਾਂ ਨੂੰ ਫਿਰ ਨਹੀਂ ਸੀ ਲੋੜ ਹੈ ਫਿਰ ਉਹਨੂੰ ਜਾਬਰ ਕਿਉਂ ਕਹਿਣਾ ਸੀ ਫਿਰ ਉਹਨੂੰ ਪਾਪ ਦੀ ਜੰਝ ਲੈ ਕੇ ਕਾਬਲੋਂ ਧੋਣ ਦੀ ਗੱਲ ਨਹੀਂ ਸਾਹਿਬ ਨੇ ਕਹਿਣੀ ਸੀ ਕਦੇ ਫਿਰ ਚੱਕੀਆਂ ਨਹੀਂ ਚਲਾਉਣ ਦੀ ਲੋੜ ਸੀ ਜਿਹੜਾ ਮਲਕ ਭਾਗੋ ਉਹਨਾਂ ਨੂੰ ਅਤੇ ਲਾਲੋ ਉਹਨਾਂ ਨੂੰ ਅੱਡ ਗੱਡ ਕੀਤਾ ਉਹਦਾ ਵੀ ਕਾਰਨ ਸੀ ਵੀ ਲਾਲੋ ਵਾਲੇ ਪਾਸੇ ਰਹਿਣਾ ਆਪਾਂ ਪੈਸੇ ਵਾਲਾ ਬੰਦਾ ਕੋਈ ਧੌਂਸ ਨਾ ਜਮਾ ਸਕੇ ਸਾਡੇ 'ਤੇ ਸਮਝਣ ਦੀ ਲੋੜ ਹੈ ਇਹ ਕਈ ਇਹ ਸਾਡੇ ਵੱਡੀਆਂ ਮੁਸ਼ਕਲਾਂ ਸਾਡੇ ਸਿਸਟਮ ਦੇ ਵਿੱਚ ਜ਼ਿਆਦਾ ਆਈਆਂ ਜਾਂ ਕਹਿੰਦੇ ਚਲੋ ਚੱਲੋ ਛੱਡੋ ਕੀ ਲੈਣਾ ਹੈ ਜਿਹੜਾ ਲੈਂਦਾ ਹੈ ਜਿਹੜਾ ਕੋਈ ਕਰਦਾ ਭਰੂ ਭਰਨ ਭੁਰਨ ਵਾਲੀ ਗੱਲ ਛੱਡੋ ਉਹਦਾ ਨੁਕਸਾਨ ਉਹ ਮੇਰੇ ਧੁਨੀ 'ਤੇ ਘਸੁੰਨ ਮਾਰਦਾ ਮੁਸ਼ਕਲ ਇਹ ਆ ਇੱਕ ਤਾਂ ਅਸੀਂ ਸਿਸਟਮ 'ਚ ਜੂਝ ਰਹੇ ਹਾਂ ਜਿੱਥੇ ਮਨਿਓਰਟੀ ਜੇ ਬੋ ਕਰਕੇ ਜਿੱਥੇ 100 ਸਾਲ ਪਹਿਲਾਂ ਅਸੀਂ ਆ ਕੇ ਸ਼ੁਰੂ ਕੀਤਾ ਇੱਕ ਤਾਂ ਉੱਥੇ ਅਸੀਂ ਜ਼ੋਰ ਲਾ ਰਹੇ ਹਾਂ ਇੱਕ ਸਾਡੇ 'ਚ ਆਪਣਾ ਸ਼ੁਰੂ ਹੋ ਜਾਵੇ ਪਹਿਲਾਂ ਆਪਾਂ ਨਿਕਲੇ ਹਾਂ ਉਹ 'ਚ 20-22 ਸਾਲ 15 ਸਾਲ ਲੱਗ ਗਏ ਕਿ ਕਿੰਨੇ ਔਖੇ ਹੋਏ ਆਪਾਂ
ਇਕੁਐਲਿਟੀ ਦੀ ਗੱਲ ਸੀ, ਇਕੁਐਲਿਟੀ ਦੀ ਗੱਲ ਚੱਲਦੀ ਰਹਿਣੀ ਸੀ। ਤੁਸੀਂ ਜਿੱਥੇ ਮਰਜ਼ੀ ਬੈਠ ਕੇ ਛਕ ਲਓ, ਬਰਾਬਰ ਛਕ ਰਹੇ ਹੋ। ਜੇ ਕੋਈ ਕਹੇ ਤੂੰ ਉੱਪਰ ਬੈਠੋ, ਤੂੰ ਥੱਲੇ ਬੈਠੋ, ਇਹ ਧੱਕਾ ਇਹ ਨਹੀਂ ਹੋਣਾ ਚਾਹੀਦਾ। ਬਿਲਕੁਲ ਬੈਠੋ, ਤੁਹਾਡੀ ਸੰਸਥਾਵਾਂ ਨੇ ਸਰਮੌਰ, ਉਹਨਾਂ ਦਾ ਮਾਣ ਕਰੋ, ਬਰਾਬਰਤਾ ਦੀ ਗੱਲ ਕਰੋ। ਚਲੋ ਆਪਣੇ ਆਪਣੇ ਇੰਸਟੀਟਿਊਟ ਬਣ ਗਿਆ, ਰੇੜਕਾ ਮੁੱਕ ਗਿਆ, ਸ਼ੁਕਰ ਹੈ। ਹੁਣ ਗੱਲ ਥੋੜ੍ਹਾ ਨਵੀਂ ਚੱਲਣ ਦੇਣੀ ਵੀ ਆਹ ਚੱਲ ਪਈ ਹੁਣ ਇੱਕ, ਇਹਨੂੰ ਮੈਂ ਹੁਣ ਭਾਈ ਸਾਹਿਬ ਨੂੰ ਕਿਹਾ ਅਪਣਾ ਲਓ ਉਹਨਾਂ ਨੂੰ, ਮੈਂ ਪੂਰਾ ਇਹਨੂੰ ਇਹਦੀ ਪੂਰੀ ਇੱਕ ਫਾਈਲ ਬਣਾ ਕੇ ਉਹ ਮੈਨੂੰ ਭੇਜਣਗੇ, ਅਤੇ ਇਸ ਨੂੰ ਇਕੱਲੀ ਇਕੱਲੀ ਲਾਈਨ। ਹੁਣ ਉਹਨਾਂ ਨੇ ਕੀਤਾ ਕੀ ਹੈ, ਪਲੈਕਟ ਜਿਹੜੇ ਲੱਗੇ ਹੋਏ ਨੇ ਉਹਨਾਂ ਨਾਲ ਉਹਦਾ ਅਸਲ ਕੀ ਹੈ, ਓਡਾ ਵੱਡਾ ਹੀ ਇੱਕ ਨਾਲ ਬੋਰਡ ਹੋਰ ਬਣਾ ਕੇ ਦੱਸਿਆ ਵੀ ਆਹ ਚੀਜ਼ ਹੈ ਜਿਹੜੀ ਪ੍ਰਦਰਸ਼ਨੀ ਚਾਹੀਦੀ ਹੈ ਜਿਹੋ ਜੀ। ਉਹਨਾਂ ਨੇ ਕੰਮ ਕੀਤਾ, ਲੈ ਕੇ ਆਏ ਸੀ ਸਾਰੇ ਨਾਲ। ਅੱਜ ਕਰਨ ਬਸਰਾ ਜੀ, ਕੋਈ ਤੁਹਾਡਾ ਗੱਲਬਾਤ ਕਰਨੀ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਦੇਖੋ ਪਹਿਲਾਂ ਤਾਂ ਤੁਹਾਡੇ ਜਿਹੜੇ ਮਹਿਮਾਨ ਸੀਗੇ ਸਰਦਾਰ ਪੰਡਾਲ ਸਾਹਿਬ ਜੀ, ਉਹਨਾਂ ਦਾ ਜਜ਼ਬੇ ਨੂੰ ਸਲਾਮ ਹੈ ਉਹਨਾਂ ਦੇ ਨੂੰ। ਐਂਡ ਦੂਸਰਾ, ਤੁਸੀਂ ਇਨੀਸ਼ੀਏਟਿਵ ਲਿਆ ਹੈਗਾ, ਕਿਉਂਕਿ ਇਸ ਤਰ੍ਹਾਂ ਦੇ ਮਸਲੇ ਦੇ ਉੱਤੇ ਕਈ ਵਾਰੀ ਹੋਸਟ ਦੇ ਵੀ ਜਿਹੜੇ ਹੈਗੇ ਆ ਨਾ, ਲੱਤਾਂ ਭਾਰ ਨਹੀਂ ਚੱਲਦੀਆਂ ਹੈਗੀਆਂ, ਔਰ ਇਹ ਬਹੁਤ ਹੀ ਸੈਂਸਿਟਿਵ ਇਸ਼ੂ ਹੈਗਾ। ਜੀ ਜੀ ਜੀ। ਮੈਂ ਇਹ ਕਹਿਣ ਲੱਗਾ ਸੀਗਾ ਕਿ ਆਪਾਂ ਆਮ ਸੁਣਦੇ ਹਾਂ ਕਿ ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜ਼ਾ ਪਾਈ। ਜੀ ਜੀ। ਇਹ ਬਹੁਤ ਇਹਦੇ ਦੁਸ਼ਪਰਿਣਾਮ ਹੈ ਜਿਹੜੇ ਬਹੁਤ ਦੂਰ ਤੱਕ ਜਾ ਸਕਦੇ ਆ, ਜੇ ਆਪਾਂ ਮੌਕੇ ਸਿਰ ਇਸ ਗੱਲ ਨੂੰ ਨਾ ਫੜੀਏ। ਔਰ ਜਿਹੜੀਆਂ ਗੱਲਾਂ ਉਹਨੇ ਦੱਸ ਕੇ ਗਏ ਹੈਗੇ, ਦੇਖੋ ਇਹਦੇ ਵਿੱਚ ਕਿ ਜੀ ਉੱਥੇ ਜੀ ਖੂਹ ਦੇ ਉੱਤੇ ਨਹੀਂ ਚੜ੍ਹ ਦਿੰਦੇ ਹੈਗੇ, ਤੁਸੀਂ ਇਹ ਵੀ ਨਾਲ ਜ਼ਿਕਰ ਕਰੋ ਨਾ ਵੀ ਕਿਹੜੀ ਸਟੇਟ, ਕਿਹੜਾ ਸੂਬਾ ਕੀ ਹੈਗਾ ਉੱਥੇ। ਮਤਲਬ ਤੁਸੀਂ ਸਿੱਖ ਸਿੱਖ ਜਿੱਥੇ ਸਿੱਖ ਆਪਾਂ ਬਹੁਤਾਤ ਵਿੱਚ ਆਪਾਂ ਪੰਜਾਬ ਵਿੱਚ ਰਹਿੰਦੇ ਹਾਂ, ਉੱਥੇ ਕੋਈ ਦੀ ਐਗਜ਼ਾਮਪਲ ਦਿਖਾ ਕੇ ਦਿਖਾ ਦੇਣ ਇਹ ਕਿ ਅਜੇ ਹੁੰਦਾ ਹੈਗਾ ਉੱਥੇ। ਮਤਲਬ ਇਹ ਗਲਤ ਗੱਲ ਹੈ। ਦੂਸਰਾ, ਉਹਨੇ ਕਿਹਾ ਕਿ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਇਹ ਕਹਿੰਦੇ ਹੈਗੇ ਕਿ ਜਾਤ ਪਾਤ ਹੈ ਨਹੀਂ, ਉਸੇ ਕੌਨਸਟੀਟਿਊਸ਼ਨ ਦੇ ਵਿੱਚ ਤਾਂ ਰਿਜ਼ਰਵੇਸ਼ਨ ਆ ਜਾਤ ਪਾਤ ਦੇ ਨਾਂ ਦੇ ਉੱਤੇ। ਸੋ ਮਤਲਬ ਗੱਲ ਇਹ ਹੈਗੀ ਆ ਵੀ ਇਹ, ਮੈਂ ਸੋਰੀ, ਮੈਂ ਇਹਨੂੰ ਕਈ ਵਾਰੀ ਇਤਰਾਜ਼ ਹੈ, ਕਈ ਵਾਰੀ ਨਾ ਆਪਣੀ ਦੁਕਾਨਦਾਰੀ ਚਲਾਉਣੇ ਨੂੰ ਇਹ, ਇੱਥੇ ਸਾਨੂੰ ਵੀ ਭਰਮਾਇਆ ਜਾਂਦਾ ਸੀ ਕੌਮ ਦਾ ਕਾਰਜ ਏ, ਕੌਮ ਦਾ ਕਾਰਜ ਏ, ਕੌਮ ਦੇ ਸਰਮਾਏ ਆ। ਬਿਲਕੁਲ, ਸਾਰਾ ਕੁਛ ਬੰਨ੍ਹ ਦਿੱਤਾ ਜੇ, ਮੂਹਰਲੇ ਪਾਸੇ ਸਾਰਾ ਕੁਛ ਆਪਣਾ ਹੀ ਜੇ। ਬਿਲਕੁਲ ਇਹ ਉਹ ਬਿਲਕੁਲ ਇਹ ਉਸ ਤਰ੍ਹਾਂ ਦੇ, ਮਤਲਬ ਕਿ ਸ਼ੈਤਾਨ ਜਿਹੜੇ ਹੈਗੇ ਦਿਮਾਗ ਨਾ, ਗੌਰਮੈਂਟ ਤੋਂ ਗਰਾਂਟਾਂ ਲੈਣੀਆਂ ਇਸ ਤਰ੍ਹਾਂ ਦੀਆਂ। ਔਰ ਸਾਡੇ ਪੋਲੀਟੀਸ਼ੀਅਨ, ਚਲੋ ਮੈਂ ਮੰਨ ਸਕਦਾ, ਬਿਲਕੁਲ ਗੱਲ ਸਹੀ ਹੈਗੀ, ਜਗਮੀਤ ਹੋਣਾ ਨੂੰ ਵਾਕਿਆ ਨਹੀਂ ਪਤਾ ਹੋਊਗਾ, ਔਰ ਜਿਹੜੇ ਬਿਜ਼ਨਸ ਭਾਈਚਾਰਾ ਆ। ਔਰ ਹੁਣ ਮੈਨੂੰ ਕਈ ਵਾਰੀ ਯਾਦ ਆਉਂਦਾ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਇਲਜ਼ਾਮ ਲੱਗਦੇ ਸੀਗੇ ਕਿ ਉਹਨਾਂ ਦੇ ਜਿਹੜੇ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਆ ਉਹ ਜਥੇਦਾਰਾਂ ਵੱਲੋਂ ਸਿਗਨੇਚਰ ਕੀਤੇ ਹੋਏ ਹੁੰਦੇ ਸੀ, ਔਰ ਉਹਨਾਂ ਵਿੱਚ ਬਿਲਕੁਲ ਗਲਤ ਭਾਸ਼ਾ ਯੂਜ਼ ਕੀਤੀ ਹੋਈ ਹੁੰਦੀ ਸੀਗੀ। ਹੁਣ ਇਹੀ ਪਤਾ ਲੱਗਦਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਵਿੱਚ ਲਿਖਿਆ ਹੈ ਕੀ ਆ ਗੁਰੂਆਂ ਬਾਰੇ, ਆਪਣੇ ਪਾਤਸ਼ਾਹਾਂ ਬਾਰੇ। ਸੋ ਮਤਲਬ ਇਸ ਤਰ੍ਹਾਂ ਹੀ ਗਲਤੀਆਂ ਜਿਹੜੀਆਂ ਨਾ ਗਾਹਾਂ ਤੇ ਗਾਹਾਂ, ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹ ਲੋਕੀ ਜਿਹੜੇ ਆਪਣੇ ਹਥਿਆਰ ਬਣਾ ਲੈਂਦੇ ਆ। ਜਿਸ ਵੇਲੇ ਰਾਮ ਮੰਦਿਰ ਦਾ ਮੁੱਦਾ ਵੀ ਸੀ, ਉੱਥੇ ਵੀ ਇੱਕ ਇਹ ਦਿੱਤਾ ਸੀਗੀ ਗਵਾਹੀ ਜੀ ਕਿ ਇੱਥੇ ਭਗਵਾਨ ਰਾਮ ਚੰਦਰ ਜਿਸ ਵੇਲੇ ਜਨਮ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਵੀ ਇੱਥੇ ਆਏ ਸੀਗੇ ਇਸ ਜਗ੍ਹਾ ਦੇ ਉੱਤੇ, ਹੈ ਨਾ। ਸੋ ਆਪਣੇ ਗੱਲ ਨੂੰ ਪੱਕੀ ਕਰਨ ਦੇ ਵਾਸਤੇ, ਸੋ ਗਿੱਲ ਸਾਹਿਬ ਥੈਂਕ ਯੂ ਤੁਹਾਡਾ ਬਹੁਤ ਬਹੁਤ ਇਹਦੇ ਲਈ, ਸਾਨੂੰ ਸਾਰਿਆਂ ਨੂੰ ਅਵੇਅਰ ਹੋ ਕੇ ਔਰ ਸਾਰੇ ਭਾਈਚਾਰੇ ਦੇ ਨਾਲ ਰਲ ਮਿਲ ਕੇ ਚੱਲਣੇ ਦੀ ਜ਼ਰੂਰਤ ਹੈਗੀ ਆ ਜੀ। ਸੋ ਥੈਂਕ ਯੂ ਵੈਰੀ ਮੱਚ। ਮੈਂ ਥੈਂਕ ਯੂ। ਡਾਕਟਰਾਂ ਵੱਲੋਂ ਕਿਵੇਂ ਗਲਤੀਆਂ ਕਿਵੇਂ ਜਾਨ ਦਾ ਖੌਫ ਬਣਦੀਆਂ ਨੇ, ਇੱਕ ਕੇਸ ਸਾਂਝਾ ਕਰਦੇ ਹਾਂ ਹੁਣੇ ਵਪਾਰਕ ਸੰਦੇਸ਼ਾਂ ਤੋਂ ਬਾਅਦ। ਹੁਣ ਜਿਹੜੀ ਮੈਂ ਗੱਲ ਕਰਨੀ ਹੈ, ਇਹ ਅਕਸਰ ਆਪਾਂ ਪਹੁੰਚ ਜ਼ਿਆਦਾ ਆਪਣੇ ਤੱਕ ਹੁੰਦੀ ਹੈ, ਫਿਰ ਮੈਨੂੰ ਐਂ ਹੁੰਦਾ ਵੀ ਯਾਰ ਜੇ ਕਿਸੇ ਨੇ ਪਹੁੰਚ ਕੀਤੀ ਉਹ ਗੱਲ ਹੋਵੇ। ਬੇਟੀ ਰਾਜਵੀਰ ਕੌਰ ਸਿੱਧੂ ਮੇਰੇ ਨਾਲ ਨੇ, ਹੁਣ ਬੇਟੀ ਇੱਥੇ ਪੜ੍ਹਨ ਆਈ ਸੀ ਅਤੇ
ਕੰਮ ਕਰ ਰਹੀ ਸੀ ਅਤੇ ਹੁਣ ਪੀ ਆਰ ਆ ਬੱਸ ਸਟੈਂਡ 'ਤੇ ਖੜ੍ਹੀ ਹੈ, ਇੱਕ ਕਾਰ ਆ ਕੇ ਆਊਟ ਆਫ ਕੰਟਰੋਲ ਹੋ ਕੇ ਆ ਕੇ ਚੜ੍ਹ ਜਾਂਦੀ ਆ ਉੱਪਰ, ਸ਼ੀਸ਼ਾ ਕੱਚ ਟੁੱਟ ਜਾਂਦਾ ਹੈ, ਫੋਟੋਆਂ ਮੈਂ ਦੇਖੀਆਂ, ਹੈਰਾਨ ਹੈ। ਉਹ ਗੱਡੀ ਘੁਮਾ ਘੁੰਮ ਕੇ ਕੱਢਦੇ, ਸੱਟਾਂ ਲੱਗਦੀਆਂ ਨੇ, ਸੱਟਾਂ ਤੋਂ ਬਾਅਦ ਡਾਕਟਰ ਕਿੱਥੇ ਗਲਤੀ ਕਰਦੇ ਨੇ, ਪੰਜਾਬ ਜਾ ਕੇ ਫਿਰ ਕੀ ਹੁੰਦਾ ਵਾਪਸੀ, ਉਹਨਾਂ ਦੀ ਜ਼ਬਾਨੀ ਆਪਾਂ ਸੁਣਾਂਗੇ। ਬੇਟਾ ਮਾਈਕ ਦੇ ਨੇੜੇ ਰਹੋ। ਰਾਜਵੀਰ ਕੌਰ ਸਵਾਗਤ ਆ ਪੁੱਤਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਵਾਰ ਕੇ ਪੁੱਤ ਥੋੜ੍ਹਾ ਜਿਹਾ ਉੱਚੀ ਬੋਲੀ। ਅੱਛਾ, ਇਹ ਕਿੰਨੇ ਸਾਲ ਹੋ ਗਏ ਕੈਨੇਡਾ 'ਚ, ਕਿੰਨੇ ਕਦ ਆਏ ਤੁਸੀਂ ਪੜ੍ਹਨ, ਅਤੇ ਇਹ ਫਿਰ ਕਦ ਸੱਟ ਲੱਗਦੀ ਆ? ਕਿ ਮੈਂ 2018 ਦੇ ਵਿੱਚ ਅਪ੍ਰੈਲ ਦੇ ਵਿੱਚ ਆਈ ਸੀ ਐਜ਼ ਅ ਸਟੂਡੈਂਟ, ਅਤੇ ਸੱਟ ਮੇਰੇ ਪਿਛਲੇ ਸਾਲ ਫਰਵਰੀ ਦੇ ਵਿੱਚ 12 ਫਰਵਰੀ 2023 ਨੂੰ ਲੱਗੀ ਸੀ। ਕੰਮ 'ਤੇ ਆਉਣ ਲਈ ਤੁਸੀਂ ਬੱਸ ਸਟੈਂਡ 'ਤੇ ਖੜ੍ਹੇ ਸੀ? ਹਾਂਜੀ। ਕਿਹੜੀ ਜਗ੍ਹਾ? 138 ਸਟਰੀਟ 'ਤੇ, 68 ਐਵਨਿਊ 'ਤੇ। ਅੱਛਾ, ਅਤੇ ਹੋਇਆ ਕੀ ਉੱਥੇ ਖੜ੍ਹਿਆਂ 'ਤੇ? ਫਿਰ ਉਹ ਬੱਸ ਸਟੋਪ ਸਾਡੇ ਘਰ ਤੋਂ ਲਾਈਕ 6 ਤੋਂ 7 ਕੁ ਮਿੰਟ ਦੀ ਦੂਰੀ 'ਤੇ ਆ, ਤਾਂ ਅਸੀਂ ਜਦੋਂ ਹੀ ਘਰੋਂ ਆਏ ਅਸੀਂ ਉੱਥੇ ਖੜ੍ਹੇ ਸੀ। ਬੱਸ ਆਉਣ ਦੇ ਵਿੱਚ ਸਿਰਫ 1-2 ਮਿੰਟ ਹੀ ਰਹਿੰਦੇ ਸੀਗੇ, ਤਾਂ ਇੱਕ ਕਾਰ ਆਈ, ਉਹਦੇ ਜਿਵੇਂ ਰਾਈਟ ਵਾਲੇ ਟਾਇਰ ਪਾਤ ਦੇ ਉੱਤੇ ਚੜ੍ਹੇ। ਮੈਂ ਪਹਿਲਾਂ ਸੋਚਿਆ ਕਿ ਸ਼ਾਇਦ ਕੋਈ ਕਿਸੇ ਨੂੰ ਡਰੋਪ ਕਰ ਰਿਹਾ ਬੱਸ ਸਟੋਪ 'ਤੇ, ਪਰ ਜਦੋਂ ਫਿਰ ਲਾਈਕ ਇੱਕ ਸਾਈਡ ਦੇਖਿਆ ਤਾਂ ਉਹ ਕਾਰ ਦੀ ਸਪੀਡ ਬਹੁਤ ਜ਼ਿਆਦਾ ਵੱਧ ਗਈ ਸੀ, ਤਾਂ ਉਦੋਂ ਬਾਅਦ ਕੁਛ ਕੁ ਸੈਕਿੰਡ ਲਈ ਨਹੀਂ ਪਤਾ ਲੱਗਿਆ ਕਿ ਕੀ ਹੋਇਆ ਜਾਂ ਕਿੱਦਾਂ। ਪਰ ਮੈਂ ਆਪਣੇ ਆਪ ਨੂੰ ਫਿਰ ਮੇਰੇ ਪੈਰ ਉਹ ਕਾਰ ਦੇ ਟਾਇਰ ਦੇ ਥੱਲੇ ਦੇਖੇ ਤਾਂ ਉਹ ਸਾਰਾ ਟੁੱਟ ਚੁੱਕਿਆ ਸੀ, ਸਾਰਾ ਕੱਚ ਮੇਰੇ ਬੱਸ ਸਟੈਂਡ 'ਚ ਲੱਗੀ। ਤੁਸੀਂ ਬੱਸ ਸਟੈਂਡ ਦੇ ਅੰਦਰ ਖੜ੍ਹੇ ਸੀ? ਹਾਂਜੀ। ਨਾਲ ਹੋਰ ਕੌਣ ਸੀ? ਮੇਰੀ ਕਜ਼ਨ ਸੀ। ਸੰਡੇ ਕਰਕੇ ਅਸੀਂ 2 ਜਾਣੇ ਸੀ ਉਹਦੇ, ਪਰ ਵੀਕ ਡੇਜ਼ ਦੇ ਵਿੱਚ ਹੋਰ ਵੀ ਬਹੁਤ ਹੁੰਦੇ ਸੀ। ਅੱਛਾ, ਤੇ ਫਿਰ ਉਹ ਨਾਲ ਦੂਸਰੀ ਬੇਟੀ ਦੇ ਮੁੰਡਾ ਸੀ, ਕੁੜੀ ਸੀ? ਉਹ ਨਹੀਂ, ਉਹ ਕੁੜੀ ਸੀ। ਉਹਦੇ ਤਾਂ ਨਹੀਂ ਲੱਗੀ ਸੱਟ? ਉਹ ਥੋੜਾ ਬਾਹਰਲੀ ਸਾਈਡ ਖੜੀ ਸੀ, ਉਹਨੂੰ ਵੀ ਹਿੱਟ ਕੀਤਾ ਸੀ, ਪਰ ਉਹ ਜਿਵੇਂ ਡਿੱਗ ਗਈ ਸੀ ਅੱਗੇ ਰੋਡ ਦੇ ਉੱਤੇ, ਉਹਦੇ ਵੀ ਗੋਡੇ ਤੇ ਵਾਹਵਾ ਬਰੂਜ਼ਸ ਸੀਗੇ, ਲਾਈਕ ਉਦਾਂ ਵੀ ਪੂਰੀ ਬਾਡੀ ਥੋੜੀ ਝਣਕੀ। ਸੋ ਲੱਤਾਂ ਮੂਹਰਲੇ ਟਾਇਰਾਂ ਦੇ ਥੱਲੇ ਆ ਗਈਆਂ ਮੇਰੀਆਂ, ਇੱਕ ਲੱਤ ਦੋਨੇ ਕ੍ਰੋਸ ਹੋ ਗਿਆ ਸੀ, ਜਿਵੇਂ ਸੱਜੀ ਤੇ ਜ਼ਿਆਦਾ ਸੀਗਾ, ਖੱਬੀ ਦੇ ਉੱਤੇ ਥੋੜੀਆਂ ਝੁਰੇਟਾਂ ਸੀਗੀਆਂ, ਪਰ ਉਦਾਂ ਬਰੂਜ਼ਸ ਸੀਗੇ ਸਾਰੇ। ਫਿਰ ਉਦੋਂ ਅੱਗੇ ਤੁਸੀਂ ਹੋਸ਼ ਦੇ ਵਿੱਚ ਰਹੇ, ਫਿਰ ਹੋਇਆ ਕੀ ਅੱਗੇ? ਜਿਵੇਂ ਥੋੜੇ ਕੁ ਸੈਕਿੰਡ ਨਹੀਂ ਪਤਾ ਲੱਗਿਆ ਸੀ, ਪਰ ਫਿਰ ਮੈਨੂੰ ਨਹੀਂ ਪਤਾ ਲੱਗਿਆ ਕਿ ਕੀ ਹੋਇਆ। ਮੈਨੂੰ ਮੇਰੀ ਕਜ਼ਨ ਦੀ ਫਿਕਰ ਹੋ ਗਈ, ਮੈਨੂੰ ਲੱਗਿਆ ਸ਼ਾਇਦ ਉਹ ਮੇਰੇ ਥੋੜਾ ਜਿਹਾ ਅੱਗੇ ਸੀਗੀ, ਕਿ ਕਾਰ ਆਈ ਤਾਂ ਜਿਹੜੀ ਲਾਈਕ ਰਾਈਟ ਸਾਈਡ ਹੁੰਦੀ ਆ ਵੀ ਉਹਨੇ ਉਹਦੇ ਵਿੱਚ ਉਹਨੂੰ ਲੈ ਲਿਆ, ਤਾਂ ਮੈਂ ਉਹਨੂੰ ਆਵਾਜ਼ਾਂ ਲਾਉਣੀਆਂ ਸ਼ੁਰੂ ਕੀਤੀਆਂ। ਉਹ ਫਿਰ ਉੱਠ ਕੇ ਜਿਵੇਂ ਥੋੜ੍ਹਾ ਮੇਰੇ ਕੋਲ ਆ ਗਈ, ਫਿਰ ਮੈਨੂੰ ਥੋੜ੍ਹਾ ਜਿਹਾ ਸੇਫ ਫੀਲ ਹੋਇਆ ਕਿ ਮੇਰੇ ਕੋਲ ਕੋਈ ਹੈਗਾ ਏ। ਤਾਂ ਇੰਨੇ ਕੁ ਟਾਈਮ ਦੇ ਵਿੱਚ ਫਿਰ ਆਪਣੇ ਪੰਜਾਬੀ ਲੋਕ ਲਾਈਕ ਉੱਥੇ ਆ ਗਏ ਸੀਗੇ, ਅਤੇ ਉਹਨਾਂ ਨੇ ਟਰਾਈ ਕੀਤਾ ਜਿਵੇਂ ਕੱਢਣ ਲਈ, ਤਾਂ ਉਹ ਨਹੀਂ ਸੀ ਨਿਕਲ ਰਹੇ ਪੈਰ। ਫਿਰ ਉਹਨਾਂ ਨੇ ਕਾਰ ਪਿੱਛੇ ਅੱਗੇ ਕੁਛ ਇੱਦਾਂ, ਉਹ ਹਲੇ ਵੀ ਪਜ਼ਲ ਸੀਗੇ, ਉਹ ਅੱਗੇ ਨੂੰ ਕਰੀ ਜਾਂਦੇ ਸੀਗੇ। ਫਿਰ ਉਹਨਾਂ ਗੱਡੀ ਉਸ ਟਾਈਮ ਸਟਾਰਟ ਸੀ, ਉਹ ਡਰਾਈਵਰ ਵਿੱਚੇ ਸੀ? ਹਾਂਜੀ। ਅੱਛਾ, ਫਿਰ ਇੱਕ ਅੰਕਲ ਸੀ ਆਪਣੇ, ਉਹਨਾਂ ਨੇ ਉਹ ਆਂਟੀ ਨੂੰ ਬਾਹਰ ਕੱਢਿਆ ਕਿ ਲਾਈਕ ਤੁਸੀਂ ਬਾਹਰ ਆ ਜਾਓ, ਜਿਹੜਾ ਡਰਾਈਵਰ ਸੀ। ਹਾਂਜੀ। ਅੱਛਾ, ਉਹਨਾਂ ਨੂੰ ਕਿਉਂਕਿ ਉਹ ਪਜ਼ਲ ਹੋਈ ਸੀ, ਉਹਨੂੰ ਪਤਾ ਨਹੀਂ ਲੱਗ ਰਿਹਾ ਸੀ। ਫਿਰ ਜਦੋਂ ਉਹ ਬਾਹਰ ਨਿਕਲਦੀ ਸੀ, ਉਹਨੇ ਸਟੇਅਰਿੰਗ ਘੁਮਾਤਾ ਸੀ, ਤਾਂ ਉਹਦੇ ਨਾਲ ਮੇਰੇ ਪੂਰੇ ਗੋਡੇ ਤੱਕ ਰਗੜਾਂ ਲਾਈਕ ਭਾਰ ਨਾਲ ਪੂਰਾ ਉੱਥੇ ਤੱਕ ਵੀ ਸੱਟਾਂ ਲੱਗੀਆਂ ਸੀ। ਫਿਰ ਪਿੱਛੇ ਬੱਸ ਆਉਂਦੀ ਸੀਗੀ, ਬੱਸ ਡਰਾਈਵਰ ਨੇ ਐਂਬੂਲੈਂਸ ਅਤੇ ਪੁਲਿਸ ਕਾਲ ਕੀਤੀ ਸੀਗੀ। ਫਿਰ 6-7 ਕੁ ਮਿੰਟ ਦੇ ਵਿੱਚ ਉੱਥੇ ਐਂਬੂਲੈਂਸ ਪੁਲਿਸ ਆ ਗਈ ਸੀ। ਫਿਰ ਉਹਨਾਂ ਨੇ
ਲਾਈਕ ਲੈ ਕੇ ਫਿਰ ਸਾਨੂੰ ਹਸਪੀਟਲ ਗਏ। ਕਿਹੜੇ ਹਸਪੀਟਲ ਗਏ ਜੀ? ਸਰੀ ਮੈਮੋਰੀਅਲ। ਅੱਛਾ, ਉੱਥੇ ਜਾ ਕੇ ਪੁੱਤਰ ਕੀ ਹੋਇਆ ਫਿਰ? ਪਹਿਲਾਂ ਉਹਨਾਂ ਨੇ ਜਿਵੇਂ ਪੇਨ ਕਿਲਰ ਔਰ ਇੰਜੈਕਸ਼ਨ ਵਗੈਰਾ ਲਾਏ, ਫਿਰ ਸਕੈਨ ਲਈ ਲੈ ਕੇ ਗਏ ਸੀ, ਐਕਸਰੇ ਕੀਤੇ, ਤਾਂ ਸਕੈਨ ਦੇ ਵਿੱਚ ਆਇਆ ਸੀ ਕਿ ਸੋਫਟ ਟਿਸ਼ੂ ਦੇ ਵਿੱਚ ਪੀਸ ਆਫ ਗਲਾਸਿਸ ਨੇ, ਉਹ ਜਿਹੜਾ ਬੱਸ ਸਟਾਪ ਸੀ ਕਿਹੜੀ ਲੱਤ ਤੇ? ਸੱਜੀ ਲੱਤ ਦੇ ਗਿੱਟੇ ਦੇ ਵਿੱਚ। ਅੱਛਾ ਅੱਛਾ। ਤਾਂ ਫਿਰ ਉਹਨਾਂ ਨੇ ਐਕਸਰੇ ਕਰਕੇ ਜਦੋਂ ਫਿਰ ਰੂਮ ਦੇ ਵਿੱਚ ਲੈ ਕੇ ਆਉਂਦਾ, ਐਮਰਜੈਂਸੀ ਰੂਮ ਦੇ ਵਿੱਚ, ਪਰ ਉਹਨਾਂ ਨੇ ਪ੍ਰੋਪਰ ਦੇਖਿਆ ਹੀ ਨਹੀਂ ਹੈਗਾ ਕਿ ਕਿੱਥੇ ਜ਼ਖਮ ਆ ਜਾਂ ਕੀ ਆ। ਜਦੋਂ ਫਿਰ ਮੇਰੇ ਭੂਆ ਜੀ ਮੇਰੇ ਨਾਲ ਸੀ ਉਸ ਟਾਈਮ 'ਤੇ, ਤਾਂ ਉਹਨਾਂ ਨੂੰ ਜਦੋਂ ਦੱਸਿਆ ਮੈਂ ਕਿ ਇੱਥੇ ਕੁਛ ਹੈਗਾ, ਉਹਨਾਂ ਨੇ ਦੇਖਿਆ ਕਿ ਉੱਥੋਂ ਬਲੀਡਿੰਗ ਹੋ ਰਹੀ ਸੀ ਪੈਰ ਦੇ ਥੱਲੋਂ, ਤਾਂ ਉਹਨਾਂ ਨੇ ਉਹ ਆਰ ਐਨ ਨੂੰ ਬੁਲਾਇਆ। ਉਹ ਕਹਿੰਦੇ ਕਿ ਜ਼ਖਮ ਥੋੜ੍ਹਾ ਵੱਡਾ, ਮੈਂ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਂਦੀ ਹਾਂ, ਇੱਥੇ ਸਟਿਚਸ ਲਾਉਣੇ ਪੈਣੇ ਆ ਸਾਨੂੰ। ਉਹ ਬਹੁਤ ਟਾਈਮ ਬਾਅਦ ਦੇਖਿਆ ਸੀ, ਜਿਵੇਂ ਸਾਨੂੰ 11 ਵਜੇ ਲੈ ਕੇ ਗਏ ਸੀ, ਪਰ ਉਹਨਾਂ ਨੇ ਈਵਨਿੰਗ 'ਚ 3 ਜਾਂ 4 ਵਜੇ ਉਹ ਸਟਿਚਸ ਲਾਏ ਸੀਗੇ। ਅੱਛਾ। ਫਿਰ ਉਹਨਾਂ ਨੇ ਜਿਵੇਂ ਫਿਰ ਦੇਖਿਆ ਨਹੀਂ ਹੈਗਾ, ਉੱਥੇ ਅੰਦਰ ਗਲਾਸ ਸੀਗਾ, ਉਹਨਾਂ ਨੇ ਇੱਦਾਂ ਹੀ ਸਟਿਚਸ ਲਾ ਦਿੱਤੇ ਉੱਪਰੋਂ ਟਾਂਕੇ ਲਾ ਤੇ। ਹਾਂਜੀ। ਆ ਜਿਹੜਾ ਮੇਰੇ ਕੋਲ ਸ਼ੀਸ਼ੀ 'ਚ ਪਿਆ ਗਲਾਸ ਦਾ ਟੁਕੜਾ, ਇਹ ਇਹ ਸੀ ਵਿੱਚ? ਇਹ ਸੀ ਵਿੱਚ। ਹਾਂਜੀ। ਅੱਛਾ, ਜਾਂ ਟਾਂਕੇ ਲਾ ਤੇ ਤੁਸੀਂ ਘਰੇ ਆ ਗਏ? ਨਹੀਂ, ਉਸ ਰਾਤ ਰੱਖਿਆ ਸੀ। ਹਾਂਜੀ, ਅਗਲੇ ਦਿਨ ਡਿਸਚਾਰਜ। ਉਹਦੇ ਬਾਅਦ ਜਾ ਘਰੇ ਆਏ, ਫਿਰ ਕੀ ਹੋਇਆ ਅੱਗੇ? ਅੱਗੇ ਲੱਤ ਬਹੁਤ ਸੁੱਜੀ ਹੋਈ ਸੀ ਪਹਿਲਾਂ, ਸਾਨੂੰ 1 ਮਹੀਨਾ ਤਾਂ ਸਾਨੂੰ ਨਹੀਂ ਪਤਾ ਲੱਗਿਆ ਕਿਉਂਕਿ ਸਵੈਲਿੰਗ ਬਹੁਤ, ਲਾਈਕ ਬਹੁਤ ਸੀ। ਹਾਂਜੀ। ਸੋ ਜਿਵੇਂ ਮੈਂ ਤੁਰ ਵੀ ਨਹੀਂ ਸਕਦੀ ਸੀ, ਵਾਕਰ ਨਾਲ ਵੀ ਨਹੀਂ ਇੰਨਾ ਤੁਰ ਹੁੰਦਾ ਸੀ, ਤਾਂ ਮੈਂ ਆਪਣੇ ਭੂਆ ਫੁੱਫੜ ਜੀ ਨਾਲ ਰਹਿੰਦੀ ਸੀ, ਤਾਂ ਉਹੀ ਮੇਰੀ ਹੈਲਪ ਕਰਦੇ ਸੀ, ਲਾਈਕ ਮੈਨੂੰ ਜਾਂ ਥੱਲੇ ਆਉਣਾ, ਉੱਪਰ ਜਾਣਾ, ਉਹ ਚੱਕ ਕੇ ਛੱਡਦੇ ਸੀ, ਵਾਸ਼ਰੂਮ ਵੀ ਚੱਕ ਕੇ ਛੱਡਦੇ ਸੀ। ਫਿਰ 1 ਮਾਰਚ ਨੂੰ ਅਸੀਂ ਦੁਬਾਰਾ ਸਰੀ ਮੈਮੋਰੀਅਲ ਗਏ ਸੀ, ਕਿਉਂਕਿ ਲੱਤ ਮੇਰੀ ਨੀਲੀ ਹੋਈ ਰਹਿੰਦੀ ਸੀਗੀ, ਪੈਰ ਸਾਰਾ ਨੀਲਾ, ਬਲੱਡ ਨਹੀਂ ਸਰਕੂਲੇਟ ਕਰਦਾ ਸੀ। ਤਾਂ ਉਹਨਾਂ ਨੇ ਦੱਸਿਆ ਸੀ ਕਿ ਜਿਹੜੀਆਂ ਬਹੁਤ ਬਰੀਕ ਨਰਵ ਹੁੰਦੀਆਂ ਨੇ ਉਹ ਡੈਮੇਜ ਹੋਈਆਂ ਹੋਈਆਂ ਨੇ। ਤਾਂ ਉਸ ਦਿਨ ਵੀ ਫਿਰ ਲਾਈਕ ਬਹੁਤ ਵੇਟ ਤੋਂ ਬਾਅਦ ਅਸੀਂ 5-6 ਘੰਟਿਆਂ ਬਾਅਦ ਘਰੇ ਆਏ, ਪਰ ਉਹਨਾਂ ਨੇ ਕੁਛ ਨਹੀਂ ਕੀਤਾ ਸੀ, ਉਹਨਾਂ ਨੇ ਕਿਹਾ ਕਿ ਕੋਈ ਨਾ, ਨੋਰਮਲ ਆ ਸਾਰਾ ਕੁਛ, ਠੀਕ ਹੋ ਜਾਣਾ। ਇਹ ਮਾਰਚ ਦੀ ਗੱਲ ਹੈ, ਪਿਛਲੇ ਸਾਲ? ਹਾਂਜੀ, ਇਹ ਮਾਰਚ 1 ਦੀ। ਤੇ ਸਕੈਨ ਵਗੈਰਾ ਨਹੀਂ ਕੀਤਾ? ਦੁਬਾਰਾ ਨਹੀਂ ਕੀਤਾ। ਤਾਂ ਫਿਰ ਜਦੋਂ 1-2 ਮਹੀਨਿਆਂ ਬਾਅਦ ਥੋੜ੍ਹੀ ਸੋਜ ਘਟਣੀ ਸ਼ੁਰੂ ਹੋਈ, ਤਾਂ ਫਿਰ ਇਹ ਚੀਜ਼ ਲਾਈਕ ਇੱਦਾਂ ਚੁੱਭਦੀ ਹੁੰਦੀ ਸੀ ਮੇਰੇ ਬਹੁਤ ਜ਼ਿਆਦੇ। ਜਾਂ ਤੁਰਨਾ? ਤੁਰਨ ਲਾਈਕ ਤੁਰ ਤਾਂ ਪ੍ਰੋਪਰ ਹੁੰਦਾ ਵੀ ਨਹੀਂ ਸੀ, ਉਹ ਸਦਾ ਹੀ ਚੁੱਭਦੀ ਸੀ। ਹਾਂਜੀ, ਵਾਕਰ ਨਾਲ ਇੱਦਾਂ ਜੇ ਪੈਰ ਬੈੱਡ ਤੇ ਮੈਂ ਟੇਢਾ ਹੋਇਆ ਤਾਂ ਵੀ ਚੁੱਭਦੀ ਸੀ। ਹਾਂਜੀ। ਤੇ ਤੁਹਾਨੂੰ ਪਤਾ ਲੱਗਦਾ ਵੀ ਵਿੱਚ ਹੈ ਕੁਛ? ਮੈਨੂੰ ਲੱਗਦਾ ਸੀ ਕਿ ਕੁਛ ਚੁੱਭਦਾ ਹੈ, ਪਰ ਫਿਰ ਜਦੋਂ ਮੇਰੇ ਡਾਕਟਰ ਨਾਲ ਫੋਲੋ ਅਪ ਹੁੰਦਾ ਸੀ, ਮੈਂ ਉਹਨਾਂ ਨੂੰ ਵੀ ਦੱਸਣਾ ਕਿ ਮੇਰੇ ਇੱਥੇ ਕੁਛ ਚੁੱਭਦਾ ਅਤੇ ਵੀ ਬਹੁਤ ਸ਼ਾਰਪ ਪੇਨ ਹੁੰਦਾ, ਇਹਦੇ ਨਾਲ ਤੁਰਨ ਵੀ ਨਹੀਂ ਹੁੰਦਾ ਅਤੇ ਖੜ ਵੀ ਨਹੀਂ ਹੁੰਦਾ ਜ਼ਿਆਦਾ ਟਾਈਮ। ਉਹਨਾਂ ਨੇ ਕਿਹਾ ਕਿ ਤੇਰੇ ਇੱਥੇ ਟਾਂਕੇ ਲੱਗੇ ਸੀਗੇ, ਉਹਨਾਂ ਦੀ ਗੰਢ ਬਣ ਗਈ ਆ, ਕਿ ਤੂੰ ਇਹਨੂੰ ਪ੍ਰੈਸ ਕਰਿਆ ਕਰ, ਇਹ ਖੁਰ ਜਾਣੀ ਆ। ਤਾਂ ਮੈਂ ਟਰਾਈ ਕਰਦੀ ਹੁੰਦੀ ਸੀ ਪ੍ਰੈਸ ਕਰਨ ਦੀ, ਪਰ ਉਹ ਹੱਥ ਵੀ ਨਹੀਂ ਲੱਗਦਾ ਹੁੰਦਾ ਸੀ, ਜੇ ਮੈਂ ਮਾੜਾ ਜਿਹਾ ਟੱਚ ਕਰਦੀ ਸੀ ਤਾਂ ਬਹੁਤ ਪੇਨ ਹੁੰਦਾ ਸੀ। ਤਾਂ ਫਿਰ ਮੈਨੂੰ ਸਾਰੇ ਘਰੇ ਵੀ ਜਾਂ ਆਸੇ ਪਾਸੇ ਵਾਲੇ ਵੀ ਕਹਿੰਦੇ ਕਿ ਵੀ ਸ਼ਾਇਦ ਤੂੰ ਕੋਸ਼ਿਸ਼ ਨਹੀਂ ਕਰਦੀ ਹੈਗੀ, ਪਰ ਮੇਰੇ ਤੋਂ ਹੁੰਦਾ ਨਹੀਂ ਸੀ ਉਹ। ਫਿਰ ਡਾਕਟਰ ਨੂੰ ਕਿਹਾ ਸੀ ਕਿ ਕੋਈ ਹੋਰ ਸਕੈਨ ਵਗੈਰਾ ਦੁਬਾਰੇ ਕਰਾਈ ਜਾਵੇ, ਬਹੁਤ ਕਹਿੰਦੇ ਹੁੰਦੇ ਸੀ ਹਰ ਇੱਕ ਅਪੁਆਇੰਟਮੈਂਟ 'ਤੇ। ਪਰ ਫਿਰ ਮੇਰੀ ਸਕੈਨ ਹੋਈ ਜਾ ਕੇ ਸਪਟੰਬਰ 25 ਨੂੰ 2023 ਦੇ ਵਿੱਚ, ਤਾਂ ਸਕੈਨ ਕਰਾਉਣ ਗਏ,
ਉੱਥੇ ਉਹਨਾਂ ਨੇ ਮੈਨੂੰ ਲਾਈਕ ਉਹਨਾਂ ਨੇ ਵੀ ਟ੍ਰੀਟ ਵਧੀਆ ਨਹੀਂ ਕੀਤਾ ਸੀ ਜਿਹੜੇ ਸਕੈਨ ਕਰਨ ਵਾਲੇ ਸੀ ਉਹਨਾਂ ਨੇ ਮੈਨੂੰ ਕਿਹਾ ਇੱਕ ਪਾਰਟੀਕੁਲਰ ਪੁਆਇੰਟ ਦੱਸ ਕੇ ਅਸੀਂ ਕਿੱਥੋਂ ਕਿੱਥੇ ਦਰਦ ਹੁੰਦਾ ਹਾਂਜੀ ਮੈਂ ਕਿਹਾ ਵੀ ਇੱਕ ਪਾਰਟੀਕੁਲਰ ਪੁਆਇੰਟ ਨਹੀਂ ਹੈਗਾ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਪੂਰਾ ਹੀ ਦੁੱਖਦਾ ਸਾਰੀਆਂ ਸਾਈਡਾਂ ਤੋਂ ਹੀ ਫਰੰਟ ਤੋਂ ਵੀ ਬੈਕ ਤੋਂ ਵੀ ਇੱਦਾਂ ਫਿਰ ਉਹ ਜਦੋਂ ਸਕੈਨ ਕਰਨ ਲੱਗੇ ਉਹ ਜਿੱਥੇ ਇੱਕ ਕੱਚ ਸੀਗਾ ਜਾਂ ਜਿਹਨੂੰ ਆਪ ਉਸ ਟਾਈਮ 'ਤੇ ਗੰਢ ਮੰਨ ਰਹੇ ਸੀ ਉਹ ਕੱਚ ਸੀ ਉਹ ਕੱਚ ਸੀ ਪਰ ਉਹ ਥੋੜ੍ਹਾ ਜਿਹਾ ਥੱਲੇ ਨੂੰ ਨਹੀਂ ਲੈ ਕੇ ਜਾ ਰਿਹਾ ਸੀ ਮਸ਼ੀਨ 'ਤੇ ਮੈਂ ਉਹਨੂੰ ਕਿਹਾ ਕਿ ਵੀ ਥੱਲੋਂ ਥੋੜ੍ਹਾ ਹੋਰ ਥੱਲੋਂ ਦੁੱਖਦਾ ਤਾਂ ਉਹਨੇ ਮੈਨੂੰ ਕਿਹਾ ਕਿ ਤੂੰ ਬੋਲਣਾ ਕਿ ਮੈਨੂੰ ਪਤਾ ਇਹ ਮੇਰੀ ਜੌਬ ਆ ਮੈਨੂੰ ਤੇਰੇ ਨਾਲੋਂ ਜ਼ਿਆਦਾ ਪਤਾ ਕਿ ਮੈਂ ਕੀ ਕਰਨਾ ਹੈ ਤਾਂ ਉਹਨੇ ਜਦੋਂ ਰਿਪੋਰਟ ਉਹ ਡਾਕਟਰ ਕੋਲ ਭੇਜੀ ਤਾਂ ਉਹਨੇ ਕੁਛ ਨਹੀਂ ਲਿਖਿਆ ਕਿ ਉੱਥੇ ਪੀਸ ਆਫ ਗਲਾਸ ਹੈਗਾ ਜਾਂ ਨਹੀਂ ਕਿਉਂਕਿ ਉੱਥੋਂ ਸਕੈਨ ਨਹੀਂ ਕੀਤੀ ਹਾਂਜੀ ਅੱਛਾ ਤੇ ਪੁੱਤਰ ਪੈਰ ਤੇ ਉਹ ਗਿੱਟੇ ਦਾ ਕਿਹੋ ਜਿਹਾ ਦੇਖਣ ਨੂੰ ਬਾਹਰੋਂ ਕਿਹੋ ਜਿਹਾ ਲੱਗਦਾ ਕੋਈ ਨੀਲ ਸੀ ਸੋਜੇ ਸੀ ਜਾਂ ਨੋਰਮਲ ਪੈਰ ਲੱਗਦਾ ਸੀ ਨਹੀਂ ਉਹ ਸਵੈਲਿੰਗ ਰਹਿੰਦੀ ਹੈਗੀ ਸੀ ਅੱਛਾ ਉਹਦੇ ਬਾਅਦ ਫਿਰ ਸਤੰਬਰ 25 ਤੋਂ ਬਾਅਦ ਫਿਰ ਬਸ ਜਦੋਂ ਫਿਰ ਦੁਬਾਰਾ ਡਾਕਟਰ ਨਾਲ ਅਪੁਆਇੰਟਮੈਂਟ ਹੋਈ ਡਾਕਟਰ ਨੇ ਕਿਹਾ ਕਿ ਨਹੀਂ ਠੀਕ ਆ ਵੀ ਉਹੀ ਨਰਵ ਡੈਮੇਜ ਆ ਅਤੇ ਜਾਂ ਵੀ ਲਾਈਕ ਉਹ ਵੀ ਉਹ ਨਰਵ ਵਾਪਸ ਆਉਂਦੀ ਨੂੰ ਥੋੜ੍ਹਾ ਟਾਈਮ ਲੱਗ ਜਾਂਦਾ ਕਿ ਉਹਦੇ ਕਰਕੇ ਹੀ ਆ ਵੀ ਬਾਕੀ ਠੀਕ ਆ ਸਵੈਲਿੰਗ ਹੋਈ ਹੋਈ ਆ ਗਿੱਟੇ ਦੇ ਅੰਦਰ ਜੁਆਇੰਟ ਦੇ ਵਿੱਚ ਕਿ ਉਹ ਐਕਸਰਸਾਈਜ਼ ਕਰੋਗੇ ਉਹ ਠੀਕ ਹੋ ਜਾਣੀ ਆ ਅਤੇ ਮੈਨੂੰ ਲਾਈਕ ਫਿਜ਼ੀਓ ਦੇ ਗਏ ਹਰ ਹਫ਼ਤੇ ਮੈਂ 2 ਵਾਰ ਫਿਜ਼ੀਓ 'ਤੇ ਜਾਂਦੀ ਸੀ ਹਫ਼ਤੇ ਦੇ ਵਿੱਚ ਪਰ ਅਤੇ ਕੰਮ 'ਤੇ ਵਾਪਸ ਨਹੀਂ ਗਏ ਪੰਜਾਬ ਦਾ ਟ੍ਰਿਪ ਕਿਵੇਂ ਸ਼ੁਰੂ ਹੋਇਆ ਫਿਰ ਜਿਵੇਂ ਮੈਂ ਘਰੇ ਰਹਿ ਰਹਿ ਕੇ ਬਹੁਤ ਉਹ ਸ਼ੁਰੂ ਤੇ ਉਦਾਂ ਸੀ ਆਫਟਰ ਐਕਸੀਡੈਂਟ ਲਾਈਕ ਦਿਮਾਗ ਦਾ ਟਰੋਮਾ ਸੀ ਬਹੁਤ ਹਾਂਜੀ ਤਾਂ ਫਿਰ ਮੇਰੀ ਕੌਂਸਲਿੰਗ ਹੁੰਦੀ ਹੁੰਦੀ ਸੀ ਫਿਰ ਮੇਰੇ ਕੌਂਸਲਰ ਨੇ ਕਿਹਾ ਕਿ ਮੈਨੂੰ ਇੰਡੀਆ ਜਾਣਾ ਚਾਹੀਦਾ ਮੈਨੂੰ ਮੇਰੇ ਪੇਰੈਂਟਸ ਨੂੰ ਦੇਖਣਾ ਚਾਹੀਦਾ ਕਿ ਸ਼ਾਇਦ ਮੇਰੀ ਮੈਂਟਲ ਹੈਲਥ ਥੋੜ੍ਹੀ ਲਾਈਕ ਠੀਕ ਹੋਵੇ ਅੱਛਾ ਫਿਰ ਮੇਰੇ ਡਾਕਟਰ ਨੇ ਵੀ ਮੈਨੂੰ ਕਿਹਾ ਕਿ ਜਾਇਆ ਪਰ ਉਹਨਾਂ ਨੇ ਮੈਨੂੰ ਕਿਹਾ ਇੰਡੀਆ ਕੋਈ ਟ੍ਰੀਟਮੈਂਟ ਨਾ ਕਰਾਈ ਇੰਡੀਆ ਦਾ ਟ੍ਰੀਟਮੈਂਟ ਵਧੀਆ ਨਹੀਂ ਹੈਗਾ ਉੱਥੋਂ ਦੇ ਡਾਕਟਰ ਨਹੀਂ ਵਧੀਆ ਹੈਗੇ ਤਾਂ ਮੈਂ ਵੀ ਉਸ ਚੀਜ਼ 'ਤੇ ਟਰੱਸਟ ਕੀਤਾ ਮੇਰੇ ਪੇਰੈਂਟਸ ਬਹੁਤ ਕਹਿੰਦੇ ਹੁੰਦੇ ਸੀ ਕਿ ਤੂੰ ਠੀਕ ਨਹੀਂ ਹੋਈ ਹੈਗੀ ਤੂੰ ਇੱਥੇ ਆ ਜਾ ਪਰ ਮੈਨੂੰ ਲੱਗਦਾ ਸੀ ਕਿ ਵੀ ਮੈਂ ਕੈਨੇਡਾ ਦਾ ਟ੍ਰੀਟਮੈਂਟ ਛੱਡ ਕੇ ਇੰਡੀਆ ਜਾਵਾਂ ਹਾਂਜੀ ਅਤੇ ਕਿ ਮੈਂ ਸੋਚਿਆ ਵੀ ਲੋਕ ਤਾਂ ਕਹਿੰਦੇ ਹੁੰਦੇ ਆ ਵੀ ਆਪਾਂ ਬਾਹਰਲਾ ਟ੍ਰੀਟਮੈਂਟ ਲਈਏ ਹਾਂਜੀ ਸੋ ਕਦ ਗਏ ਪੰਜਾਬ ਫਿਰ ਮੈਂ ਜਨਵਰੀ 9 ਨੂੰ ਗਈ ਸੀ 24 ਚ ਹਾਂਜੀ ਅੱਛਾ ਜਾ ਕੇ ਫਿਰ ਉੱਥੇ ਪਹਿਲੇ ਦਿਨ ਬਾਪੂ ਜੀ ਉਹਨਾਂ ਨੇ ਫਾਦਰ ਨੇ ਤੁਹਾਡੇ ਕਿਹਾ ਵੀ ਚੱਲ ਡਾਕਟਰ ਦੇ ਲੈ ਕੇ ਚੱਲ ਹਾਂਜੀ ਜਦੋਂ ਤੁਸੀਂ ਲੰਘ ਮਾਰ ਕੇ ਤੁਰਦੇ ਸੀ ਹਾਂਜੀ ਹਾਂਜੀ ਅੱਛਾ ਅੱਛਾ ਤਾਂ ਫਿਰ ਮੈਂ ਉੱਥੇ 11 ਜਨਵਰੀ ਨੂੰ ਪਹੁੰਚੀ ਸੀ ਕਿ ਮਾਰਨਿੰਗ ਦੇ ਵਿੱਚ ਉਹ ਦਿਨ ਤੇ ਅਗਲਾ ਦਿਨ ਥੋੜਾ ਜਿਹਾ ਰਸਤੇ 'ਚ ਹੀ ਲੰਘ ਗਿਆ ਪਰ ਪਲੇਨ ਦੇ ਵਿੱਚ ਵੀ ਜਿਵੇਂ ਬਹੁਤ ਪੇਨ ਹੁੰਦਾ ਸੀ ਸ਼ਾਇਦ ਮੈਂ ਬੈਠੀ ਰਹੀ ਜਾਂ ਬਹੁਤ ਔਖਾ ਸੀ ਹਾਂਜੀ ਉੱਥੇ ਜਾ ਕੇ ਉਹ ਵੱਧ ਗਿਆ ਸੀ ਪੇਨ ਫਿਰ ਅਸੀਂ 13 ਜਨਵਰੀ ਨੂੰ ਲੋਹੜੀ ਆ ਗਈ ਸੀ ਫਿਰ ਉਸ ਤੋਂ ਬਾਅਦ 14 ਦਾ ਸੰਡੇ ਸੀ ਆਈ ਥਿੰਕ ਫਿਰ ਅਸੀਂ 15 ਮੰਡੇ ਨੂੰ ਡਾਕਟਰ ਕੋਲ ਗਏ ਕਿੱਥੇ ਗਏ ਮੋਗੇ ਨਹੀਂ ਮੇਰਾ ਪਿੰਡ ਮਹਿਰਾਜ ਆ ਤਾਂ ਮੈਨੂੰ ਰਾਮਪੁਰਾ ਸ਼ਹਿਰ ਲੱਗਦਾ ਹੈ ਹਾਂਜੀ ਰਾਮਪੁਰਾ ਫੂਲ ਸੋ ਉੱਥੇ ਇੱਕ ਬਹੁਤ ਪੁਰਾਣਾ ਡਾਕਟਰ ਆ ਜਿਵੇਂ 30 ਸਾਲ ਪੁਰਾਣਾ ਹਾਂਜੀ ਫਿਰ ਅਸੀਂ ਉਹਦੇ ਕੋਲ ਗਏ ਜਦੋਂ ਉਹਨੂੰ ਸਰ ਦੱਸਿਆ ਤਾਂ ਉਹਨੇ ਸਿਰਫ ਲਾਈਕ ਟੱਚ ਕੀਤਾ ਉਹਨੇ ਕਿਹਾ ਕਿ ਕੋਈ ਮਾਸ ਦੀ ਗੰਢ ਨਹੀਂ ਹੈਗੀ ਇਹ ਕੋਈ ਖੂਨ ਦੀ ਗੰਢ ਨਹੀਂ ਹੈਗੀ
ਇਹ ਕੋਈ ਫੋਰਨ ਆਬਜੈਕਟ ਆ, ਇਹਦੇ ਵਿੱਚ ਆ ਕੁਝ। ਹਾਂਜੀ, ਉਹਨੇ ਕਿਹਾ ਕੋਈ ਰੋੜੀ ਆ, ਕੋਈ ਲੱਕੜ ਦਾ ਪੀਸ ਹੋ ਸਕਦਾ, ਕੋਈ ਕੱਚ ਹੋ ਸਕਦਾ। ਤਾਂ ਫਿਰ ਮੈਂ ਜੋ ਦੱਸਿਆ ਕਿ ਹਾਂਜੀ ਐਕਸੀਡੈਂਟ ਹੋਇਆ ਸੀ, ਉੱਥੇ ਕੱਚ ਸੀ। ਫਿਰ ਉਹਨਾਂ ਨੇ ਕਿਹਾ ਕਿ ਆਪਾਂ ਐਕਸਰਾ ਕਰਾ ਲੈਂਦੇ ਹਾਂ। ਐਕਸਰਾ ਕਰਾਇਆ ਤਾਂ ਉਹਦੇ ਵਿੱਚ ਉਵੇਂ ਹੀ ਉਹ ਦਿਖਦੀ ਆ, ਮੈਂ ਦੇਖੀ ਆ। ਹਾਂਜੀ, ਤਾਂ ਫਿਰ ਪਰ ਮੈਨੂੰ ਫਿਰ ਵੀ ਨਹੀਂ ਆਏ ਹੋਏ, ਮੈਨੂੰ ਲੱਗੇ ਨਹੀਂ ਕਿ ਕਿਸੇ ਹੋਰ ਡਾਕਟਰ ਕੋਲ ਚੱਲੋ, ਹੈ ਨਾ, ਕਿ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਇੱਕ ਦੋ ਡਾਕਟਰ ਨੂੰ ਹੋਰ ਦਿਖਾਓ, ਮੈਂ ਫਿਰ ਹੱਥ ਲਵਾਉਣਾ। ਹਾਂਜੀ, ਫਿਰ ਅਸੀਂ ਉੱਥੇ ਸਾਡੇ ਪੁੱਛੋ ਆਦੇਸ਼ ਹੋਸਪਿਟਲ ਆ, ਵਧੀਆ ਹਸਪਤਾਲ ਆ। ਹਾਂਜੀ, ਫਿਰ ਅਸੀਂ ਆਦੇਸ਼ 'ਚ ਗਏ, ਉਹਨਾਂ ਨੇ ਵੀ ਸਾਨੂੰ ਇਹੀ ਚੀਜ਼ ਕਹੀ ਡਾਕਟਰਸ ਨੇ ਕਿ ਕੋਈ ਫੋਰਨ ਓਬਜੈਕਟ ਆ ਵਿੱਚ। ਫਿਰ ਕਿਹਾ ਕਿ ਐਮ ਆਰ ਆਈ ਕਰਾ ਲੈਂਦੇ ਹਾਂ ਆਪਾਂ। ਫਿਰ ਉਹਦੇ 'ਚ ਤੁਹਾਡਾ ਮਨ ਨਹੀਂ ਸੀ ਮੰਨ ਰਿਹਾ? ਅੱਛਾ, ਫਿਰ ਮੈਂ ਕਿਹਾ ਕਿ ਹਾਂਜੀ ਐਮ ਆਰ ਆਈ ਕਰਾਉਣੀ ਆ। ਫਿਰ ਉਹਨਾਂ ਨੇ ਐਮ ਆਰ ਆਈ ਕੀਤੀ, ਉਹਦੇ ਵਿੱਚ ਤਾਂ ਸਾਰਾ ਕੁਛ ਹੀ ਲਾਈਕ ਦੱਸਦਾ ਸੀ ਸਾਈਜ਼ ਕਿੰਨਾ ਫੋਰਨ ਓਬਜੈਕਟ ਦਾ। ਹਾਂਜੀ, ਉਹ ਐਮ ਆਰ ਆਈ ਦੀ ਰਿਪੋਰਟ ਵੀ ਮੇਰੇ ਕੋਲ ਹੈਗੀ ਆ। ਅਤੇ ਫਿਰ ਜਦੋਂ ਫਿਰ ਉਹ ਡਾਕਟਰ ਕਹਿੰਦੇ ਕਿ ਵੀ ਇਮੀਡੀਏਟਲੀ ਆਪਾਂ ਇਹਨੂੰ ਰਿਮੂਵ ਕਰਨਾ ਪੈਣਾ, ਕਿ ਹੁਣ ਪਤਾ ਹੈ ਕਿ ਕੀ ਚੀਜ਼ ਆ, ਜਿਵੇਂ ਹੁਣ ਤੁਹਾਡਾ ਪੇਨ ਵੱਧ ਗਿਆ, ਹੋ ਸਕਦਾ ਤੁਸੀਂ ਜ਼ਿਆਦਾ ਬੈਠੇ ਰਹੇ ਲੱਤ ਲਮਕਾ ਕੇ ਪਲੇਨ ਦੇ ਵਿੱਚ ਜਾਂ ਕੁਛ ਵੀ ਆਪਾਂ ਨੂੰ ਕੱਢਣਾ ਪੈਣਾ ਇਹ। ਫਿਰ ਅਸੀਂ ਬੈਕ ਜਿਹੜੇ ਡਾਕਟਰ ਕੋਲ ਸਭ ਤੋਂ ਪਹਿਲਾਂ ਗਏ ਸੀ, ਹਾਂਜੀ, ਕਿਉਂਕਿ ਉਹ ਐਕਸਪੀਰੀਅੰਸਡ ਸੀਗਾ। ਤਾਂ ਫਿਰ ਅਸੀਂ ਉਹਦੇ ਕੋਲ ਗਏ, ਜਦੋਂ ਫਿਰ ਉਹਨਾਂ ਤੋਂ ਜਿਵੇਂ ਓਪਰੇਸ਼ਨ ਦੀ ਡੇਟ ਲਈ, ਫਿਰ ਉਹਨਾਂ ਨੇ 19 ਜਨਵਰੀ ਦਿੱਤੀ। ਫਿਰ 19 ਜਨਵਰੀ ਨੂੰ ਉਹਨਾਂ ਨੇ ਰਿਮੂਵ ਕਰ ਦਿੱਤਾ। ਹਾਂਜੀ, ਉਹਨਾਂ ਨੇ ਰਿਮੂਵ ਕਰਦੇ ਟਾਈਮ ਕਮਾਲ ਦੀ ਕਹਾਣੀ। ਹਾਂਜੀ, ਅੱਛਾ, ਤੇ ਕੱਢਤਾ ਜਦੇ ਫਿਰ ਆ ਪਿਆ ਸ਼ੀਸ਼ੀ ਚ ਮੇਰੇ ਮੂਹਰੇ ਖੜਕਦਾ। ਹਾਂ, ਤੇ ਫਿਰ ਉਹਨਾਂ ਨੇ ਤੀਜੇ ਦਿਨ ਛੁੱਟੀ ਦਿੱਤੀ ਸੀਗੀ। ਤਾਂ ਫਿਰ ਉਹਨੇ ਕਿਹਾ ਸੀ ਹੁਣ ਠੀਕ ਆ, ਵੀ ਫਿਰ ਜਿਵੇਂ ਸਟਿਚਸ 6 ਲਾਏ ਸੀ ਉਹਨਾਂ ਨੇ, ਤਾਂ 10 ਕੁ ਦਿਨਾਂ ਬਾਅਦ ਸਟਿਚਸ ਕੱਢਦੇ ਸੀਗੇ। ਫਿਰ ਮੈਂ ਤੁਰਨ ਲੱਗੀ, ਫਿਰ ਬਹੁਤ ਫਰਕ ਮੈਨੂੰ ਮਹਿਸੂਸ ਹੋਇਆ, ਕਿਉਂਕਿ ਤੁਰਦੇ ਟਾਈਮ ਉਹ ਚੀਜ਼ ਚੁੱਭਦੀ ਨਹੀਂ ਸੀ, ਤਾਂ ਪੇਨ ਨਹੀਂ ਕਰਦਾ ਸੀ। ਮੇਰਾ ਲੰਗ ਥੋੜ੍ਹਾ ਜਿਹਾ ਠੀਕ ਹੋ ਗਿਆ, ਪਰ ਉਹ ਜਿਵੇਂ ਹੁਣ ਫਰੰਟ ਤੋਂ ਉਹ ਥੋੜ੍ਹਾ ਜਿਹਾ ਹਲੇ ਵੀ ਹੈਗਾ, ਕਿਉਂਕਿ ਉਹ ਨਰਵ ਹਲੇ ਵੀ ਸਹੀ ਨਹੀਂ ਹੈਗੀਆਂ, ਜਾਂ ਸਵੈਲਿੰਗ ਆ ਜਿਹੜੀ ਵਿੱਚ ਭਰੀ ਹੋਈ, ਕਿਉਂਕਿ ਫਿਜ਼ੀਓ ਕਰਦੇ ਸੀ, ਉਹ ਪਹਿਲਾਂ ਵਰਕ ਹੀ ਨਹੀਂ ਕੀਤੀ ਫਿਜ਼ੀਓ। ਨੋ ਨੋ ਨੋ, ਕਿਉਂਕਿ ਚੀਜ਼ ਵਿੱਚ ਕੁਝ ਹੋਰ ਤੇ ਫਿਜ਼ੀਓ ਹੋਰ ਚੀਜ਼ ਦੀ ਕਰਦੇ। ਵਾਪਸ ਕਦ ਆਏ ਫਿਰ? ਮੈਂ March 8 ਨੂੰ ਵਾਪਸ ਆਉਣਾ ਸੀਗਾ, ਪਰ ਫਿਰ ਹਲੇ ਥੋੜ੍ਹਾ ਜਿਹਾ ਠੀਕ ਨਹੀਂ ਲੱਗਦਾ ਸੀਗਾ ਮੇਰੇ ਪੇਰੈਂਟਸ ਨੂੰ ਕਿ ਮੇਰੀ ਮੈਂਟਲ ਹੈਲਥ ਹਲੇ ਠੀਕ ਨਹੀਂ ਹੈਗੀ ਸ਼ਾਇਦ। ਫਿਰ ਉਹਨਾਂ ਨੇ ਮੇਰੀ ਸਟੇ ਐਕਸਟੈਂਡ ਕਰਾ ਲਈ ਸੀ, ਫਿਰ ਅਸੀਂ April 4 ਨੂੰ ਵਾਪਸ ਆਈਆਂ। ਤੇ ਇਹਨਾਂ ਨੂੰ ਪਤਾ ਕਿ ਕਿਹਾ ਹੁਣ ਪਈ ਆ, ਤੁਸੀਂ ਕੀ ਕੀਤਾ ਆ 15 ਦਿਨਾਂ 'ਚ? ਡਾਕਟਰਾਂ ਨੂੰ ਕੋਈ ਕਿਸੇ ਨਾਲ ਗੱਲ ਕੀਤੀ ਆ ਕੇ? ਮੈਂ ਆਨਸਰ ਡਾਕਟਰ ਦੇ ਆਫਿਸ ਕਾਲ ਕੀਤੀ ਸੀ ਕਿ ਮੈਨੂੰ ਡਾਕਟਰ ਨਾਲ ਅਪੁਆਇੰਟਮੈਂਟ ਚਾਹੀਦੀ ਆ। ਤਾਂ ਉਹਨਾਂ ਨੇ ਕਿਹਾ ਕਿ ਵੀ ਹੁਣ ਉਹ ਬਿਜ਼ੀ ਨੇ, 1 ਮਈ ਦੀ ਮੈਨੂੰ ਅਪੁਆਇੰਟਮੈਂਟ ਦਿੱਤੀ ਹੋਈ ਆ। ਪਰ ਮੈਂ ਡਾਕਟਰ ਨੂੰ ਜਿਵੇਂ ਟੈਕਸਟ ਵੀ ਛੱਡਿਆ ਸੀਗਾ ਕਿ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਇਆ, 1 ਤਰੀਕ ਹਾਲੇ ਬਹੁਤ ਦੂਰ ਆ, ਮੈਂ ਤੁਹਾਡੇ ਨਾਲ ਗੱਲ ਕਰਨੀ ਉਸ ਚੀਜ਼ ਬਾਰੇ। ਪਰ 1 ਦਿਨ ਉਹਨਾਂ ਨੇ ਕਿਹਾ ਸੀ, ਹਾਂਜੀ, ਪਰ ਉਸ ਦਿਨ ਬਹੁਤ ਲੇਟ ਹੋ ਗਏ ਸੀਗੇ, ਉਹ ਟਾਈਮ ਨਹੀਂ ਸੀਗਾ। ਸੋ ਹੁਣ ਇਸ਼ੂ ਜਿਹੜੇ ਨੇ ਹਲੇ ਮੈਂਟਲੀ ਜਿਹੜਾ ਉਹ ਹਲੇ ਉਹਦੇ ਥਰੂ ਹੈ, ਮੁਸ਼ਕਲ ਹੈ ਨਾ, ਟਰੋਮਾ ਹੈਗਾ। ਹਾਂਜੀ, ਤੇ ਪੇਨ ਕਿੰਨਾ ਘੱਟ ਆ ਹੁਣ ਤੁਸੀਂ ਤੁਰਦੇ ਠੀਕ ਹੋ? ਹਾਂਜੀ ਹਾਂ, ਇਦੋਂ ਪਹਿਲਾਂ ਜਿਹੜਾ ਮੈਂ ਹੁਣ ਤੁਹਾਨੂੰ ਦੇਖਿਆ, ਇਦੋਂ ਪਹਿਲਾਂ ਬਹੁਤ ਜ਼ਿਆਦਾ ਮੁਸ਼ਕਲ ਸੀ ਤੁਰਨ ਦਾ। ਹਾਂਜੀ, ਕਿਉਂਕਿ ਜਿਵੇਂ ਮੈਨੂੰ ਤਾਂ ਇਦਾਂ ਹੀ ਲੱਗਦਾ ਸੀ ਸ਼ਾਇਦ ਇਹ ਪਰਮਾਨੈਂਟ ਹੀ ਹੋਊਗਾ, ਤੁਰੇ ਨਹੀਂ ਹੋਣਾ। ਹਾਂਜੀ, ਮੇਰੇ ਦਿਮਾਗ 'ਚ ਉਹੀ ਚੀਜ਼ ਸੀ। ਹੁਣ ਵੀ
ਸਟੇਅਰਸ ਮੈਨੂੰ ਚੜ੍ਹਨੀਆਂ ਉਤਰਨੀਆਂ ਥੋੜੀਆਂ ਹਲੇ ਔਖੀਆਂ ਨੇ, ਠੀਕ ਹੋ ਜਾਣਾ ਬੇਟਾ, ਹੋ ਜਾਣਾ ਰਿਕਵਰ। ਤੇ ਹੁਣ ਇਹਨੂੰ ਤੁਸੀਂ ਕਿਵੇਂ ਓਵਰਆਲ ਇਹ ਸਾਰੀ ਜਰਨੀ ਨੂੰ ਹੁਣ ਕਿਵੇਂ ਲੈਂਦੇ ਹੋ? ਇੱਥੇ ਪੜ੍ਹੇ ਹੋ ਆ ਕੇ, ਫੁੱਲ ਟਾਈਮ ਕੰਮ ਕਰਦੇ ਹੋ, ਪੀ ਆਰ ਹੋਏ ਹੋ, ਇਹ ਗ੍ਰੇਟ ਕੰਟਰੀ ਆ ਓਬੀਅਸਲੀ। ਅਸੀਂ ਪਹਿਲਾਂ ਤੁਹਾਡੇ ਫੁੱਫੜ ਜੀ ਬੈਠੇ ਨੇ, ਇਹ ਆਏ, ਅਸੀਂ ਆਏ ਸਾਰੇ, ਬਹੁਤ ਵਧੀਆ ਪਰਿਵਾਰ ਹੈ। ਅਤੇ ਇਹਨੂੰ ਤੁਸੀਂ ਹੁਣ ਕਿਵੇਂ ਸੋਚਦੇ ਹੋ? ਆਪਣੇ ਤੁਹਾਡੇ ਦਿਮਾਗ ਦੇ ਵਿੱਚ ਕੀ ਗੱਲ ਹੈ ਵੀ ਇਹਦੀ ਘਾਟ ਕਿੱਥੇ ਹੈ ਡਾਕਟਰਸ ਦੀ, ਇਹਨਾਂ ਸਕੈਨਰਸ ਦੀ, ਮਤਲਬ ਕਿੱਥੇ ਕਮੀ ਕੀ ਹੈ? ਉੱਥੇ ਵਾਲੇ ਡਾਕਟਰਾਂ ਨੇ ਕਿਵੇਂ ਟੱਚ ਕਰਦੇ, ਦੱਸਦਾ ਵੀ ਇਹ ਚੀਜ਼ ਦੇ ਵਿੱਚ ਫਰਕ ਹੈ? ਜਿੱਥੋਂ ਤੱਕ ਮੈਨੂੰ ਲੱਗਦਾ ਇਹ ਪ੍ਰੋਪਰ ਸੁਣਦੇ ਨਹੀਂ ਹੈਗੇ ਤੁਹਾਡੀ, ਕਿ ਜੇ ਤੁਸੀਂ ਕੁਛ ਬੋਲਣਾ ਜਾਂ ਦੱਸਣਾ ਵੀ ਚਾਹੁੰਦੇ ਹੋ ਤਾਂ ਤੁਹਾਨੂੰ ਨਹੀਂ ਸੁਣਦੇ ਹੈਗੇ ਉਹ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਸਕੈਨ ਵਾਲਾ ਕਹਿੰਦਾ ਸੀ ਮੈਨੂੰ ਪਤਾ ਹੈ, ਤਾਂ ਮੈਂ ਹੁਣ ਡਾਕਟਰ ਨੂੰ ਵਾਰ ਵਾਰ ਕਹਿੰਦੀ ਸੀ ਕਿ ਮੈਨੂੰ ਲੱਗਦਾ ਕਿ ਕੁਛ ਆ, ਤਾਂ ਡਾਕਟਰ ਨਹੀਂ ਸੁਣਦਾ ਸੀ ਕਿ ਉਹਨੇ ਕਿਹਾ ਸੀ ਕਿ ਨਹੀਂ ਕੁਛ ਇੱਦਾਂ ਨਹੀਂ ਹੈਗਾ ਹੈ ਨਾ। ਅਤੇ ਹੁਣ ਇਹ ਜਦ ਤੁਸੀਂ ਗਏ ਜਨਵਰੀ 'ਚ, ਅਤੇ ਹੁਣ ਕਿੰਨੇ ਪਰਸੈਂਟ ਜੇ ਤੁਸੀਂ ਦੱਸਦੇ ਹੋ ਪੇਨ ਤੋਂ ਕਿੰਨਾ ਪਰਸੈਂਟ ਠੀਕ ਹੋ, ਜੇ 0 to 10 ਦੇ ਵਿੱਚ ਜਾਣਾ ਹੋਵੇ? ਮੰਨ ਲਓ ਜਦ ਗਏ ਹੋ ਤਾਂ 10 ਪੇਨ ਸੀ, ਹੁਣ ਕਿੰਨਾ ਪੇਨ ਆ? 5, 4 ਜਿਹੜਾ ਕੁਛ ਚੀਜ਼ਾਂ ਠੀਕ ਹੋਣ। ਜਿਵੇਂ ਹੁਣ ਮੈਂ 1 ਸਾਲ ਤੋਂ ਘਰੇ ਸੀ, ਮੈਨੂੰ ਇਹ ਲੱਗਦਾ ਸੀ ਕਿ ਮੇਰੀ ਲਾਈਫ ਆ ਜਿਹੜੀ ਪੌਜ਼ ਹੋ ਗਈ ਆ, ਉਹ ਡਾਰਕ ਹੋ ਗਈ ਆ, ਕਿ ਮੈਂ ਕੁਛ ਕਰ ਨਹੀਂ ਸਕਦੀ ਸੀ ਜਿਹੜਾ ਕੁਛ ਪਹਿਲਾਂ ਕਰਦੀ ਸੀ। ਸੋ ਮੈਨੂੰ ਤਾਂ ਇਹੀ ਲੱਗਦਾ ਕਿ ਜਿਹੜਾ ਕੁਛ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਹੀਂ ਹੋਣਾ ਚਾਹੀਦਾ। ਸੋ ਕੋਈ ਹੋਰ ਨਾ ਇੰਨਾ ਸਫ਼ਰ ਕਰੇ, ਕਿ ਡਾਕਟਰਸ ਨੂੰ ਧਿਆਨ ਦੇਣਾ ਚਾਹੀਦਾ ਹੈ। ਤੇ ਜਿੱਦਣ ਸੱਟ ਲੱਗੀ ਉਦੋਂ ਪਹਿਲਾਂ ਕਿੰਨਾ ਚਿਰ ਦੇ ਕੰਮ ਕਰ ਰਹੇ ਸੀ ਤੁਸੀਂ? ਕੰਟੀਨਿਊ ਫੁੱਲ ਟਾਈਮ 2 ਸਾਲ? ਹਾਂਜੀ, ਡੇਢ 2 ਸਾਲ ਹੋ ਗਏ ਸੀ ਇੱਕੋ ਹੀ ਜਗ੍ਹਾ। ਨਹੀਂ, ਉੱਥੇ ਕੰਮ ਤਾਂ ਜਿਵੇਂ ਮੈਨੂੰ 4 to 5 ਸਾਲ ਹੋ ਗਏ ਆ। ਮੈਂ ਜਨਵਰੀ 2019 ਦੇ ਵਿੱਚ ਸਟਾਰਟ ਕੀਤਾ ਸੀ ਐਜ਼ ਅ ਸਟੂਡੈਂਟ, ਜਾਂ ਥੋੜ੍ਹਾ ਟਾਈਮ ਕਰਦੇ ਸੀ। ਹਾਂ, ਤੇ ਫਿਰ ਫੁੱਲ ਟਾਈਮ ਹੁਣ 2 ਸਾਲ ਦੇ ਕਰ ਰਹੇ ਸੀ। ਹਾਂਜੀ। ਅਤੇ ਹੁਣ ਪਰ ਆਪਣੇ ਆਪ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਨੀ ਆ, ਮੈਂਟਲੀ ਸਟਰੋਂਗ ਹੋਣਾ। ਇਹ ਤਾਂ ਜ਼ਿੰਦਗੀ ਦੇ ਵਿੱਚ ਅਪਸ ਡਾਊਨਸ ਤਾਂ ਆਉਂਦੇ ਰਹਿੰਦੇ ਨੇ, ਪਰ ਇਹ ਬਿਲਕੁਲ ਠੀਕ ਆ ਵੀ ਜਿਨ੍ਹਾਂ ਦੇ ਕੋਲ ਜਾ ਕੇ ਤੁਸੀਂ ਸਰੈਂਡਰ ਕਰਨਾ, ਜਿਹੜੀ ਅਥਾਰਟੀ ਕੋਲ, ਜਿਹਦੇ ਕਰਕੇ ਜਿਹਨੂੰ ਜਿੱਥੇ ਤੁਹਾਨੂੰ ਲੈ ਕੇ ਗਏ ਨੇ, ਵੀ ਇੱਥੇ ਬੰਦੇ ਦੇ ਮਨ 'ਚ ਹੁੰਦਾ ਵੀ ਐਂਬੂਲੈਂਸ 'ਚ ਬਹਿ ਗਏ, ਹੁਣ ਆਉਣ ਦਾ ਵੀ ਡਾਕਟਰ ਆ, ਹੁਣ ਮੈਨੂੰ ਠੀਕ ਕਰਨਾ ਉਹਨਾਂ ਨੇ, ਇਹ ਮਨ 'ਚ ਹੁੰਦਾ। ਉੱਥੇ ਜਦ ਇਹ ਮੁਸ਼ਕਲ ਆ ਜਾਂਦੀ ਹੈ ਫਿਰ ਇਹ ਬਹੁਤ ਵੱਡੀ ਮੁਸ਼ਕਲ ਹੈ, ਇਹ ਤੁਹਾਨੂੰ ਪੇਨ ਦਿੰਦੀ ਹੈ। ਜਿਹੜਾ ਬੰਦਾ ਉਹਦੇ ਥਰੂ ਫਸਟ ਹੈਂਡ ਇਨਫੋਰਮੇਸ਼ਨ ਜਾ ਰਿਹਾ ਜਾਂ ਉਹਨੂੰ ਨਹੀਂ ਸੁਣਿਆ ਜਾ ਰਿਹਾ, ਫਿਰ ਇਹ ਹੋਰ ਇੱਕ ਵੱਡੀ ਮੁਸ਼ਕਲ ਹੈ। ਅਤੇ ਸੇਮ ਹੈ ਡਾਕਟਰ, ਸੇਮ ਬਾਡੀ ਆ, ਕੈਨੇਡਾ ਦੀ, ਅਮਰੀਕਾ ਦੀ, ਭਾਰਤ ਦੀ, ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ? ਜਾਂਦੇ ਇੱਕ ਮਿੰਟ 'ਚ ਦੇਖ ਲਿਆ ਉਹਨਾਂ? ਹਾਂਜੀ, ਉਹਨਾਂ ਨੇ ਸਿਰਫ ਟੱਚ ਹੀ ਕੀਤਾ, ਕੋਈ ਮੇਰੀ ਰਿਪੋਰਟ ਵੀ ਨਹੀਂ ਪਹਿਲਾਂ ਪੜ੍ਹੀਆਂ ਹੈਗੀਆਂ, ਰਿਪੋਰਟਾਂ ਤਾਂ ਮੈਂ ਬਾਅਦ 'ਚੋਂ ਦਿਖਾਈਆਂ ਸੀ ਉਹਨਾਂ ਨੂੰ, ਆਈ ਹੋਇਆ ਸੀ ਉੱਥੇ ਇਸ ਤਰ੍ਹਾਂ ਹੀ ਹੈ। ਹਾਂਜੀ, ਉਹਨਾਂ ਨੇ ਪਹਿਲਾਂ ਮੈਂ ਦੱਸਿਆ ਵੀ ਨਹੀਂ ਕਿ ਐਕਸੀਡੈਂਟ ਹੋਇਆ ਜਾਂ ਕੁਛ ਵੀ, ਉਹਨਾਂ ਨੂੰ ਮੈਂ ਕੁਛ ਨਹੀਂ ਦੱਸਿਆ ਸੀ, ਮੈਂ ਸਿਰਫ ਇੱਦਾਂ ਕਿਹਾ ਸੀ ਕਿ ਮੇਰਾ ਪੈਰ ਦੁਖਦਾ। ਹਾਂਜੀ, ਕਿ ਆਹ ਕੀ ਚੀਜ਼ ਆ, ਤਾਂ
ਫਿਰ ਉਹਨਾਂ ਨੇ ਕਿਹਾ ਕਿ ਇਹ ਕੋਈ ਫੋਰਨ ਓਬਜੈਕਟ ਹੈ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਡਿੱਗੀ ਆ ਕਿਤੇ, ਕਿਤੇ ਸੱਟ ਲੱਗੀ ਸੀ? ਫਿਰ ਮੈਂ ਦੱਸਿਆ ਸੀ ਕਿ ਨਹੀਂ, ਮੇਰਾ ਐਕਸੀਡੈਂਟ ਹੋਇਆ ਸੀ। ਜਿਹੜੇ ਕੰਮ ਤੇ ਜਾਣ ਲਈ ਕਹਿੰਦੇ ਨੇ ਵਾਪਸ, ਉਹ ਕਿਹੜੀ ਡਿਪਾਰਟਮੈਂਟ ਕਹਿੰਦੀ ਸੀ? ਆਈਸੀਬੀਸੀ ਕਹਿੰਦੀ ਆ, ਆਈਸੀਬੀਸੀ ਹਾਂਜੀ, ਡਬਲਯੂਸੀਬੀ ਤਾਂ ਨਹੀਂ ਕਹਿੰਦੀ, ਆਈਸੀਬੀਸੀ ਕਹਿ ਰਹੀ ਹੈ। ਆਈਸੀਬੀਸੀ ਹਾਂ, ਉਹ ਆਈਸੀਬੀਸੀ ਨੂੰ ਦੱਸਿਆ ਵੀ ਆ ਹੋਇਆ ਮੇਰਾ? ਯਾ ਹਾਂਜੀ, ਮੈਂ ਉੱਥੋਂ ਹੀ ਜਦੋਂ ਲਾਈਕ MRI ਕਰਾਈ ਸੀ ਜਿਹੜੇ ਦਿਨ, ਤਾਂ ਮੈਂ ਉਸ ਦਿਨ ਰਿਪੋਰਟਾਂ ਵੀ ਭੇਜ ਦਿੱਤੀਆਂ ਸੀ। ਕਿ ਫਿਰ ਉਹ ਕੀ ਕਹਿ ਰਹੇ ਨੇ ਹੁਣ? ਉਦੋਂ ਉਦੋਂ ਕਿਹਾ ਸੀ ਉਹਨਾਂ ਨੇ ਕਿ ਲਾਈਕ ਠੀਕ ਆ, ਸਾਨੂੰ ਇੱਦਾਂ ਲੱਗਿਆ ਕਿ ਇੱਥੋਂ ਦੇ ਡਾਕਟਰਸ ਨੇ ਲਾਈਕ ਇਹ ਚੀਜ਼ ਲੱਭ ਲਈ ਆ ਕਿ ਹੁਣ ਠੀਕ ਹੋ ਜਾਣਾ। ਤਾਂ ਫਿਰ ਇੱਕ ਵਾਰ ਮੈਨੂੰ ਕਿਹਾ ਸੀ ਕਿ ਜਿੰਨੀ ਲਾਈਕ ਕੋਸਟ ਆਊਗੀ ਉਸ ਚੀਜ਼ 'ਤੇ, ਤਾਂ ਤੂੰ ਸਾਨੂੰ ਉਹ ਈਮੇਲ ਕਰ ਦੇ। ਆਪਾਂ ਨੂੰ ਰਿਪਰੈਜ਼ੈਂਟ ਕੋਈ ਲੋਅਰ ਕਰ ਰਿਹਾ ਹੁਣ? ਨਹੀਂ, ਹਾਲੇ ਤੱਕ ਮੈਂ ਕਿਸੇ ਕੋਲ ਨਹੀਂ ਗਈ ਸੀ। ਓਕੇ ਓਕੇ, ਠੀਕ ਹੈ। ਥੈਂਕ ਯੂ ਬੇਟਾ, ਤੁਸੀਂ ਆ ਕੇ ਗੱਲ ਕੀਤੀ ਆ, ਕਰਜ ਕੀਤਾ ਅਤੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਇੱਕ ਕਿਸੇ ਚੀਜ਼ ਦਾ ਇੱਕ ਅਲੱਗ ਤਰੀਕੇ ਤੋਂ ਸੈਕਿੰਡ ਓਪੀਨੀਅਨ ਜ਼ਿੰਦਗੀ 'ਚ ਜ਼ਰੂਰ ਹੋਣਾ ਚਾਹੀਦਾ, ਕੋਈ ਕੁਛ ਵੀ ਤੁਸੀਂ ਕਰਦੇ ਹੋ। ਅਤੇ ਇੱਕ ਇਹਦੇ 'ਚੋਂ ਲੈਸਨ ਇਹ ਆ ਤੁਹਾਡੇ ਲਈ ਵੀ ਇਹ ਚੀਜ਼ਾਂ ਆਉਂਦੀਆਂ ਨੇ, ਹੌਸਲਾ ਰੱਖਣਾ, ਤੁਸੀਂ ਬਹੁਤ ਯੰਗ ਆ ਹਲੇ ਅਤੇ ਹਲੇ ਬਹੁਤ ਜ਼ਿੰਦਗੀ ਦਾ ਸਫ਼ਰ ਤੈਅ ਕਰਨਾ, ਅਤੇ ਬੈਸਟ ਵਿਸ਼ਸ, ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਥੈਂਕ ਯੂ, ਥੈਂਕ ਯੂ। ਰਾਜਵੀਰ ਕੌਰ ਸਿੱਧੂ ਗੱਲਬਾਤ ਸੁਣਾ ਰਹੇ ਸੀ, ਮਹਿਰਾਜ ਪਿੰਡ ਆ ਬੱਚੀ ਦਾ, ਅਤੇ ਬਹੁਤ ਛੋਟੀ ਹੈ, ਸਾਡੇ ਬੱਚਿਆਂ ਵਰਗੀ ਹੈ, ਅਤੇ ਉਹਨਾਂ ਦੇ ਆਪਣਾ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ MGR ਤੋਂ, ਸੇਖੋਂ ਪਰਿਵਾਰ, ਅਤੇ ਉਹਨਾਂ ਦੇ ਗਾਂ ਰਿਸ਼ਤੇਦਾਰੀ 'ਚੋਂ। ਅਤੇ ਇਹ ਬੱਚੀ ਖੈਰ ਫੁੱਫੜ ਜੀ ਨੇ ਜਿਹੜਾ ਬੇਟੀ ਦੀਆਂ ਨੇ ਪਹੁੰਚ ਕੀਤੀ ਸੀ, ਕਹਿੰਦੇ ਗੱਲ ਕਰਨੀ ਆ, ਮੈਂ ਕਿਹਾ ਬਿਲਕੁਲ ਕਰਾਂਗੇ ਗੱਲ, ਗੱਲ ਕਿਉਂ ਨਹੀਂ ਕਰਨੀ। ਸੋ ਇਹ ਤੁਸੀਂ ਇਹਦਾ ਆਊਟਕਮ ਹੁਣ ਸੁਣਿਆ ਤੁਸੀਂ ਕੀ ਹੋ ਸਕਦਾ। ਸੋ ਕਦੇ ਵੀ ਇਹਦੇ ਥਰੂ ਜਾਂਦੇ ਹੋ, ਪਲੀਜ਼ ਸੈਕਿੰਡ ਓਪੀਨੀਅਨ, ਪਲੀਜ਼ ਸੈਕਿੰਡ ਓਪੀਨੀਅਨ। ਇੱਥੇ ਵੀ ਕੋਈ ਕਰਾਉਣਾ, ਕੋਈ ਓਪਰੇਟ ਕਰਨਾ, ਕੋਈ ਕੁਛ ਕਰਨਾ, ਗੋ ਟੂ ਨੈਕਸਟ ਡਾਕਟਰ, ਇੱਕ ਵਾਰ ਜ਼ਰੂਰ ਪਤਾ ਕਰੋ। ਸੋ ਇਹ ਇੱਕ ਪ੍ਰੈਸੀਡੈਂਟ ਸੈਟਿੰਗ ਕੇਸ ਹੁੰਦੇ ਨੇ ਇਹੋ ਜਿਹੇ, ਜਿਸ ਤਰ੍ਹਾਂ ਰਾਜਵੀਰ ਦਾ ਹੋਇਆ। ਵਾਪਸ ਆਉਣਾ ਵਪਾਰਕ ਸੰਦੇਸ਼ਾਂ ਤੋਂ ਬਾਅਦ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਤੁਸੀਂ ਬਹੁਤ ਗੱਲਬਾਤ ਕਰਨਾ ਚਾਹੁੰਦੇ ਹੋ, ਹੁਣੇ ਵਾਪਸ ਆਉਣਾ। ਮੈਂ ਇਹਨੂੰ ਕੈਮਰਾ ਵੱਧ ਕਰਨਾ ਚਾਹੁੰਦਾ ਸੀ, ਪਰ ਜਵਾਕੜੀ ਬਾਹਲਾ ਹਲੇ ਪੇਨ 'ਚ ਹੈ। ਉਹਦੇ ਫੁੱਫੜ ਜੀ ਦੱਸਦੇ ਸੀ ਇੱਕ ਸਾਲ ਕਹਿੰਦੇ ਵੀ ਜਦ ਦਰਵਾਜ਼ਾ ਇਹਦਾ ਰਾਜਵੀਰ ਦਾ ਖੋਲ੍ਹਣਾ, ਹਰ ਵਕਤ ਰੋਂਦੀ ਰਹੀ ਬਈ, ਰੋਂਦੀ ਹੋ ਰਹੀ। ਅਸੀਂ ਕਹਿੰਦੇ ਮੋਢਿਆਂ 'ਤੇ ਚੱਕ ਕੇ ਕੋਟ ਉੱਪਰਲੇ ਰੂਮ 'ਚ ਲੈ ਕੇ ਜਾਣੀ, ਫਿਰ ਲੈ ਕੇ ਆਉਣੀ। ਮਤਲਬ ਤੁਸੀਂ ਯਾਰ ਸੁਣੋ ਤਾਂ ਸਹੀ, ਘੱਟੋ ਘੱਟ ਜੇ ਕੋਈ ਤੁਹਾਡਾ ਮਰੀਜ਼ ਕਹਿ ਰਿਹਾ ਵੀ ਯਾਰ ਮੈਨੂੰ ਆਹ ਮੁਸ਼ਕਲ ਆ, ਤੁਸੀਂ ਕਿਉਂ ਨਹੀਂ ਸੁਣਦੇ? ਗੁਰਪ੍ਰੀਤ ਸਿੰਘ ਜੀ, ਤੁਸੀਂ ਏਅਰ ਤੇ ਹੋ ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗੱਲ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਇਹ ਟੋਪਿਕ ਲੈ ਕੇ ਆਉਂਦੇ ਹੋ। ਮੇਰੇ ਨਾਲ ਤਾਂ 2.5 ਸਾਲ ਦੇ ਹੋਏ, ਬਿਲਕੁਲ 2.5 ਸਾਲ 'ਚ ਇਹਨਾਂ ਨੇ ਮੇਰੀ ਸਪਾਈਨਲ ਕਾਰਡ ਡੈਮੇਜ ਕਰਤੀ, ਉਹ ਡਾਕਟਰ ਨੇ 15 ਮਿੰਟ 'ਚ ਦੱਸਤਾ ਜੀ ਚੰਡੀਗੜ੍ਹ ਵਾਲੇ ਨੇ। ਤੁਸੀਂ ਦੇਖੋ ਵੀ ਇੱਕ ਮੈਂ ਅਵੇਅਰਨੈਸ ਲਿਆਉਣਾ ਚਾਹੁੰਦਾ ਸਾਰੇ ਲੋਕਾਂ ਨੂੰ, ਇਹ ਗੱਲ ਦਾ ਨਹੀਂ ਪਤਾ, ਜਿਹੜੀ ਆਪਣੀ ਬੀਸੀ ਹੈਲਥ ਦੀ ਵੈਬਸਾਈਟ ਆ, ਜਦੋਂ ਤੁਹਾਡੇ ਪੈਸੇ ਬਾਹਰ ਖਰਚ ਹੁੰਦੇ ਆ ਕਿਸੇ ਕਾਰਨ ਕਰਕੇ, ਇਹਨਾਂ ਦੇ ਤੁਹਾਡੀ ਡਾਕਟਰ ਦੀ ਅਵੇਲੇਬਿਲਟੀ ਨਹੀਂ ਸੀ, ਇਹਨਾਂ ਦੀ ਨੈਗਲੀਜੈਂਸੀ, ਜਿਵੇਂ ਆਹ ਕੁੜੀ ਦੇ ਕੇਸ 'ਚ, ਉਹ ਰੀਇੰਬਰਸ ਕਰਨਾ ਇਹਨਾਂ ਦਾ ਫਰਜ਼ ਆ। ਮੈਨੂੰ ਵੀ ਆਪਣੇ ਲੋਕਲ MLA ਦੇ ਥਰੂ ਪਤਾ ਲੱਗਿਆ, ਇਹ ਬੇਟੀ ਇਹ ਵੀ ਕਰ ਸਕਦੀ ਆ ਹਨਾ। ਤੇ ਤੁਸੀਂ ਦੇਖੋ 1 ਸਾਲ ਫੋਰਨ ਬਾਡੀ ਨਾਲ ਜਿਉਣਾ ਕਿੰਨਾ ਔਖਾ। ਯੈਸ, ਮੈਂ 3 ਵਾਰੀ ਐਮਰਜੈਂਸੀ ਗਿਆ ਵਾਂ, 3 ਵਾਰੀ ਇਹਨਾਂ ਨੇ ਮੈਨੂੰ ਹੱਥ ਨਹੀਂ ਲਾਇਆ, ਤੇ ਮੈਡੀਕਲ ਰੈਕਰਡ 'ਚ ਲਿਖਿਆ ਨਿਊਰੋਲੋਜੀਕਲ ਐਗਜ਼ਾਮ ਨੋਰਮਲ, ਬਿਨਾਂ ਹੱਥ ਲਾਈ। ਮੈਂ ਹੁਣ, ਮੈਨੂੰ ਤਾਂ ਇਹ ਤਾਂ ਦਰਦ ਸਮਝ ਆਉਂਦਾ ਵੀ ਇਹਨੂੰ ਕਿੰਨਾ ਹੱਥ ਲਾਇਆ, ਹੁਣ ਮੈਨੂੰ ਨਹੀਂ ਹੱਥ ਲਾਇਆ 2.5 ਸਾਲ। ਸਾਰੀਆਂ ਫੋਨ ਤੇ ਅਪੁਆਇੰਟਮੈਂਟਾਂ ਕਰਦੇ ਨੇ, ਸਪੈਸ਼ਲਿਸਟ ਫੋਨ ਤੇ ਕਿਵੇਂ ਬਿਮਾਰ ਕਰਨਗੇ ਬਿਨਾਂ ਹੱਥ ਲਾਏ?
ਨਹੀਂ ਜੀ ਬੜਾ ਔਖਾ ਹੈ। ਉੱਥੇ ਵਾਲੇ ਡਾਕਟਰ ਨੇ ਇੱਕ ਮਿੰਟ 'ਚ ਦੱਸਤਾ ਜਾ ਕੇ, ਸਮਾਂ ਮੇਰੇ ਕੋਲ ਥੋੜ੍ਹਾ ਹੈ। ਜਗਿੰਦਰ ਸਿੰਘ ਸੋਹਲ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸੋਹਲ ਸਾਹਿਬ। ਮੈਂ ਇੱਕ ਥੋੜ੍ਹਾ ਕਰਨਾ ਚਾਹੁੰਦਾ, ਗਿੱਲ ਸਾਹਿਬ ਬੋਲਦੇ? ਹਾਂਜੀ ਹਾਂਜੀ ਬੋਲਦਾ ਜੀ। ਮੈਂ ਆਵਾਜ਼ ਵੀ ਸਾਰੀ ਹਰਜੀਤ ਸਿੰਘ ਗੱਲ ਬੋਲਦਾ, ਮੈਂ ਪਹਿਲੇ ਤਾਂ ਕਲੀਅਰ ਕਰੀਏ। ਗਿੱਲ ਸਾਹਿਬ, ਰਾਜਦੀਪ ਨੇ ਜਿਹੜੀ ਆਪਣੀ ਕਹਾਣੀ ਦੱਸੀ ਨਾ ਜੀ, ਇਹ ਤਾਂ ਵੈਸੇ ਇੱਕ ਦਿਲ ਨੂੰ ਹਿਲਾ ਦੇਣ ਵਾਲੀ ਆ। ਬਿਲਕੁਲ ਜੀ ਬਿਲਕੁਲ। ਕੋਈ 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 ਗੱਲ ਥੋੜ੍ਹਾ ਯਾਰ, ਮਤਲਬ ਬਈ ਤੁਸੀਂ ਤੁਸੀਂ ਡਾਕਟਰ ਹੋ, ਇੱਕ ਮਿੰਟ 'ਚ ਕਿਵੇਂ ਪਤਾ ਲੱਗ ਗਿਆ ਉੱਥੇ ਵਾਲੇ ਡਾਕਟਰ ਨੇ? ਮਹਿੰਦਰਪਾਲ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਸਟੋਰੀ ਜਿਹੜੀ ਕਹਿ ਲਓ ਵਾਰਤਾ ਸੁਣੀ ਹੈ ਬੱਚੇ ਦੇ ਮੂੰਹੋਂ, ਵਾਕਈ ਬਹੁਤ ਦਰਦਨਾਕ ਹੈ ਜੀ। ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾ, ਇੱਥੇ ਆਉਂਦੇ ਜਦੋਂ ਦੇਖੋ, ਹੁਣ ਉਹਨੇ ਖੁਦ ਦੱਸਿਆ ਕਿ ਉਹ ਉੱਥੇ ਆਪਣੇ ਪਿੰਡ ਵਾਲੇ ਡਾਕਟਰ ਕੋਲ ਗਈ, ਉਹਨੇ ਪਹਿਲੇ ਵਿਜ਼ਿਟ 'ਚ ਦੱਸਿਆ ਕਿ ਕੋਈ ਗੱਲ ਨਹੀਂ ਹੈ, ਕੁਝ ਨਹੀਂ ਹੈਗਾ, ਕੋਈ ਬਾਹਰਲੀ ਚੀਜ਼ ਅੰਦਰ ਹੈਗੀ ਹੈ। ਤੇ ਇੱਥੇ ਦੇ ਡਾਕਟਰਾਂ ਨੂੰ ਕਹਿ ਲਓ ਕਹਿੰਦੇ ਪੜ੍ਹੇ ਲਿਖੇ ਹੈਗੇ ਆ, ਪਰ ਉੱਥੇ ਡਾਕਟਰ ਪੇਂਡੂ ਡਾਕਟਰ ਜਿਹੜਾ ਉਹਨੂੰ ਪਤਾ ਲੱਗ ਗਿਆ। ਮੈਂ ਤਾਂ ਇਹ ਕਹਿੰਦਾ ਯਾਰ, ਇੱਥੇ ਦੇ ਡਾਕਟਰਾਂ ਨੂੰ ਇੰਡੀਆ ਜਾ ਕੇ ਉਹਨਾਂ ਨੂੰ ਇੰਟਰਨਸ਼ਿਪ ਦਿਵਾਉਣੀ ਚਾਹੀਦੀ, ਜਾਂ ਉੱਥੋਂ ਕੁਝ ਪੜ੍ਹ ਕੇ ਆਓ। ਬਿਲਕੁਲ ਜੀ, ਸੋਫਟ ਟਿਸ਼ੂ ਤੇ ਬਾਹਰਲੇ ਬੰਨੇ ਪਈ, ਮੈਂ ਫੋਟੋ ਵੇਖੀ ਆ, ਮੇਰਾ ਖਿਆਲ ਅੱਧਾ ਕਿੰਚ ਅੰਦਰ ਹੈ ਉੱਪਰਲੇ ਬੰਨੇ। ਪਰਮ ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਸਤਿ ਸ਼੍ਰੀ ਅਕਾਲ ਪਰਮ, ਬਹੁਤ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ ਜੀ। ਸੱਚੇ ਲੋਕ ਅੰਡੇ ਖੜੇ ਕਰ ਦਿੱਤੇ ਸਟੋਰੀ, ਇੰਨੇ ਦਰਦਨਾਕ ਕੁੜੀ ਦੀ। ਮੇਰੇ ਨਾ ਸਾਡੇ ਚਾਚਾ ਜੀ ਦੇ ਮੁੰਡੇ ਦੇ, ਤੁਸੀਂ ਵੀ ਹੁਣ ਕਾਰਪੇਟ ਦੇ ਕੰਮ ਚ ਰਹੇ ਹੋ, ਤੁਹਾਨੂੰ ਪਤਾ ਹੀ ਆ। ਉਹ ਕਾਰਪੇਟ ਉਹ ਪਾ ਰਿਹਾ ਸੀ ਕਿਸੇ ਰੂਮ ਚ, ਤੇ ਉੱਥੇ ਕਿਸੇ ਰੈਨੋਵੇਸ਼ਨ ਵਾਲਿਆਂ ਦਾ ਸਮਾਨ ਪਿਆ ਸੀਗਾ, ਤੇ ਕਰਦ ਵਰਗਾ ਨਾਈਫ ਪਿਆ ਸੀ ਉੱਥੇ ਮੂਹਰੇ। ਹੁਣ ਜਦੋਂ ਉਹਨੇ ਸਮਾਨ ਨੂੰ ਪਰੇ ਨੂੰ ਕੀਤਾ, ਤੇ ਉਹ ਕਿਤੇ ਕੈਕਰ ਦੇ ਮੂਹਰੇ ਆ ਕੇ ਲੱਗ ਗਿਆ ਇਹਦਾ ਨਾਈਫ। ਉਹਨੇ ਦੇਖਿਆ ਨੀ, ਤੇ ਉਧਰੋਂ ਪੂਰੇ ਜ਼ੋਰ ਦੀ ਕੈਕ ਮਾਰੀ, 2.5 ਇੰਚ ਨਾਈਫ, 2.5 ਇੰਚ ਨਾਈਫ ਵਿੱਚ ਵੜ ਗਿਆ। ਉਹ ਹੋਸਪਿਟਲ ਗਿਆ, ਹੋਸਪਿਟਲ ਉਹਨੇ ਐਕਸਰੇ ਕੀਤਾ, ਕਹਿੰਦੇ ਵੀ ਨਾਈਫ ਕਹਿੰਦੇ ਬਲੇਡ ਵਿੱਚ ਰਹਿ ਗਿਆ। ਉਹਨੇ ਫੜ ਕੇ ਖਿੱਚਦਾ ਸੀ, ਗੋਡਾ ਖੋਲ ਲਿਆ ਉਹਨਾਂ ਨੇ, ਗੋਡਾ ਖੋਲ ਕੇ ਮੁੜ ਕੇ ਫਿਰ ਕਹਿੰਦੇ ਸਾਨੂੰ ਤਾਂ ਲੱਭਦਾ ਨੀ, ਕਹਿੰਦੇ ਸਪੈਸ਼ਲਿਸਟ ਆਊਗਾ ਕੱਲ ਨੂੰ, ਉਹ ਸਰਜਰੀ ਕਰੂ। ਦੂਜੇ ਦਿਨ ਸ਼ਾਮ ਨੂੰ ਜਾ ਕੇ ਉਹਦੀ ਸਰਜਰੀ ਕੀਤੀ, ਤੇ ਉਹਨੇ ਆ ਕੇ ਬਲੇਡ ਕੱਢਿਆ। ਇਹ ਤਾਂ ਹਾਲ ਹੈ ਇੱਥੇ ਦੇਖ, ਕਮਾਲ ਦੀ ਕਹਾਣੀ। ਹੈਲਥ ਕੇਅਰ ਦੇ ਵਿੱਚ, ਹੈਲਥ ਕੇਅਰ ਦੇ ਵਿੱਚ ਜ਼ੀਰੋ ਇਸ ਗਵਰਨਮੈਂਟ ਨੇ ਇਨਵੈਸਟ ਕੀਤੀ ਹੈ, ਬਾਹਰਲੀਆਂ ਕੰਟਰੀ ਨੂੰ ਵੰਡਿਆ, ਬਸ ਵੱਡੀ ਮੁਸ਼ਕਿਲ ਆ ਜੀ। ਪ੍ਰਭਜੋਤ ਪਾਲ ਸਿੰਘ ਜੀ, ਲਾਈਨ ਨੰਬਰ 5। ਅਮਰੀਕ ਸਿੰਘ ਜੀ, ਲਾਈਨ ਨੰਬਰ 6। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਤਾਂ ਨਾ ਇਹਨੂੰ ਧੀ ਰਾਣੀ ਨੂੰ ਸ਼ੁਰੂ ਕਰਨਾ ਚਾਹੀਦਾ, ਸਾਰੇ ਡਾਕਟਰ ਨੂੰ, ICBC ਨੂੰ, ਜਿਨ੍ਹਾਂ ਨੇ ਵੀ ਜੋ ਵੀ ਜਿਹੜੇ ਡਿਪਾਰਟਮੈਂਟ ਨਾਲ ਨਾ ਇਹਦਾ ਕਨੈਕਸ਼ਨ ਬਣਿਆ ਸੀਗਾ, ਉਦੋਂ ਸਾਰਿਆਂ ਨੂੰ ਸ਼ੁਰੂ ਕਰਨਾ ਚਾਹੀਦਾ। ਨੰਬਰ 2 ਤੇ ਇੱਥੇ ਡਾਕਟਰਾਂ ਦਾ ਹਾਲ ਹੀ ਇਹੀ ਹੋ ਗਿਆ ਜੀ। 6 ਫੁੱਟ ਦਾ ਬੰਦਾ ਉਹ ਰੋਂਦਾ ਕੁਲਾਂਦਾ, ਮੈਂ ਉਹਨੂੰ ਹੋਸਪਿਟਲ ਨਾਲ ਲੈ ਕੇ ਗਿਆ, ਇੰਗਲਿਸ਼ ਨੂੰ ਥੋੜੀ ਪ੍ਰੋਬਲਮ ਸੀਗੀ, PR ਬੰਦਾ ਆ, 10 ਸਾਲ ਹੋ ਗਏ ਕੰਮ ਕਰਦੇ ਨੂੰ, ਉਹਦੇ ਕੰਨ ਚ ਇੰਨਾ ਦਰਦ ਹੋ ਰਿਹਾ ਸੀ। ਡਾਕਟਰ ਨੇ ਉਹਨੂੰ ਮੋਹਰੇ ਜਵਾਬ ਪਤਾ ਕੀ ਦਿੱਤਾ, ਸਿਮਰਨ ਕਰੋ ਜੀ, ਘਰ ਜਾ ਕੇ ਠੀਕ ਹੋ ਜਾਣਗੇ। ਗੁਰੂ ਘਰ ਜਾ ਕੇ ਸਿਮਰਨ ਨਹੀਂ ਕਰ ਲੈਣਾ ਸੀਗਾ ਨਾ। ਤੇ ਦੂਜੀ ਗੱਲ ਹੈ ਜੀ, ਸਾਡੇ ਰਿਸ਼ਤੇਦਾਰੀ ਚ 2 ਡਿਲੀਵਰੀਆਂ ਹੋਈਆਂ, ਦੋਨੇ ਵਾਰ ਨੇ ਪਰਸੈਂਟਾਂ ਵਿੱਚ ਹੀ ਰਹਿਣ ਤਾ ਜੀ, ਦੋਨੇ ਵਿੱਚ ਹੀ ਰਹਿਣ ਦਿੱਤੇ 2 ਵਾਰ। ਉਹ ਇੰਨਾ ਮਤਲਬ ਲੇਡੀ ਨੂੰ ਖੱਜਲ ਖੁਆਰੀ ਝੱਲਣੀ ਪਈ, ਬੇਬੀ ਹੁਣ ਤੋਂ 3 ਦਿਨ ਬਾਅਦ ਉਹਨਾਂ ਦੀ ਵੱਡੀ ਸਰਜਰੀ ਕਰਨੀ ਪਈ। ਬਹੁਤ ਜ਼ਿਆਦਾ ਔਖਾ ਜੀ, ਬਹੁਤ। ਮੈਂ ਹੁਣ ਤੁਸੀਂ ਦੱਸ ਨਹੀਂ ਸਕਦਾ ਜਿਹੜਾ ਜਿਹੜਾ ਰਾਜਵੀਰ ਦੱਸ ਕੇ ਗਈ ਹੈ, ਮੈਂ ਮਹਿਸੂਸ ਕਿਵੇਂ ਕੀਤਾ। ਕੰਵਰਪਾਲ ਸਿੰਘ ਜੀ,
ਮੈਮੋਰੀਅਲ ਦੀ ਗੱਲ ਆ, ਤਿੰਨ ਦਿਨ ਅਸੀਂ ਜਾਂਦੇ ਰਹੇ ਹਾਂ ਵਾਈ ਫਲੇਵਰ ਚ ਸੀ, ਸਾਨੂੰ ਇਹ ਜਵਾਬ ਮਿਲਦਾ ਸੀ ਹਜੇ ਟਾਈਮ ਨੀ ਆਇਆ। ਮੈਂ ਕਿਹਾ ਮੈਨੂੰ ਕਿੱਦਾਂ ਪਤਾ, ਕਹਿੰਦੇ ਤੁਹਾਨੂੰ ਪਤਾ ਲੱਗ ਜਾਣਾ। ਮੈਂ ਕਿਹਾ ਮੈਨੂੰ ਕਿੱਦਾਂ ਪਤਾ ਲੱਗੂਗਾ, ਕਹਿੰਦੇ ਸਾਡਾ ਰੋਜ਼ ਦਾ ਕੰਮ ਆ। ਮੈਂ ਕਿਹਾ ਮੈਡਮ ਤੁਹਾਡਾ ਰੋਜ਼ ਦਾ ਕੰਮ ਆ, ਸਾਡਾ ਨੀ, ਸਾਨੂੰ ਕਿੱਦਾਂ ਪਤਾ ਲੱਗੂ। ਮੈਂ ਕਿਹਾ ਤੁਸੀਂ ਰਿਟਰਨ ਚ ਦੇ ਦਿਓ, ਮੈਂ ਘਰ ਚਲ ਜਾਂਦਾ ਕਿ ਮੇਰੇ ਬੇਬੀ ਨੂੰ ਜਾਂ ਮੇਰੀ ਵਾਈਫ ਨੂੰ ਕੁਛ ਹੋਇਆ, ਤੁਸੀਂ ਜ਼ਿੰਮੇਵਾਰ ਹੋ। ਕਹਿੰਦੇ ਅਸੀਂ ਰਿਟਰਨ ਚ ਨੀ ਦੇ ਸਕਦੇ ਤੁਹਾਨੂੰ, ਜ਼ਿਆਦਾ ਗੱਲ ਆ, ਬਾਹਰ ਜਾ ਕੇ ਕੁਰਸੀ ਤੇ ਬਹਿ ਜਾਓ, ਜਦੋਂ ਟਾਈਮ ਆਊਗਾ ਉਦੋਂ ਆ ਜਾਓ। ਆਹ ਤਾਂ ਹਾਲ ਆ ਇਹਨਾਂ ਦਾ, ਕੀ ਕਰ ਸਕਦਾ ਬੰਦਾ, ਦੱਸੋ। ਬਹੁਤ ਔਖੀ, ਤਾਂ ਹੀ ਤਾਂ ਕੁਰਸੀਆਂ ਤੇ ਫਿਰ ਡਿਲੀਵਰੀਆਂ ਹੁੰਦੀਆਂ ਨੇ। ਪਿਛਲੇ ਦਿਨੀ ਮਹਿੰਦਰ ਸਿੰਘ ਗਰੇਵਾਲ, ਉਹਨਾਂ ਨੇ ਸਾਡੀ ਬੇਟੀ, ਉਹਨਾਂ ਦੀ ਜਦ ਗੋਡਾ ਉਹਦਾ ਟੁੱਟਿਆ, ਉਹ ਜਪਕਦੇ ਰਹੇ, ਮੁੜਦੇ ਰਹੇ, ਤੀਜੇ ਦਿਨ, ਦੂਜੇ ਦਿਨ ਆਪਾਂ ਟਾਕ ਸ਼ੋਅ ਕੀਤਾ, ਉਸ ਦਿਨ ਫਿਰ ਜਾ ਕੇ ਉਹਨਾਂ ਦੀ ਸਰਜਰੀ ਹੋਈ। ਔਖਾ ਬਈ ਕੰਮ, ਸਵਾਰੀ ਹੁਣ ਤਾਂ ਆਪਣੇ ਸਮਾਨ ਦੀ ਆਪ ਹੀ ਜ਼ਿੰਮੇਵਾਰ ਹੈ, ਆਪਣਾ ਖਿਆਲ ਰੱਖੋ। ਹਰਿੰਦਰ ਸਿੰਘ ਦਿਓਲ ਜੀ, ਜਗਿੰਦਰ ਸਿੰਘ ਸੋਹਲ ਜੀ, ਕੁਲਵੀਰ ਸਿੰਘ, ਪ੍ਰਭਜੋਤ ਪਾਲ, ਨਾਨਕਜੀਤ ਸਿੰਘ ਜੀ, ਹਰਪਾਲ ਸਿੰਘ ਕੰਗ ਜੀ, ਮਾਫ਼ੀ, 1:00 ਘੜੀਆਂ ਤੁਸੀਂ ਵੀ ਤੁਹਾਡੇ ਲੱਗੀਆਂ, ਤੁਸੀਂ ਦੇਖ ਲੈਣੀਆਂ। ਜਦ ਵੀ ਸਮਾਂ ਮਿਲ ਗਿਆ ਇਸ ਵਿਸ਼ੇ 'ਤੇ ਮੈਂ ਫਿਰ ਗੱਲ ਕਰੂੰ, ਮਾਫ਼ੀ ਤੁਹਾਡੇ ਤੋਂ। ਅਤੇ ਕੱਲ੍ਹ ਨੂੰ ਬੁੱਧਵਾਰ ਦਾ ਦਿਨ ਹੈ, ਕੱਲ੍ਹ ਨੂੰ ਇੱਕ ਨਵਾਂ ਸ਼ੋਅ, ਮੈਂ ਵੀਰਵਾਰ ਨੂੰ ਹੈਲਥ ਕੇਅਰ 'ਤੇ ਕੋਸ਼ਿਸ਼ ਕਰਾਂਗਾ ਦੁਬਾਰਾ ਗੱਲ ਕਰਨ ਦੀ, ਵੀਰਵਾਰ ਨੂੰ ਕੋਸ਼ਿਸ਼ ਕਰਾਂਗਾ ਇਹਦੇ 'ਤੇ ਗੱਲ ਕਰਨ ਦੀ। ਸ਼ੁੱਕਰਵਾਰ ਦਾ ਜਿਹੜਾ ਲਾਈਵ ਔਨ ਲੋਕੇਸ਼ਨ ਹੋਣੀ ਹੈ, ਇੰਟਰ ਗਲੋਬਲ ਜਿਹੜੇ ਬਿਲਡਿੰਗ ਸਪਲਾਈ ਤੋਂ, ਜਿੱਥੋਂ ਐਕਸਟੀਰੀਅਰ ਦਾ ਜਿਹੜਾ ਸਾਰਾ ਸਮਾਨ ਹੈ ਉਹ ਮਿਲਦਾ, ਅਤੇ ਉੱਥੇ ਸ਼ੁੱਕਰਵਾਰ ਨੂੰ ਤੁਸੀਂ ਲਾਈਵ ਔਨ ਲੋਕੇਸ਼ਨ ਇੰਟਰ ਗਲੋਬ 134-86-76 ਹੈ ਵੀ ਉੱਥੋਂ, ਰੱਬ ਰਾਖਾ। ਇਸੇ ਤਰ੍ਹਾਂ ਹੀ ਭਾਈਚਾਰੇ ਦੇ ਮਸਲੇ ਨੇ ਜਿਹੜੇ, ਉਹ ਉਹਨਾਂ ਦੀ ਗੱਲ ਹੁੰਦੀ ਰਹਿੰਦੀ ਹੈ ਸਦਾ, ਆਪਣਾ ਸਾਡੇ ਮੰਚ ਦਾ ਹੀ ਇਹ ਜਿਹੜਾ ਤਹੀਆ ਕਿ ਜਿੱਥੇ ਤੁਹਾਨੂੰ ਜ਼ਰੂਰਤ ਆ ਉੱਥੇ ਅਸੀਂ ਖੜਨਾ ਜਾ ਕੇ, ਤਾਂ ਹੀ ਇਹਨੂੰ ਕਮਿਊਨਿਟੀ ਦਾ ਰੇਡੀਓ ਕਹਿੰਦੇ ਨੇ। ਗੁਰੂ ਰਾਖਾ।